ਪੂਰੀ ਦੁਨੀਆ ਵਿੱਚ ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੈਲੇ ਵਿਦਿਆ ਚਾਨਣ ਹੋਏ, ਇਸ ਵਾਕ ਅਨੁਸਾਰ ਵਿਦਿਆ ਜਿੰਨੀ ਫੈਲੇਗੀ ਉਨਾ ਹੀ ਚਾਨਣ ਹੋਏਗਾ। ਉਸੇ ਕੜੀ ਵਿੱਚ ਬੈਲਹਿੰਗਮ ਵਾਸ਼ਿੰਗਟਨ ਦੇ ਵਿੱਚ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਕਰਨ ਵਾਸਤੇ ਅੱਜ ਉਦਘਾਟਨੀ ਸਮਾਰੋਹ ਹੋਇਆ। ਇਸ ਤੋਂ ਪਹਿਲਾਂ ਗੱਲ ਕਰੀਏ, ਮਨਜੀਤ ਸਿੰਘ ਧਾਲੀਵਾਲ ਜਿਹੜੇ ਹੈਗੇ ਨੇ, ਉਹਨਾਂ ਨੇ ਖਾਲਸਾ ਅਕੈਡਮੀ ਇਸ ਜਗ੍ਹਾ ਬਣਾਈ ਸੀ। ਹੁਣ ਇਹਦੇ ਨੇੜੇ ਹੀ ਇੱਕ ਹੋਰ 125 ਏਕੜ ਜਗ੍ਹਾ ਲੈ ਕੇ ਅਤੇ ਨਾਲ ਦੀ ਨਾਲ 10 ਏਕੜ ਹੋਰ ਜਗ੍ਹਾ ਲੈ ਕੇ ਉੱਥੇ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਔਰ ਅੱਜ ਇਸ ਸਮਾਰੋਹ ਦੇ ਵਿੱਚ ਬਹੁਤ ਮਹਾਨ ਹਸਤੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਅਗਰ ਗੱਲ ਕਰੀਏ ਉਚੇਚੇ ਤੌਰ 'ਤੇ ਪੰਜਾਬ ਤੋਂ ਜੋ ਹਸਤੀਆਂ ਆਈਆਂ, ਗਿਆਨੀ ਜਸਵਿੰਦਰ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਹਰਿਮੰਦਰ ਸਾਹਿਬ, ਨਾਲ ਦੀ ਨਾਲ ਗਿਆਨੀ ਰਘਵੀਰ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਕੇਸਗੜ੍ਹ ਸਾਹਿਬ, ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ, ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਹਾਨ ਹਸਤੀਆਂ ਅੱਜ ਇਸ ਸਮਾਰੋਹ ਦੇ ਵਿੱਚ ਸ਼ਾਮਲ ਹੋਈਆਂ। ਇਸ ਤੋਂ ਪਹਿਲਾਂ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਉਸ ਤੋਂ ਉਪਰੰਤ ਕੀਰਤਨ ਹੋਇਆ। ਕੀਰਤਨ ਦੇ ਉਪਰੰਤ ਇਹਨਾਂ ਮਹਾਨ ਹਸਤੀਆਂ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਉਸ ਤੋਂ ਬਾਅਦ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਦੀ ਅਰਦਾਸ ਕੀਤੀ ਗਈ। ਅਰਦਾਸ ਦੇ ਉਪਰੰਤ ਖਾਲਸਿਆਂ ਨੇ ਗੱਤਕੇ ਦੇ ਜੌਹਰ ਵੀ ਦਿਖਾਏ ਔਰ ਉਸ ਤੋਂ ਬਾਅਦ ਇੱਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਜਿਹੜੇ ਆ ਉਹ ਵੀ ਕਰਵਾਏ ਗਏ। ਆਓ ਅੱਜ ਤੁਹਾਨੂੰ ਦਿਖਾਉਂਦੇ ਹਾਂ ਬੈਲਹਿੰਗਮ ਵਾਸ਼ਿੰਗਟਨ ਦੇ ਵਿੱਚੋਂ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਦਿਵਸ ਦਾ ਇਹ ਸਮਾਰੋਹ। ਸਾਰੀਆਂ ਹੀ ਸੰਗਤਾਂ ਨੂੰ ਪਹਿਲਾਂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਸੰਗਤਾਂ ਨੂੰ ਜੋ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਵਸ ਨੇ ਉਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਅਸੀਂ ਦਾਸ ਇੱਥੇ ਰਹਿ ਰਹੇ ਹਾਂ 20 ਸਾਲ ਤੋਂ ਬੈਲਿੰਗਹੈਮ ਦੇ ਵਿੱਚ, ਵਾਟਕਮ ਕਾਊਂਟੀ ਜੋ ਵਾਸ਼ਿੰਗਟਨ ਸਟੇਟ ਦੇ ਵਿੱਚ ਆ। ਕੈਨੇਡਾ ਦੇ ਬਾਰਡਰ ਤੋਂ ਅਸੀਂ 15 ਮੀਲ ਸਾਊਥ ਨੂੰ ਹਾਂ ਸਿਆਟਲ ਵੱਲ ਨੂੰ, ਔਰ ਸਿਆਟਲ ਤੋਂ 100 ਮੀਲ ਅਸੀਂ ਨੌਰਥ ਵੱਲ ਨੂੰ ਹਾਂ ਕੈਨੇਡਾ ਵੱਲ ਨੂੰ। ਉੱਥੇ ਗੁਰਦੁਆਰਾ ਸਾਹਿਬ ਆ ਇੱਥੇ ਲਿੰਡਨ, ਸਾਰੀ ਕਮਿਊਨਿਟੀ ਦਾ ਦਾਸ ਉਹਦੇ ਵਿੱਚ ਸੇਵਾ ਵਿੱਚ ਸੀ। ਅਸੀਂ ਖਾਲਸਾ ਸਕੂਲ ਚਲਾ ਰਹੇ ਸੀ ਉੱਥੇ, ਖਾਲਸਾ ਪੰਜਾਬੀ ਸਕੂਲ ਪਿਛਲੇ 10 ਸਾਲ ਤੋਂ। ਸਾਨੂੰ ਇੱਕ ਗੁਰੂ ਨੇ ਸੁਭਾਗ ਪ੍ਰਾਪਤ ਕੀਤਾ 2012 'ਚ। ਉਹ ਗੁਰਦੁਆਰਾ ਸਾਹਿਬ ਮੇਨ ਰੋਡ 'ਤੇ ਨਹੀਂ ਸੀ ਲੱਗਦੇ, ਹਾਈਵੇ 'ਤੇ ਇੱਕ ਹਾਈਵੇ ਜਾਂਦਾ ਬੈਲਿੰਗਹੈਮ ਤੋਂ ਐਲਡਰ ਗਰੋਵ ਐਬਸਫੋਰਡ ਨੂੰ। ਉਹ ਪ੍ਰੋਪਰਟੀ ਲਈ ਅਸੀਂ ਉੱਥੇ ਖਾਲਸਾ ਸਕੂਲ ਸ਼ੁਰੂ ਕੀਤੀ ਬਿਲਡਿੰਗ ਦੇ ਵਿੱਚ, ਉਹਦੀ ਬਿਲਡਿੰਗ ਸੀ ਪਹਿਲਾਂ ਹੀ, ਉਹਦੀ ਰੈਨੋਵੇਸ਼ਨ ਸ਼ੁਰੂ ਕੀਤੀ ਅਤੇ ਉਹ ਹਾਈਵੇ ਨਾਲ ਲੱਗ ਗਿਆ ਗੁਰਦੁਆਰਾ ਸਾਹਿਬ। ਅਸੀਂ ਉੱਥੇ ਖੜ੍ਹੇ ਹੋਣਾ, ਗੁਰਸਿੱਖ ਵੀਰਾਂ ਨੇ ਸੇਵਾ ਕਰਦੇ ਸੀਗੇ ਤਾਂ ਰੁਕਣ ਲੱਗ ਗਈ ਜਿਹੜੀ ਸਿੱਖ ਸੰਗਤ ਆ, ਚਾਹੇ ਕੋਈ ਵੀਰ ਟਰੱਕ ਲੈ ਕੇ ਜਾ ਰਿਹਾ ਸੀਗਾ, ਚਾਹੇ ਕੋਈ ਵੀਰ, ਸਾਰੇ ਕੈਨੇਡਾ ਦੇ ਲੋਕ ਇੱਥੇ ਸ਼ੋਪਿੰਗ ਕਰਨ ਆ ਰਹੇ ਨੇ, ਆਉਂਦੇ ਨੇ, ਸੋ ਉਹ ਜਾ ਰਹੇ ਸੀ, ਉਹ ਰੁਕਣ ਲੱਗ ਗਏ ਸਿੰਘ ਆ ਕੇ ਉੱਥੇ, ਅਤੇ ਉਹਨਾਂ ਨੂੰ ਬੜੀ ਪ੍ਰਸੰਨਤਾ ਹੋਈ, ਸਾਨੂੰ ਵੀ ਹੋਈ। ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਨਹੀਂ ਸੀ ਗੁਰਦੁਆਰਾ, ਅਸੀਂ ਇੱਥੇ ਰੁਕਿਆ ਕਰਾਂਗੇ, ਲੰਗਰ ਛਕਿਆ ਕਰਾਂਗੇ। ਸੋ ਉਹ ਖਾਲਸਾ ਸਕੂਲ ਸ਼ੁਰੂ ਕਰ ਰਹੇ ਸੀਗੇ ਜਿਹੜਾ ਪਹਿਲਾਂ ਹੀ ਚੱਲਦਾ ਸੀ ਨਵੀਂ ਬਿਲਡਿੰਗ ਦੇ ਵਿੱਚ। ਜਦੋਂ ਸੰਗਤਾਂ ਰੁਕਣੀਆਂ ਸ਼ੁਰੂ ਹੋਈਆਂ ਅਤੇ ਪੁੱਛਣ ਲੱਗ ਗਏ ਬਈ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਅਤੇ ਇਹ ਤਾਂ ਬੜਾ ਬਾਰਡਰ ਦੇ ਉੱਤੇ ਆ, ਨੇੜੇ ਆ, ਅਸੀਂ ਰੁਕਿਆ ਕਰਾਂਗੇ। ਉੱਥੋਂ ਕਹਿ ਲਓ ਵਾਹਿਗੁਰੂ ਨੇ ਇੱਕ ਬੀਜ ਬੀਜਤਾ ਮਨ 'ਚ, ਇੱਕ ਫੁਰਨਾ ਆਇਆ, ਉਹਨੂੰ ਆਪਾਂ ਡੇ ਡ੍ਰੀਮ ਵੀ ਕਹਿ ਸਕਦੇ ਹਾਂ ਕਿ ਵਾਹਿਗੁਰੂ ਇਹ ਖਾਲਸਾ ਸਕੂਲ ਤਾਂ ਹੈ, ਖਾਲਸਾ ਕਾਲਜ ਬਣ ਜਾਏ। ਫਿਰ ਕਹਿ ਲਓ ਲਾਲਚ ਵੱਧ ਗਿਆ ਜਾਂ ਡ੍ਰੀਮ ਅੱਗੇ ਚੱਲਿਆ ਗਿਆ, ਹੋਰ ਜਾਗਦਿਆਂ ਦਾ ਸੁੱਤਿਆਂ ਦਾ ਨਹੀਂ, ਕਿ ਵਾਹਿਗੁਰੂ ਖਾਲਸਾ ਯੂਨੀਵਰਸਿਟੀ ਦੀ ਦਾਤ ਦੇ ਦਿਓ ਗਰੀਬ ਸਿੱਖਾਂ ਨੂੰ। ਸੋ ਉੱਥੋਂ ਖਾਲਸਾ ਯੂਨੀਵਰਸਿਟੀ ਦਾ ਬੀਜ ਬੋਝਤਾ, ਪਰ ਉਹ ਡੇ ਡ੍ਰੀਮ ਸੀ, ਇੱਕ ਉਹਨੀ ਡ੍ਰੀਮ ਸੀਗਾ, ਰਿਐਲਿਟੀ ਨਹੀਂ ਸੀ ਉਹ। ਸੋ ਉਹ ਕੁਝ ਚਿਰ ਚੱਲੀ ਗਿਆ ਮਨ 'ਚ ਔਰ ਸੰਗਤਾਂ ਆਈ ਗਈਆਂ, ਮਹੀਨਾ ਰੈਨੋਵੇਸ਼ਨ ਚੱਲੀ, ਉਹ ਡ੍ਰੀਮ ਵੱਡਾ ਹੋਈ ਗਿਆ।
ਫਿਰ ਸੰਗਤਾਂ ਨਾਲ ਸਾਂਝਾ ਕੀਤਾ। 2013 ਦੇ ਵਿੱਚ ਇੱਕ ਸੈਮੀਨਾਰ ਹੋਇਆ ਸਿਆਟਲ ਦੇ ਵਿੱਚ, ਸੱਚਾ ਮਾਰਗ ਗੁਰਦੁਆਰਾ, ਸਿੰਘ ਸਾਹਿਬ ਆਏ ਵੀ ਨੇ ਉੱਥੋਂ, ਵੀਰ ਜੀ ਸੰਧੂ ਸਾਹਿਬ। ਉਹ ਸੈਮੀਨਾਰ ਹੋਇਆ, ਉਹਦੇ ਵਿੱਚ ਅਸੀਂ ਪ੍ਰਬੰਧਕ ਵੀਰ ਗਏ, ਲਿੰਡਨ ਬੈਲਿੰਗਹੈਮ ਦੀਆਂ ਸੰਗਤਾਂ। ਸੋ ਉੱਥੇ ਦੇ ਪ੍ਰਬੰਧਕ ਵੀਰਾਂ ਨੇ ਦਾਸ ਦਾ ਨਾਮ ਬੋਲਤਾ ਕਿ 20 ਮਿੰਟ ਲਈ ਬੋਲਣਗੇ ਮਨਜੀਤ ਸਿੰਘ ਧਾਲੀਵਾਲ ਨਾਨਕਸ਼ਾਹੀ ਕੈਲੰਡਰ ਬਾਰੇ। ਦਾਸ ਦੀ ਟਰਨ ਆਈ, ਪ੍ਰਬੰਧਕ ਵੀਰਾਂ ਨਾਲ ਪਹਿਲਾਂ ਵਿਚਾਰ ਕਰ ਲਏ ਕੀ ਬੋਲਾਂ। ਕਹਿੰਦੇ ਜੋ ਮਰਜ਼ੀ ਬੋਲੋ। ਮੈਂ ਕਿਹਾ ਜੀ ਮੈਨੂੰ ਕੈਲੰਡਰ ਬਾਰੇ ਨਹੀਂ ਪਤਾ, ਮੈਂ ਖਾਲਸਾ ਯੂਨੀਵਰਸਿਟੀ ਬਾਰੇ ਬੋਲ ਸਕਦਾ। ਮੇਰੇ ਵੀਰਾਂ ਨੇ, ਪ੍ਰਬੰਧਕ ਵੀਰ ਨਾਲ ਖੜੇ ਨੇ, ਉਹਨਾਂ ਨੇ ਸਹਿਮਤੀ ਦਿੱਤੀ ਕਿ ਤੁਸੀਂ ਬੋਲੋ। ਦਾਸ ਦੀ ਟਰਨ ਆਈ, ਫਤਿਹ ਬੁਲਾਈ। ਦਾਸ ਨੇ ਸੋਚਿਆ ਵੀ ਨਹੀਂ, ਆਪਾਂ ਕਤਾਈ ਨਹੀਂ ਕਰਨੀ, ਫੰਕਸ਼ਨ ਕੋਈ ਹੋਰ ਚੱਲਿਆ, ਟੋਪਿਕ ਕੋਈ ਹੋਰ ਆ, ਸਬਜੈਕਟ ਹੋਰ ਆ। ਸੰਗਤਾਂ ਨੂੰ ਬੇਨਤੀ ਕੀਤੀ ਕਿ ਸਤਸੰਗ ਜੀ, ਦਾਸ ਨੂੰ ਕੈਲੰਡਰ ਬਾਰੇ ਕੋਈ ਵੀ ਨੌਲੇਜ ਨਹੀਂ ਹੈ, ਮੈਂ ਇੱਕ ਸਧਾਰਨ ਸਿੱਖ ਹਾਂ, ਮੇਰੇ ਕੋਲ ਇੱਕ ਖਿਆਲ ਆ, ਇੱਕ ਸੁਪਨਾ ਮਾਂ ਖਾਲਸਾ ਯੂਨੀਵਰਸਿਟੀ ਦਾ, ਜਿਹੜੀ ਆਪਣੇ ਕੋਲ ਹੈ ਨਹੀਂ। ਆਪਾਂ ਨੂੰ ਗੁਰੂ ਸਾਹਿਬ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੱਤਾ, ਪ੍ਰਿੰਸੀਪਲ ਦਿੱਤਾ, ਉਹ 'ਤੇ ਆਪਾਂ ਚੱਲ ਰਹੇ ਹਾਂ, ਔਰ ਆਪਾਂ ਪੂਰੇ ਸੰਸਾਰ ਭਰ ਵਿੱਚ ਕਾਮਯਾਬ ਹੋਏ, ਆਪਾਂ ਨੌਂ ਖੱਟਿਆ ਆਪਣਾ ਕਿਰਤ ਕਰਕੇ। ਸੋ ਆਪਣੇ ਕੋਲ ਯੂਨੀਵਰਸਿਟੀ ਨਹੀਂ ਹੈ, ਆਪਣੀ ਖਾਲਸਾ ਯੂਨੀਵਰਸਿਟੀ, ਉਹਦਾ ਇੱਕ ਡਰੀਮ ਆ ਮੇਰੇ ਮਨ 'ਚ, ਔਰ ਡੇ ਡਰੀਮ ਆ। ਜੇ ਤੁਸੀਂ ਕਹੋ ਤਾਂ ਦਾਸ ਬੋਲ ਦਿੰਦਾ, ਜੇ ਕਿਸੇ ਵੀਰ ਨੂੰ, ਬੀਬੀ ਨੂੰ ਇਹ 'ਤੇ ਓਬਜੈਕਸ਼ਨ, ਹੱਥ ਖੜ੍ਹਾ ਕਰ ਦਿਉ, ਦਾਸ ਫਤਿਹ ਬੁਲਾ ਕੇ ਬੈਠ ਜਾਂਦਾ। ਹੁਣ ਵੀਰ ਆਏ ਨੇ, ਵੀਰ ਜੀ ਖੜ੍ਹੇ ਨੇ ਨਾਲ ਸੰਧੂ ਸਾਹਿਬ, ਤਾਂ ਉੱਥੋਂ ਸੰਗਤਾਂ ਨੇ ਕਿਹਾ ਕਿ ਸਿੰਘ ਸਾਹਿਬ ਬੋਲੋ, ਖਾਲਸਾ ਯੂਨੀਵਰਸਿਟੀ ਤੁਹਾਡਾ ਡਰੀਮ ਆ, ਪਰ ਇਹ ਰਿਐਲਿਟੀ ਆ, ਬਣੂਗੀ। ਸੋ ਸੰਗਤਾਂ ਨੇ ਭਰਮਾ ਹੰਗਾਰਾ ਦਿੱਤਾ, ਉੱਥੇ ਜਕਾਰੇ ਛੱਡੇ, ਔਰ ਅਗਲੇ ਦਿਨ ਆ ਕੇ ਵੀਰ ਜੀ ਸਾਰੇ ਕਹਿੰਦੇ, ਪ੍ਰਬੰਧਕ ਵੀਰ ਕਹੇ ਅੱਜ ਗੁਰਦੁਆਰਾ ਸਾਹਿਬ ਸੰਗਤਾਂ ਨੂੰ ਬੋਲੋ। ਅਗਲਾ ਦਿਨ ਐਤਵਾਰ ਸੀਗਾ, ਅਤੇ ਇੱਥੇ ਸੰਗਤਾਂ ਨੂੰ ਬੋਲਿਆ ਗੁਰਦੁਆਰਾ ਸਾਹਿਬ ਜੋ ਲਿੰਡਨ ਸਾਡੀ ਕਮਿਊਨਿਟੀ ਦਾ ਗੁਰਦੁਆਰਾ, ਅੱਜ ਵੀ ਉੱਥੇ ਦਾਸ ਨੇ ਉਹੀ ਗੱਲਾਂ ਰਿਪੀਟ ਕੀਤੀਆਂ, ਅਤੇ ਸੰਗਤਾਂ ਸਾਡੀਆਂ ਜਿਹੜੀਆਂ ਲੋਕਲ ਆ, ਉਹਨਾਂ ਨੇ ਫਿਰ ਜਕਾਰੇ ਛੱਡੇ ਕਿ ਸਿੰਘ ਸਾਹਿਬ ਇਹ ਤੁਹਾਡਾ ਡਰੀਮ ਨਹੀਂ ਗਾ, ਇਹ ਰਿਐਲਿਟੀ ਆ, ਇਹ ਬਣੂਗੀ। ਹੁਣ ਤਿੰਨ ਵੀਰ ਇੱਥੇ ਖੜ੍ਹੇ ਨੇ, ਵੀਰ ਜੀ ਰਣਜੀਤ ਸਿੰਘ, ਵੀਰ ਜੀ ਕਰਨੈਲ ਸਿੰਘ, ਔਰ ਸੁਖਵੰਤ ਸਿੰਘ ਜੀ ਗਿੱਲ, ਜੋ ਪ੍ਰਬੰਧ ਆਪਣੇ ਇਸ ਵੇਲੇ ਮੁੱਖ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ। ਇਹਨਾਂ ਤਿੰਨਾਂ ਨੇ ਕਿਹਾ ਕਿ ਸਾਤੋਂ ਆ ਕੇ $20,000 ਦੇ ਚੈੱਕ ਲੈ ਜਾਓ ਤੁਸੀਂ। ਔਰ ਵੀਰ ਜੀ ਰਣਜੀਤ ਵੀਰ ਜੀ ਰਣਜੀਤ ਸਿੰਘ ਨੇ, ਇਹਨਾਂ ਨੇ ਵੀ ਉੱਠ ਕੇ ਕਿਹਾ ਕਿ ਧਾਲੀਵਾਲ ਸਾਹਿਬ ਇਹ ਡਰੀਮ ਨਹੀਂ ਹੈ, ਇਹ ਯੂਨੀਵਰਸਿਟੀ ਬਣੂਗੀ, ਤੁਸੀਂ ਡਟੋ ਇਹਦੇ 'ਤੇ। ਵੀਰ ਜੀ ਅਜੈਬ ਸਿੰਘ ਨੇ ਫਾਰਮ ਵਾਲੇ ਇੱਥੇ, ਉਹਨਾਂ ਨੇ $5,000 ਦਾ ਚੈੱਕ ਦਿੱਤਾ, ਔਰ ਇਹ ਡਰੀਮ ਹੀ ਸੀ ਹਲੇ ਜਿਹੜਾ ਖਿਆਲ ਆ। ਸੋ ਉੱਥੋਂ ਹੌਸਲਾ ਹੋਇਆ, ਸਾਰੇ ਵੀਰਾਂ ਨੇ ਸਹਿਯੋਗ ਦਿੱਤਾ, ਅਤੇ ਹਲੇ ਯੂਨੀਵਰਸਿਟੀ ਤਾਂ ਹੋਂਦ 'ਚ ਹੀ ਨਹੀਂ ਸੀ, ਰਜਿਸਟ੍ਰੇਸ਼ਨ ਵੀ ਨਹੀਂ ਸੀ ਕਟਾਈ ਕਾਰਪੋਰੇਸ਼ਨ ਦੀ, ਮਾਇਆ ਆਉਣੀ ਸ਼ੁਰੂ ਹੋ ਗਈ। ਸੋ ਫਿਰ 110 ਏਕੜ ਜ਼ਮੀਨ ਖਰੀਦੀ, ਜਿਹੜੀ ਕਿ ਏਅਰਪੋਰਟ ਤੋਂ 6 ਮੀਲ ਦੂਰ ਆ ਪਾਣੀ ਵੱਲ ਨੂੰ, ਸਮੁੰਦਰ ਦਾ ਵਿਊ ਬਹੁਤ ਵੱਡਾ, ਉੱਚੇ ਥਾਂ, ਔਰ ਆਹ ਜਗ੍ਹਾ 5 ਏਕੜ ਆ, ਇਹਦੇ ਵਿੱਚ ਕਾਲਜ ਸੀ, ਇਹ ਸਰਕਾਰੀ ਕਾਲਜ ਵਾਟਕਮ ਕਮਿਊਨਿਟੀ ਕਾਲਜ ਸੀ। ਇਹਨੂੰ ਵਾਹਿਗੁਰੂ ਨੇ ਆਪਣੇ ਗਰੀਬ ਸਿੱਖਾਂ ਦੀ ਝੋਲੀ ਪਾ ਤਾ, ਇਹ ਮਿਲੀਅਨਸ ਡਾਲਰਸ ਦੀ ਪ੍ਰੋਪਰਟੀ ਆ, ਮਲਟੀ ਮਿਲੀਅਨਸ ਦੀ, ਆਪਣੀ ਸਮਰੱਥਾ ਨਹੀਂ ਸੀ ਖਰੀਦਣ ਦੀ। ਸਾਰੇ ਅਸੀਂ ਇਕੱਠੇ ਹੋਏ ਵੀਰ, ਲੋਕਾਂ ਨੇ, ਵੀਰਾਂ ਨੇ, ਪਰਿਵਾਰਾਂ ਨੇ ਘਰਾਂ 'ਤੇ ਪੈਸੇ ਚੱਕ ਕੇ ਪੈਸੇ ਦਿੱਤੇ ਨੇ ਲੈਣ ਲਈ, ਇੱਕ ਭਰੋਸਾ ਕੀਤਾ ਦਾਸ 'ਤੇ ਕਿ ਤੁਸੀਂ ਲਓ ਭਾਅ ਜੀ। ਦੋ ਪਰਿਵਾਰ ਨੇ, ਨੋਨੀਆਂ ਭੈਣ ਜੀ ਗੁਰਪ੍ਰੀਤ ਵੀਰ ਜੀ ਇੱਥੇ ਆਏ ਹੋਏ ਨੇ, ਜੋਗਾ ਸਿੰਘ ਮਾਨ ਅੰਮ੍ਰਿਤ ਕੌਰ, ਕਰਨੈਲ ਸਿੰਘ ਵੀਰ ਜੀ ਕਾਰਡਾਂ 'ਤੇ ਚੱਕ ਕੇ ਪੈਸੇ ਦਿੱਤੇ ਨੇ, ਇੱਕ ਵੀਰ ਕੈਲੀਫੋਰਨੀਆ, ਉਹ ਸਿਰਫ 'ਤੇ ਸਿਰਫ ਛੋਟੀ ਜਿਹਾ ਸਟੋਰ ਆ ਉਹਨਾਂ ਦਾ, $50,000 ਉਹਨਾਂ ਨੇ ਸਾਰੀ ਜ਼ਿੰਦਗੀ 'ਚ ਇਕੱਠਾ ਕੀਤਾ ਸੀ, ਸਾਨੂੰ ਭੇਜਤਾ ਉਹਨਾਂ ਨੇ। ਸੋ ਸਾਰੇ ਹੀ ਪਰਿਵਾਰਾਂ ਨੇ, ਸਾਰੇ ਹੀ ਵੀਰਾਂ ਨੇ ਬਹੁਤ ਭਰਮਾ ਹੰਗਾਰਾ ਦਿੱਤਾ, ਨਾਲ ਮੋਢੇ ਨਾਲ ਮੋਢਾ ਜੋੜਿਆ, ਔਰ ਇਹ ਬਿਲਡਿੰਗ ਮਿਲ ਗਈ, ਇਹਦਾ ਲਾਇਸੈਂਸ ਲਿਆ, ਇੱਥੇ ਆਪਾਂ ਸਕੂਲ ਚਲਾ ਰਹੇ ਹਾਂ, ਹਾਈ ਸਕੂਲ ਦੀ ਸਾਨੂੰ ਪਰਮਿਸ਼ਨ ਆ, ਔਰ ਇਹ ਚੱਲ ਰਿਹਾ 3 ਸਾਲ ਤੋਂ। ਵੀਕਐਂਡ 'ਤੇ ਆਪਾਂ ਗੁਰਮਤ ਦੀਆਂ, ਸਿੱਖ ਇਤਿਹਾਸ ਦੀਆਂ, ਨਾਲ ਅਮੈਰੀਕਾ ਦੀ ਹਿਸਟਰੀ ਵੀ ਪੜ੍ਹਾਉਂਦੇ ਹਾਂ ਅਸੀਂ ਬੱਚਿਆਂ ਨੂੰ, ਕਿ ਆਪਣਾ ਇਤਿਹਾਸ ਵੀ ਜਾਣੋ, ਤੁਹਾਨੂੰ ਹਰ ਚੀਜ਼ ਦੀ, ਇਹ ਕੰਟਰੀ 'ਚ ਤੁਹਾਡਾ ਜਨਮ ਹੋਇਆ,
ਇਹ ਕੰਟਰੀ ਦਾ ਇਤਿਹਾਸ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਕੁਐਸਚਨ ਪੁੱਛੇ ਤੁਸੀਂ ਕੰਪੇਅਰ ਕਰ ਸਕਦੇ ਹੋ ਸਿੱਖ ਹਿਸਟਰੀ ਕੀ ਕਹਿੰਦੀ ਆ, ਅਮਰੀਕਾ ਦੀ ਹਿਸਟਰੀ ਕੀ ਕਹਿੰਦੀ ਆ। ਅਮਰੀਕਾ ਵੀ ਇੱਕ ਕਾਮਯਾਬ ਮੁਲਕ ਆ, ਅਮੀਰ ਮੁਲਕ ਆ, ਔਰ ਬੜਾ ਦਲੇਰੀ ਨਾਲ ਆਪਦਾ ਕੰਮ ਕਰ ਰਹੇ ਨੇ। ਸਾਡੀ ਕੌਣ ਜਿਹੜੀ ਕੌਮ ਆ, ਕਿਰਤੀ ਕੌਮ ਆ, ਮਿਹਨਤੀ ਕੌਮ ਆ, ਇਮਾਨਦਾਰੀ ਨਾਲ ਕੰਮ ਕਰਦੇ ਹਾਂ। ਸੋ ਦੋਨੋਂ ਕੰਟਰੀ ਦੇ ਜਿਹੜੇ ਪ੍ਰਿੰਸੀਪਲ ਨੇ, ਚੰਗੇ ਪ੍ਰਿੰਸੀਪਲ ਆ ਜਿਹੜੇ, ਉਹਨਾਂ ਨੂੰ ਇੱਕ ਪਲੇਟਫਾਰਮ ਮਿਲ ਗਿਆ ਬੱਚਿਆਂ ਨੂੰ, ਯੂਥ ਨੂੰ। ਸੋ ਇੱਥੇ ਸਿੱਖ ਹਿਸਟਰੀ ਨੂੰ ਸਾਂਭਣ ਦਾ, ਇਹ ਵਿੱਦਿਆ ਨੂੰ ਚਲਾਉਣ ਦਾ, ਗੁਰੂ ਦੀ ਬਾਣੀ ਨੂੰ ਫੈਲਾਉਣ ਦਾ, ਕੀਰਤਨ ਰਾਹੀਂ, ਕਥਾ ਰਾਹੀਂ, ਵਿਚਾਰਾਂ ਰਾਹੀਂ ਹੁਣ ਸਾਰੇ ਵਿਦਵਾਨ ਜੁੜ ਗਏ ਨੇ। ਅਤੇ ਇਹ ਜਿਹੜੀ ਹੁਣ ਅੱਗੇ ਜਿਹੜੀ ਆਪਾਂ ਇਸ ਦੀ ਸ਼ੁਰੂਆਤ ਆ, ਉਹਦੀ ਅਰਦਾਸ ਕਰਨ ਜਾ ਰਹੇ ਹਾਂ ਆਪਾਂ ਅੱਜ। ਆਪਾਂ ਹੋਰ ਕੋਈ ਵੱਡਾ ਸਮਾਗਮ ਨਹੀਂ, ਸਿਰਫ ਅਤੇ ਸਿਰਫ ਸੰਗਤ ਰੂਪ ਦੇ ਵਿੱਚ ਸਿੰਘ ਸਾਹਿਬ ਆਪਣੇ ਨਾਲ ਨੇ, ਪੰਜ ਸਿੰਘ ਸਾਹਿਬਾਨ ਇੰਡੀਆ ਤੋਂ ਆਏ ਨੇ, ਵਿਦਵਾਨ ਆਏ ਨੇ, ਡਾਕਟਰ ਗੁਰਨਾਮ ਸਿੰਘ ਉਹਨਾਂ ਨਾਲ ਪੂਰੀ ਟੀਮ ਆ, ਡਾਕਟਰ ਮਨਜੀਤ ਸਿੰਘ ਜੀ ਰਜਿਸਟਰਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, DAV ਕਾਲਜ ਦੇ ਡਾਕਟਰ ਖਰਾਣਾ ਆਏ ਨੇ, ਔਰ ਹੋਰ ਬਹੁਤ ਪ੍ਰੋਫੈਸਰ ਸਾਹਿਬ ਆਏ ਨੇ। ਸੋ ਸਾਰੇ ਹੁਣ ਇਕੱਤਰ ਹੋ ਕੇ ਇਹਦੀ ਸ਼ੁਰੂਆਤ ਕਰਾਂਗੇ। ਸੋ ਇਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ ਆ ਜੀ, ਔਰ ਵਾਹਿਗੁਰੂ ਦੀ ਕਿਰਪਾ ਹੁਣ ਆਪਾਂ ਨੂੰ ਪੂਰੇ ਅਮਰੀਕਾ, ਕੈਨੇਡਾ ਦੀਆਂ ਸੰਗਤਾਂ, ਸਿਆਟਲ ਦੀਆਂ, ਸਾਰੇ ਗੁਰਦੁਆਰਾ ਸਾਹਿਬਾਨ ਆਏ ਨੇ, ਸਰੀ ਦੇ, ਐਕਸਫੋਰਡ ਦੇ, ਔਰ ਸੇਲਮ ਤੱਕ ਤੋਂ ਜਿਹੜੇ ਗੁਰਦੁਆਰਾ ਸਾਹਿਬ ਆਏ ਨੇ, ਸਾਰੇ ਵੀਰ ਖੜ੍ਹੇ ਨੇ ਨਾਲ, ਪ੍ਰਬੰਧਕ ਵੀਰ ਔਰ ਸਿੰਘ ਸਾਹਿਬ ਆਏ ਨੇ ਤੁਹਾਡੇ ਸਾਹਮਣੇ ਨੇ। ਸੋ ਸਾਰਿਆਂ ਨੇ ਅਰਦਾਸ ਕਰਨੀ ਆ, ਇਸ ਤਰ੍ਹਾਂ ਸ਼ੁਰੂਆਤ ਹੋਈ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ, ਮੈਂ ਇਹਨਾਂ ਖੁਸ਼ੀਆਂ ਵਿੱਚ ਸ਼ਾਮਿਲ ਹੋਇਆ ਕਿ ਜਦੋਂ ਇਹ 550 ਸਾਲਾ ਸ਼ਤਾਬਦੀ ਦਾ ਵਰ੍ਹਾ ਚੱਲ ਰਿਹਾ ਔਰ ਸਾਨੂੰ ਖਾਲਸਾ ਯੂਨੀਵਰਸਿਟੀ ਪ੍ਰਾਪਤ ਹੋਈ ਹੈ, ਔਰ ਮੈਂ ਸਰਦਾਰ ਮਨਜੀਤ ਸਿੰਘ ਜੀ, ਡਾਕਟਰ ਗੁਰਨਾਮ ਸਿੰਘ ਜੀ, ਇਹਨਾਂ ਦੇ ਜਿੰਨੇ ਸਹਿਯੋਗੀ ਨੇ, ਮੈਂ ਉਹਨਾਂ ਨੂੰ ਵਧਾਈ ਦਿੰਦਾ। ਮੈਂ ਇਹਨਾਂ ਲਈ ਅਰਦਾਸ ਵੀ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਔਰ ਅੱਜ ਜੋ ਨੀਂਹ ਪੱਥਰ ਰੱਖਿਆ ਜਾਣਾ ਹੈ ਔਰ ਜੋ ਸੰਗਤੀ ਅਰਦਾਸ ਹੋਣੀ ਹੈ, ਮੈਂ ਵੀ ਦਿੱਲੀ ਕਮੇਟੀ ਵੱਲੋਂ ਇੱਥੇ ਹਾਜ਼ਰੀ ਭਰਨ ਵਾਸਤੇ ਆਇਆ। ਮੈਨੂੰ ਵੀ ਹੁਕਮ ਹੋਇਆ, ਮੈਂ ਆਪਣੇ ਧੰਨ ਭਾਗ ਸਮਝਦਾ ਕਿ ਇਹਨਾਂ ਖੁਸ਼ੀਆਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਮੇਰੀ ਵੀ ਹਾਜ਼ਰੀ ਲਵਾਈ ਹੈ, ਔਰ ਅੱਜ ਦੇ ਇਸ ਬਹੁਤ ਵੱਡੇ ਕਾਰਜ ਦੀ, ਮੈਂ ਸਮਝਦਾ ਕੋਈ ਛੋਟਾ ਜਿਹਾ ਕਾਰਜ ਨਹੀਂ ਹੈ, ਇਹ ਬਹੁਤ ਵੱਡਾ ਕਾਰਜ ਹੈ ਕਿ ਸਾਡੀ ਖਾਲਸਾ ਯੂਨੀਵਰਸਿਟੀ ਹੋਏਗੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਕਾਰ ਲਈ, ਭਾਵੇਂ ਉਹ ਪੁਰਾਣੀ ਸੀ, ਛੋਟੀ ਸੀ, ਅਤੇ ਮੇਰੇ ਭਰਾ ਵੱਡੇ ਨੇ ਮੇਰੇ ਚਾਚੇ ਨੂੰ ਕਿਹਾ, ਮੇਰਾ ਛੋਟਾ ਨਾਂ ਲੈ ਕੇ ਜਿੱਦਾਂ ਘਰ ਦੇ ਲੈਂਦੇ ਹੁੰਦੇ ਨੇ ਕਿ ਉਹਨੇ ਕਾਰ ਲਈ ਹੈ, ਤਾਂ ਮੈਨੂੰ ਯਾਦ ਹੈ ਕਿ ਮੇਰੇ ਚਾਚੇ ਨੇ ਗਲੀ ਵਿੱਚ ਖਲੋਤੇ ਨੇ ਪੈਰਾਂ 'ਚੋਂ ਜੋੜਾ ਉਤਾਰਿਆ ਅਤੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਅਸੀਂ ਵੀ ਕਾਰਾਂ ਵਾਲੇ ਹੋਏ। ਸੋ ਇਹ ਤਾਂ ਖੁਸ਼ੀ ਪ੍ਰਗਟ ਕੀਤੀ ਜਾ ਸਕਦੀ ਹੈ ਕਿ ਅਸੀਂ ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣ ਵਾਲੇ, ਅਸੀਂ ਯੂਨੀਵਰਸਿਟੀਆਂ ਦੇ ਮਾਲਕ ਹੋਵਾਂਗੇ। ਸੱਚੇ ਪਾਤਸ਼ਾਹ ਇਹਨਾਂ ਉਦਮਾਂ ਨੂੰ ਭਾਗ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਅੱਜ ਸਾਡੇ ਵਾਸਤੇ ਬਹੁਤ ਹੀ ਪਾਵਨ ਪਵਿੱਤਰ ਇਤਿਹਾਸਕ ਦਿਹਾੜਾ ਵਾ। ਜਦੋਂ ਖਾਲਸਾ ਪੰਥ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਵਾਸਤੇ ਅਰਦਾਸ ਸਮਾਗਮ ਕੀਤਾ ਜਾ ਰਿਹਾ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸਮੇਂ 'ਤੇ ਇਸ ਯੂਨੀਵਰਸਿਟੀ ਵਾਸਤੇ ਅਰਦਾਸ ਸਮਾਗਮ ਕੀਤਾ ਜਾ ਰਿਹਾ। ਮੈਂ ਸਮਝਦਾ ਕਿ ਬ੍ਰਹਿਮੰਡੀ ਸੋਚ ਦੀ ਧਾਰਨੀ, ਬ੍ਰਹਿਮੰਡੀ ਸਿੱਖਾਂ ਵਾਸਤੇ ਇਸ ਤੋਂ ਵੱਡਾ ਕਾਰਜ ਕੋਈ ਨਹੀਂ ਹੋ ਸਕਦਾ ਕਿ ਜਦੋਂ ਖਾਲਸਾ ਜਿਹੜਾ ਕਿ ਵਿਸ਼ਵ ਵਿਆਪੀ ਭਾਈਚਾਰਾ ਵਾ, ਉਹਦੇ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਆਰੰਭ ਕੀਤਾ ਜਾ ਰਿਹਾ। ਅਕਾਲ ਪੁਰਖ ਨੇ ਬਹੁਤ ਰਹਿਮਤ ਕੀਤੀ ਆ ਸਰਦਾਰ ਮਨਜੀਤ ਸਿੰਘ ਦੇ ਅਤੇ ਇਹਨਾਂ ਦੀ ਸਮੁੱਚੀ ਟੀਮ 'ਤੇ। ਇਹਨਾਂ ਵੱਲੋਂ ਜਿਹੜਾ ਇਹ ਕਾਰਜ ਕੀਤਾ ਜਾ ਰਿਹਾ, ਉਹਦੇ ਪ੍ਰਤੀ ਇਹ ਕਿੰਨੇ ਸਹਾਰਦ ਨੇ,
ਕਿੰਨੇ ਡੈਡੀਕੇਟਡ ਨੇ, ਕਿੰਨੇ ਸਮਰਪਿਤ ਨੇ ਕਿ ਸਾਰੀ ਦੀ ਸਾਰੀ ਜਿਹੜੀ ਪ੍ਰਾਪਰਟੀ ਆ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ 'ਤੇ ਕੀਤੀ ਆ। ਇਹਨਾਂ ਦਾ ਮਿਸ਼ਨ ਬਹੁਤ ਹੀ ਪਵਿੱਤਰ ਆ। ਦੂਸਰਾ ਜਿਹੜਾ ਨਾਂ ਰੱਖਿਆ ਖਾਲਸਾ ਯੂਨੀਵਰਸਿਟੀ, ਖਾਲਸੇ ਦੀ ਜਿਹੜੀ ਪਰਿਭਾਸ਼ਾ ਦਿੱਤੀ ਗਈ ਆ, ਖਾਲਸਾ ਖਾਸ ਕਹਾਵੇ ਸੋਈ ਜਾਂ ਕੇ ਹਿਰਦੇ ਭਰਮ ਨਾ ਹੋਈ, ਭਰਮ ਭੇਖਤੇ ਰਹੇ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ। ਉਸ ਖਾਲਸੇ ਦੇ ਨਾਂ 'ਤੇ ਜਿਹੜਾ ਕਿ ਸਰਬੱਤ ਦਾ ਭਲਾ ਸਵੇਰੇ ਸ਼ਾਮ ਮੰਗਦਾ ਵਾ, ਗੁਰੂ ਨਾਨਕ ਸਾਹਿਬ ਦੇ ਵੱਲੋਂ ਦਿੱਤੇ ਹੋਏ ਸਿਧਾਂਤ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣ 'ਤੇ ਚੱਲਦਾ ਵਾ, ਉਸ ਵਿਚਾਰਧਾਰਾ ਨੂੰ ਸੰਸਾਰ 'ਤੇ ਫੈਲਾਉਣ ਲਈ ਇਸ ਯੂਨੀਵਰਸਿਟੀ ਦਾ ਆਰੰਭਤਾ ਕੀਤੀ ਜਾ ਰਹੀ ਆ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਨੇ ਜਿਹੜਾ ਕਿਹਾ ਕਿ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਉਹ ਕਿਸੇ ਇੱਕ ਖੇਤਰ ਵਾਸਤੇ ਨਹੀਂ ਸੀ, ਇੱਕ ਕੌਮ ਵਾਸਤੇ ਨਹੀਂ ਸੀ, ਇੱਕ ਭਾਸ਼ਾ ਵਾਸਤੇ ਨਹੀਂ ਸੀ, ਸਮੁੱਚੇ ਬ੍ਰਹਿਮੰਡ ਵਾਸਤੇ ਉਹਨਾਂ ਨੇ ਧਰਤ ਲੁਕਾਈ ਨੂੰ ਸੋਧਣ ਵਾਸਤੇ ਸੰਸਾਰ ਦੀ ਫੇਰੀ ਕੀਤੀ ਸੀ। ਅਤੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਵਾ, ਉਸ ਵਿਚਾਰਧਾਰਾ ਅਨੁਸਾਰ ਹਰ ਸਿੱਖ ਬ੍ਰਹਿਮੰਡ ਦੇ ਕਿਸੇ ਵੀ ਕੋਨੇ 'ਚ ਹੋਵੇ ਤਾਂ ਇਹੀ ਅਰਦਾਸ ਕਰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਅਧੀਨ ਹੀ ਇਹ ਕਾਰਜ ਵੀ ਕੀਤਾ ਜਾ ਰਿਹਾ। ਅਸੀਂ ਬਹੁਤ ਛੋਟੀ ਉਮਰ ਦੇ ਹਾਂ, ਬਹੁਤ ਕੌਮੀ ਪੱਧਰ 'ਤੇ ਸਾਡੀ ਬਹੁਤ ਉਮਰ ਛੋਟੀ ਆ, ਪਰ ਜੇਕਰ ਅਸੀਂ ਵੇਖੀਏ ਪ੍ਰਾਪਤੀਆਂ ਦੇ ਪੱਖ ਤੋਂ ਤਾਂ ਸਿੱਖਾਂ ਨੇ ਆਪਣੀ ਵਿਲੱਖਣ ਹੋਂਦ ਹਸਤੀ ਅਤੇ ਪਹਿਚਾਣ ਜਿਹੜੀ ਆ ਬ੍ਰਹਿਮੰਡ 'ਚ ਸਥਾਪਿਤ ਕਰ ਲਈ ਆ। ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਹੀ ਮਿਹਰਬਾਨੀ ਆ। ਮੈਂ ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਰਦਾਰ ਮਨਜੀਤ ਸਿੰਘ ਜੀ ਅਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਾ। ਮੇਰੀ ਤਾਂ ਮੁਬਾਰਕਬਾਦ ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਵੀ ਆ ਕਿ ਅਸੀਂ ਮਿਲ ਕੇ ਜੋ ਚਾਹੀਏ ਕਰ ਸਕਦੇ ਹਾਂ। ਮਿਲਵੇ ਕੀ ਮਹਿਮਾ ਬਣ ਨਾ ਸਕੂੰ। ਸੰਗਤੀ ਰੂਪ 'ਚ ਸਿੱਖ ਜਦੋਂ ਇਕੱਠੇ ਹੁੰਦੇ ਨੇ ਅਤੇ ਇਕੱਠੇ ਹੋ ਕੇ ਜੋ ਚਾਹੁਣ ਉਹ ਦੁਨੀਆ ਦਾ ਕਾਰਜ ਕਰ ਸਕਦੇ ਆ। ਕੋਈ ਦੁਨੀਆ ਦੀ ਤਾਕਤ ਨਹੀਂ ਹੈਗੀ ਕਿ ਸਿੱਖਾਂ ਨੂੰ ਹਰਾ ਸਕੇ। ਲੋੜ ਆ ਕਿ ਸੰਗਤੀ ਰੂਪ ਦੇ ਵਿੱਚ ਅਸੀਂ ਕਾਰਜ ਕਰੀਏ। ਇਹ ਜਿਹੜਾ ਕਾਰਜ ਕਰਨ ਜਾ ਰਹੇ ਹਾਂ ਇਹ ਸਰਬੱਤ ਦੇ ਭਲੇ ਲਈ ਆ। ਸਿੱਖਾਂ ਨੂੰ ਗਿਆਨੀਆਂ ਦਾ ਧਰਮ ਕਿਹਾ ਜਾਂਦਾ। ਸਿੱਖਾਂ ਦਾ ਜਿਹੜਾ ਵਿਸ਼ਵਾਸ ਆ ਉਹ ਗਿਆਨ 'ਤੇ ਆ। ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ ਕਿ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਰਾ ਭਉ ਹੈ ਦੂਜਾ। ਸਾਨੂੰ ਗਿਆਨ ਦੀ ਪ੍ਰਾਪਤੀ ਵਾਸਤੇ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ, ਕਿਉਂਕਿ ਅਸੀਂ ਮਾਈਕਰੋ ਮਿਨੋਰਟੀ 'ਚ ਹਾਂ। ਜਿੰਨਾ ਚਿਰ ਅਸੀਂ ਪੜ੍ਹਾਂਗੇ ਨਹੀਂ, ਐਕਸੈਲ ਨਹੀਂ ਕਰਾਂਗੇ, ਉਹਨਾਂ ਚਿਰ ਅਸੀਂ ਸੰਸਾਰ 'ਤੇ ਤਰੱਕੀ ਨਹੀਂ ਕਰ ਸਕਾਂਗੇ। ਇਸ ਕਾਰਜ ਵਾਸਤੇ ਮੈਂ ਸਰਦਾਰ ਮਨਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਬਾਰਕਬਾਦ ਵੀ ਦਿੰਦਾ। ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਕਿ ਇਸ ਸ਼ੁਭ ਕਾਰਜ ਨੂੰ ਕਰਨ ਲਈ ਸਾਨੂੰ ਸਾਰਿਆਂ ਨੂੰ ਸਮਰੱਥ ਅਤੇ ਸਮਰੱਥਾ ਬਖਸ਼ੇ। ਅਸੀਂ ਇਸ ਕਾਰਜ ਦੇ ਵਿੱਚ ਪਾਈ ਪਾਈ ਪਾ ਕੇ, ਪੈਣੀ ਪੈਣੀ ਪਾ ਕੇ ਆਪ ਹਿੱਸੇਦਾਰ ਬਣੀਏ ਅਤੇ ਅਹਿਸਾਸ ਕਰੀਏ ਕਿ ਅਸੀਂ ਯੂਨੀਵਰਸਲ ਕਾਰਜ ਦੇ ਵਿੱਚ ਹਿੱਸੇਦਾਰ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨਗੇ ਇਹ ਯੂਨੀਵਰਸਿਟੀ ਜਿਹੜੀ ਆ ਖਾਲਸੇ ਦੀ ਖੁਸ਼ਬੂਈ ਨੂੰ, ਸਿੱਖੀ ਦੀ ਖੁਸ਼ਬੂਈ ਨੂੰ ਸੰਸਾਰ ਭਰ ਵਿੱਚ ਵੰਡਣ ਵਿੱਚ ਬਹੁਤ ਬਹੁਤ ਵੱਡੀ ਸਹਾਇਕ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾਂ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਇਸ ਦੇ ਨਾਲ ਜੋ ਅਸੀਂ ਭਾਈ ਸਾਹਿਬ ਮਨਜੀਤ ਸਿੰਘ ਜੀ ਨੇ ਅਤੇ ਔਰ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਿ ਇਹ ਇੱਕ ਬਹੁਤ ਵੱਡਾ ਉਪਰਾਲਾ ਔਰ ਯੂਨੀਕ ਇੱਕ ਉਪਰਾਲਾ ਜੋ ਜਿਹੜਾ ਕਿ ਇਸ ਕਾਉਂਟੀ ਦੇ ਵਿੱਚ ਹੋਇਆ। ਫਰੋਮ ਦਿਸ ਕਾਉਂਟੀ ਅਬਾਊਟ 115 ਈਅਰਸ ਅਗੋ ਦੀ ਸਿੱਖਸ ਵਰ ਐਕਸਪੈਲਡ ਫਰੋਮ ਹੀਅਰ ਇਨ
September 1907. And then now, 100 years later, we are flourishing here. There are more than 7,000 people who live in this county. And I have been elected to the county council 5 years ago. And currently, I'm going to run for county executive position. We are less than 1% population in this community. But having this kind of success is based on the efforts by the whole community. What character we have shown in last 30 years in this community by our business, by our public service, by our kids, and showing that kind of hard work is being recognized in this community. And I think that's a success for the Khalsa and a success for the Sikh community. And now, at this place, we are going to establish a university, which is such a unique thing in all parts of the United States, where people have been here for more than 100 years. And we came here only like 30 years ago. Because after 1907, for 75 years, no Punjabi, no Sikh, no Indian person came to this country to live here. And now we came here in early 1980s, and look, within 30 plus years, what we have been able to show. I think that shows the character of our people. It shows the hard work of our people, and it shows that how, when the community is together, how much they can achieve. And establishing this university is a great thing, because we have such a treasure in the form of Guru Granth Sahib. We need to expose it to the world. We need to tell them who we are, what our teachings are, and the university Vidya Phale Vidya Chanan Hoy. Or once we expose the teachings of Guru Granth Sahib, I think the whole world will become Sikh. Vaheguru Ji Ka Khalsa, Vaheguru Ji Ki Fateh. ਮੈਂ ਆਪ ਨੂੰ ਇਸ ਸਥਾਨ ਤੇ ਸਾਰੇ ਹੀ ਸਾਡੇ ਅੱਜ ਪ੍ਰਬੰਧ ਤੇ ਪਹੁੰਚੇ ਆ ਸਾਰਿਆਂ ਨੂੰ ਪਹਿਲਾਂ ਤਾਂ ਜੀ ਆਇਆਂ ਆਖਦਾ ਕਿ ਅੱਜ ਇਸ ਵਡਕਮ ਕਾਉਂਟੀ ਦੇ ਵਿੱਚ ਬੜੇ ਹੀ ਭਾਗ ਲੱਗੇ ਹਨ ਇਸ ਧਰਤੀ ਤੇ। ਜੇ ਸਾਨੂੰ 1907 ਦੇ ਵਿੱਚ ਇੱਥੋਂ ਕੱਢਿਆ ਗਿਆ ਸੀ ਸਾਡੇ ਸਿੱਖ ਉਸ ਪੁਰਾਣੀ ਉਸ ਟਾਈਮ 'ਤੇ ਸਾਢੇ ਕੁ 300 ਪੁਰਾਣੀ ਇੱਥੇ ਸਨ ਜਿਹੜੇ ਕਿ ਜਿਨ੍ਹਾਂ ਨੂੰ ਇਸ ਧਰਤੀ ਤੋਂ ਕੱਢਿਆ ਗਿਆ ਸੀ ਕਿ ਕਿਉਂਕਿ ਉਹ ਕਹਿੰਦੇ ਸੀ ਸਾਡੀਆਂ ਜੌਬਾਂ ਤੁਸੀਂ ਰੋਕ ਲਈਆਂ ਕਿ ਉਹਨਾਂ ਨੂੰ ਇਕੱਠੇ ਕਰਕੇ ਸਿਟੀ ਹਾਲ ਦੇ ਵਿੱਚ ਇਕੱਠੇ ਕਰਕੇ ਸਾਰਿਆਂ ਨੂੰ ਕਹਿਤਾ ਸੀ ਇੱਥੋਂ ਜਾਂ ਤਾਂ ਨਿਕਲ ਜਾਓ ਨਹੀਂ ਤੁਹਾਡੇ ਨਾਲ ਅੱਤਿਆਚਾਰ ਹੋਊਗਾ। ਉਹ ਪਰ ਸਿੱਖ ਸਾਡੇ ਸਮਝਦਾਰ ਸੀ ਇੱਥੋਂ ਚਲੇ ਗਏ ਸੀ ਕੁਛ ਸਟਕਟਨ ਨੂੰ ਕੁਛ ਵੈਨਕੂਵਰ ਨੂੰ ਸਤਸੰਗ ਜੀ। ਉਸ ਤੋਂ ਬਾਅਦ ਇੱਥੇ 70-72 ਸਾਲ ਸਾਡਾ ਸਿੱਖ ਆ ਕੇ ਨਹੀਂ ਕੋਈ ਵਸਿਆ। 72-73 ਸਾਲ ਬਾਅਦ ਦਾਸ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ। 1983 ਦੇ ਵਿੱਚ ਇੱਥੇ ਆ ਕੇ ਫਾਰਮ ਲਿਆ, ਇੱਥੇ ਆਣ ਕੇ ਵਸਣ ਲੱਗੇ। ਫਿਰ ਪਹਿਲੇ ਅਸੀਂ 5-4 ਦੋ 3 ਪਰਿਵਾਰ ਸੀਗੇ ਜਿਹੜੇ ਅਸੀਂ ਇੱਥੇ ਆ ਕੇ ਵਸੇ ਹਾਂ। ਉਸ ਤੋਂ ਬਾਅਦ ਇੱਥੇ ਹਰ ਸਾਲੋਂ ਹਰ ਸਾਲ ਸਾਡੀ ਜਿਹੀਆਂ ਕਮਿਊਨਿਟੀ ਇੱਥੇ ਵੱਧਦੀ ਗਈ। 2000 ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਪੋਲ ਰੋਡ ਜਿਹੜਾ ਗੁਰਦੁਆਰਾ ਸਾਹਿਬ ਬਣਿਆ, ਇਸ ਟਾਈਮ ਦੇ ਉੱਤੇ ਸਾਡੀ ਜਿਸ ਤਰ੍ਹਾਂ ਸਿੱਧੂ ਸਾਹਿਬ ਉਹਨਾਂ ਨੇ ਦੱਸਿਆ ਕਿ 7,000 ਦੀ ਸਾਡੀ ਸਿੱਖਾਂ ਦੀ ਵਾਧੀ ਹੈ, ਕਿ ਇਸ ਕਾਉਂਟੀ ਦੇ ਵਿੱਚ ਕਿਸ ਤਰ੍ਹਾਂ ਭਾਗ ਲੱਗੇ ਹੈ, ਅਤੇ ਅੱਜ ਜੋ ਕੁਛ ਇੱਥੇ ਸਮਾਪਤ ਹੋ ਰਿਹਾ ਹੈਗਾ ਕਿ ਇਸ ਮਨਜੀਤ ਸਿੰਘ ਧਾਲੀਵਾਲ ਦੇ ਉੱਦਮ ਦੇ ਨਾਲ ਇਹ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਵੱਡਾ ਉਪਰਾਲਾ ਹੈ, ਇਹ ਇੱਕ ਬਹੁਤ ਵੱਡਾ ਉਪਰਾਲੇ ਦੇ ਨਾਲ ਨਾਲ ਮੈਂ ਸਾਰੀ ਸਿੱਖ ਸੰਗਤਾਂ ਨੂੰ, ਸਿੱਖ ਕੌਮ ਨੂੰ ਇਹ ਕਹੂੰਗਾ ਕਿ ਅੱਜ ਜੋ ਕੁਛ ਵੰਡਣ ਅਸੀਂ, ਜਿਹੜਾ ਸਾਨੂੰ ਗੁਰੂ ਨਾਨਕ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਸੀ, ਉਹ ਇੱਕ ਇਸ ਤਰ੍ਹਾਂ ਹੀ ਵੰਡਿਆ ਜਾ ਸਕਦਾ ਕਿ ਸਾਡੀ ਯੂਨੀਵਰਸਿਟੀ ਹੋਊਗੀ ਅਤੇ ਉਹਦੇ 'ਚ ਸਾਡੇ ਧਾਰਮਿਕ ਵਿਦਵਾਨ ਬਣਨਗੇ, ਸਿੱਖਿਆ ਲੈਣਗੇ, ਕਿ ਸਾਡੀ ਉਹ ਫਿਲਾਸਫੀ ਹੈ ਜਿਹੜੀ ਗੁਰੂ ਨਾਨਕ ਦੀ ਉਹ ਵੱਧ ਤੋਂ ਵੱਧ ਫੈਲਾਈ ਜਾਊਗੀ। ਆਈ ਵੁੱਡ ਲਾਈਕ ਟੂ ਕੰਗਰੈਚੁਲੇਟ ਦ ਹੋਲ ਸਿੱਖ ਕਮਿਊਨਿਟੀ
on this noble effort that they've made in creating this university. My uncle Sardar Manjeet Singh had shared this vision with me 2 years ago, and now it's come to fruition, and I'm very proud and very happy that all my uncles have come from Chonkiman Pind, India for this celebration. Thank you. Main Sikh Center of Seattle Bothell Ballo itthe aaya ਅਤੇ ਬਹੁਤ ਖੁਸ਼ੀ ਹੋ ਰਹੀ ਆ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ, ਇਸ ਯੂਨੀਵਰਸਿਟੀ ਦਾ, ਅਕੈਡਮੀ ਦਾ ਸਾਰੇ ਬੱਚਿਆਂ ਨੂੰ, ਨੇੜੇ ਦੇ ਇਲਾਕਿਆਂ ਨੂੰ ਬਹੁਤ ਫਾਇਦਾ ਹੋਊਗਾ। ਸਾਡੇ ਬੋਥਲ ਕਮੇਟੀ ਵੱਲੋਂ ਇਸ ਉੱਦਮ ਵਾਸਤੇ ਸਭ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਅੱਜ ਬਹੁਤ ਹੀ ਖੁਸ਼ੀਆਂ ਭਰਿਆ ਸਮਾਗਮ ਹੋਣ ਜਾ ਰਿਹਾ ਹੈ, ਉਹ ਹੈ ਖਾਲਸਾ ਯੂਨੀਵਰਸਿਟੀ, ਜਿੱਥੇ ਮਨਜੀਤ ਸਿੰਘ ਧਾਲੀਵਾਲ ਨੇ ਬਹੁਤ ਵੱਡਾ ਉੱਦਮ ਉਪਰਾਲਾ ਕਰਕੇ ਇਸ ਯੂਨੀਵਰਸਿਟੀ ਦਾ ਆਗਾਜ਼ ਕਰਨ ਜਾ ਰਹੇ ਹਾਂ, ਉਸ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਾਂ, ਜਿਹੜਾ ਕਿ ਸ਼ਾਇਦ ਦੁਨੀਆ ਭਰ ਦੇ ਵਿੱਚ ਅਮੈਰੀਕਾ ਦੀ ਧਰਤੀ 'ਤੇ ਪਹਿਲੀ ਵਾਰੀ ਹੋਣ ਜਾ ਰਿਹਾ ਹੈ। ਹਿੰਦੁਸਤਾਨ ਦੇ ਵਿੱਚ ਠੀਕ ਹੈ ਯੂਨੀਵਰਸਿਟੀਆਂ ਹਨ, ਪਰ ਅਮੈਰੀਕਾ ਦੀ ਧਰਤੀ 'ਤੇ ਜਿੱਥੇ ਕਿ ਸਿੱਖ ਕੌਮ ਨੇ ਆ ਕੇ ਆਪਣੇ ਆਪ ਨੂੰ ਇੱਥੇ ਵਸੇਬਾ ਕੀਤਾ ਹੈ, ਉਸ ਦੇ ਲਈ ਇੱਥੋਂ ਦੀਆਂ ਸੰਗਤਾਂ ਸਾਰੀਆਂ ਹੀ ਵਡਭਾਗੀਆਂ ਹਨ, ਜਿਨ੍ਹਾਂ ਨੂੰ ਇਸ ਪਾਕ ਸਮਾਂ ਮਿਲਿਆ ਹੈ ਕਿ ਖਾਲਸਾ ਯੂਨੀਵਰਸਿਟੀ ਦੇ ਨਾਲ ਜਿੱਥੇ ਸਾਡੇ ਆਉਣ ਵਾਲੀ ਜਨਰੇਸ਼ਨ ਪੜ੍ਹ ਲਿਖ ਕੇ ਇਸ ਪੰਜਾਬੀ ਨੂੰ, ਇਸ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਨਗੇ, ਵਿਚਾਰਨਗੇ, ਇਸ 'ਤੇ PhD ਕਰਕੇ ਜਾਂ ਇਸ 'ਤੇ ਹੋਰ ਵੀ ਬੜੀਆਂ ਬੜੀਆਂ ਪੜ੍ਹਾਈਆਂ ਕਰਕੇ ਆਪਣਾ ਜੀਵਨ ਸਫਲਾ ਕਰਨਗੇ। ਬਾਬੇ ਨਾਨਕ ਦਾ ਇੱਕ ਬਹੁਤ ਵੱਡਾ ਇਹ ਸੰਦੇਸ਼, ਉਪਦੇਸ਼ ਸਾਰੀ ਸਿੱਖ ਕਮਿਊਨਿਟੀ ਨੂੰ ਨਹੀਂ ਹੈ, ਬਲਕਿ ਸਮੁੱਚੀ ਲੁਕਾਈ ਨੂੰ ਹੈ, ਜਿਨ੍ਹਾਂ ਨੇ ਸਾਰੇ ਸੰਸਾਰ ਅੰਦਰ ਭ੍ਰਮਣ ਕਰਕੇ ਇਸ ਲੁਕਾਈ ਦਾ ਭਲਾ ਕੀਤਾ ਹੈ। ਅੱਜ ਜੋ 550 ਸਾਲਾ ਆਗਮਨ ਪੁਰਬ ਆ ਰਿਹਾ ਹੈ, ਸਾਰੇ ਹੀ ਸੰਸਾਰ ਅੰਦਰ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤ ਬੈਠੀ ਹੈ, ਬਹੁਤ ਹੀ ਸ਼ਰਧਾ ਪੂਰਵਕ ਨਾਲ ਇਹ ਮਨਾ ਰਹੇ ਨੇ। ਅੱਜ ਉਸੇ ਹੀ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਇਹ ਯੂਨੀਵਰਸਿਟੀ ਦਾ ਆਗਾਜ਼ ਹੋਣ ਜਾ ਰਿਹਾ ਹੈ। ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਲੱਖ ਲੱਖ ਵਧਾਈ। ਇਸ ਪਵਿੱਤਰ ਧਰਤੀ 'ਤੇ ਜੋ ਖਾਲਸਾ ਯੂਨੀਵਰਸਿਟੀ ਦਾ ਨੀਂਹ ਪੱਥਰ ਅੱਜ ਰੱਖਿਆ ਜਾ ਰਿਹਾ, ਇਸ ਸਮੇਂ ਦੀ ਲੋੜ ਸੀ। ਜੋ ਸਿੱਖਿਆ, ਜੋ ਗਿਆਨ ਸਾਡੇ ਗੁਰੂ ਜੀ ਨੇ ਉਪਦੇਸ਼ ਕਰਕੇ ਗਏ ਆ ਕਿ ਹਰ ਇੱਕ ਵਿਅਕਤੀ ਨੂੰ ਗਿਆਨ ਹੋਣਾ ਚਾਹੀਦਾ, ਸਿੱਖਿਅਤ ਹੋਣਾ ਚਾਹੀਦਾ, ਸੋ ਇਹ ਬਹੁਤ ਵੱਡਾ ਉੱਦਮ ਹੈ ਜੀ। ਅਤੇ ਸਾਡੇ ਸਾਰੇ ਹੀ ਪੰਜਾਬੀ ਸਹਿਤ ਸਭਾ ਵੱਲੋਂ ਅਤੇ ਸਾਰੇ ਹੀ ਜੋ ਇਸ ਇਲਾਕੇ ਦੀਆਂ ਜੋ ਇਸ ਸੰਸਥਾ ਦੇ ਨਾਲ ਜੁੜੇ ਹਨ, ਭਾਈ ਮਨਜੀਤ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਪਰਿਵਾਰ ਨੂੰ ਅਤੇ ਸਮੁੱਚੀ ਸਿੱਖ ਜਗਤ ਨੂੰ ਅਤੇ ਸਮੁੱਚੇ ਹੀ ਇਲਾਕੇ ਦੀਆਂ ਸੰਗਤਾਂ ਨੂੰ ਇਸ ਖਾਲਸਾ ਯੂਨੀਵਰਸਿਟੀ ਲਈ ਬਹੁਤ ਬਹੁਤ ਵਧਾਈਆਂ। ਮੇਰੇ ਵੱਲੋਂ ਸਾਰੀ ਸਿੱਖ ਸੰਗਤ ਨੂੰ ਖਾਲਸਾ ਯੂਨੀਵਰਸਿਟੀ ਦੇ ਸਥਾਪਨਾ ਦਿਵਸ 'ਤੇ ਬਹੁਤ ਬਹੁਤ ਵਧਾਈ ਹੋਵੇ। ਬੈਲੀਗਮ ਸ਼ਹਿਰ ਦੀ ਵਾਸ਼ਿੰਗਟਨ ਸਟੇਟ ਵਿੱਚ ਜਿੱਥੇ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਹੋ ਰਹੀ ਆ, ਬੜੀ ਉਮੀਦ ਹੈ ਕਿ ਜਿੰਨੇ ਹੌਸਲੇ ਨਾਲ ਇਹਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ, ਇਦੋਂ ਵੀ ਵੱਧ ਹੌਸਲੇ ਨਾਲ ਅਗਾਂਹ ਇਹ ਇਕੱਠੇ ਹੋ ਕੇ ਚੱਲਦੇ ਰਹਿਣਗੇ, ਤਾਂ ਕਿ ਸਾਡੇ ਬੱਚਿਆਂ ਨੂੰ ਖਾਲਸਾ ਪੰਥ ਬਾਰੇ, ਸਿੱਖੀ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ ਉਸ ਸ਼ਬਦ ਨਾਲ ਜੁੜਨ ਦਾ ਮੌਕਾ ਮਿਲੇ ਅਤੇ ਉਹਨਾਂ ਦਾ ਜਿਹੜਾ ਜੀਵਨ ਆ ਉਹਨਾਂ ਦਾ ਹੋਰ ਵੀ ਵਧੀਆ ਢੰਗ ਨਾਲ ਬਤੀਤ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਸਿੱਖੀ ਦੇ ਉਦੇਸ਼, ਜੀਵਨ ਜਾਂਚ ਜੋ ਸਾਡੇ ਬਾਬੇ ਨਾਨਕ ਨੇ ਸਾਨੂੰ ਬੜੇ ਸਿੱਧੇ ਸਾਦੇ ਸ਼ਬਦਾਂ ਵਿੱਚ ਦਰਸਾਇਆ, ਉਸ ਤੋਂ ਅਸੀਂ ਕਿਸੇ ਹੱਦ ਤੱਕ ਬਹੁਤ ਦੂਰ ਚਲੇ ਗਏ ਹਾਂ। ਅਤੇ ਮੈਨੂੰ ਪੂਰੀ ਉਮੀਦ ਆ ਕਿ ਇਸ ਭਾਈ ਮਨਜੀਤ ਸਿੰਘ ਧਾਲੀਵਾਲ ਦਾ ਇਹ ਉਪਰਾਲਾ ਵਿਅਰਥ ਨਹੀਂ ਜਾਊਗਾ, ਜੇ ਸੱਚੇ ਦਿਲ ਨਾਲ ਤੁਰਦੇ ਹਾਂ ਤਾਂ ਮੰਜ਼ਿਲ ਮਿਲ ਹੀ ਜਾਂਦੀ ਆ। ਅਤੇ ਮੈਂ ਇਸ ਮੌਕੇ 'ਤੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਇਤਿਹਾਸਿਕ ਦਿਹਾੜੇ 'ਤੇ
ਮੈਨੂੰ ਵੀ ਇੱਥੇ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਸਰਦਾਰ ਮਨਜੀਤ ਸਿੰਘ ਜੀ ਨੂੰ, ਇਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ, ਜਿਹੜੀ ਇਹ ਖਾਲਸਾ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਜਾ ਰਹੇ ਨੇ। ਅੱਜ ਸਾਨੂੰ ਸਿੱਖ ਕੌਮ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਐਜੂਕੇਸ਼ਨ ਦੇ ਉੱਤੇ ਅਸੀਂ ਧਿਆਨ ਦੇਣਾ। ਸਾਡੀ ਕੌਮ ਜਿਹੜੀ ਹੈ ਪਿੱਛੇ ਨਾ ਰਹਿ ਜਾਏ, ਬਾਕੀ ਕੌਮਾਂ ਜਿਹੜੀਆਂ ਨੇ ਬਹੁਤ ਅੱਗੇ ਲੰਘ ਗਈਆਂ ਨੇ। ਸੋ ਇਹ ਇੱਕ ਬਹੁਤ ਹੀ ਇਤਿਹਾਸਿਕ ਦਿਹਾੜਾ ਹੈ ਬਈ ਸਾਡੀ ਸਿੱਖ ਯੂਨੀਵਰਸਿਟੀ, ਖਾਲਸਾ ਯੂਨੀਵਰਸਿਟੀ ਅਮਰੀਕਾ ਦੀ ਧਰਤੀ 'ਤੇ ਇਹ ਬਣਨ ਜਾ ਰਹੀ ਹੈ। ਜਿਹੜੀ ਐਜੂਕੇਸ਼ਨ ਹੈ ਇਹ ਜਿਹੜਾ ਸਭ ਤੋਂ ਸਰਮੋਰ, ਇਸ ਪਾਸੇ ਸਾਨੂੰ ਅੱਜ ਸਿੱਖ ਕੌਮ ਨੂੰ ਧਿਆਨ ਦੇਣਾ ਚਾਹੀਦਾ ਹੈ। ਸਾਰੇ ਸਿੱਖ ਮਿਲ ਕੇ ਸਰਦਾਰ ਮਨਜੀਤ ਸਿੰਘ ਜੀ ਦੀ, ਖਾਲਸਾ ਯੂਨੀਵਰਸਿਟੀ ਦੇ ਸਹਿਯੋਗੀਆਂ ਦੀ, ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ, ਇਹਨੂੰ ਸਥਾਪਿਤ ਕਰਨ, ਜਲਦ ਤੋਂ ਜਲਦ ਇਹਨੂੰ ਸ਼ੁਰੂਆਤ ਕਰਨ, ਕਿਉਂਕਿ ਐਜੂਕੇਸ਼ਨ ਜਿਹੜੀ ਹੈ ਉਹ ਸਾਨੂੰ ਅੱਜ ਬਹੁਤ ਉਹਦੀ ਅੱਜ ਸਾਨੂੰ ਲੋੜ ਹੈਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਰ ਬਖਸ਼ ਸਦਕਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਮਹਾਂਵਾਕ ਅਨੁਸਾਰ ਅੱਜ ਬਹੁਤ ਸ਼ੁਭ ਸਮਾਂ ਹੈ। ਇਸ ਸ਼ੁਭ ਸਮੇਂ 'ਤੇ ਖਾਲਸਾ ਯੂਨੀਵਰਸਿਟੀ ਦਾ ਜੋ ਉਦਘਾਟਨ ਹੋ ਰਿਹਾ ਹੈ, ਸੋ ਬੇਅੰਤ ਸੰਗਤਾਂ ਪਹੁੰਚ ਕੇ ਇਸ ਖੁਸ਼ੀ ਦੇ ਸਮੇਂ 'ਤੇ ਲਾਹਾ ਲੈ ਰਹੀਆਂ ਹਨ। ਸੋ ਇੱਥੋਂ ਦੇ ਸਮੂਹ ਪ੍ਰਬੰਧਕ ਵੀਰਾਂ, ਯੂਨੀਵਰਸਿਟੀ ਦੇ ਡਾਇਰੈਕਟਰ ਭਾਈ ਮਨਜੀਤ ਸਿੰਘ ਧਾਲੀਵਾਲ, ਉਹਨਾਂ ਦੇ ਸਮੂਹ ਸਹਿਯੋਗੀ ਸੱਜਣ ਸੰਗਤਾਂ ਵੱਲੋਂ, ਇਹ ਬੜਾ ਵੱਡਾ ਉਪਰਾਲਾ ਹੈ ਜੋ ਇਸ ਸਮੇਂ 'ਤੇ ਦੀ ਲੋੜ ਹੈ ਜ਼ਿਆਦਾ ਇਸ ਇਹਨਾਂ ਦੇਸ਼ਾਂ ਵਿੱਚ। ਤੋ ਨਾਲ ਗੁਰਮਤਿ ਸੰਗੀਰ, ਗੁਰਬਾਣੀ ਦਾ ਵਿਚਾਰ, ਸ਼ੁੱਧ ਪਾਠ ਇੱਥੇ ਸਿਖਾਏ ਜਾਣਗੇ। ਤੋ ਇਸ ਸਮੇਂ 'ਤੇ ਅਰਦਾਸ ਇਹਨਾਂ ਸਮੂਹ ਪ੍ਰਬੰਧਕ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ, ਮਾਲਕ ਕਿਰਪਾ ਕਰਨਾ। ਤੋ ਇਹ ਖਾਲਸਾ ਯੂਨੀਵਰਸਿਟੀ ਚੜ੍ਹਦੀ ਕਲਾ ਨਾਲ ਆਰੰਭ ਹੋਵੇ ਔਰ ਚੜ੍ਹਦੀ ਕਲਾ ਨਾਲ ਹੀ ਇਹਦੇ ਵਿੱਚੋਂ ਪ੍ਰਾਪਤੀਆਂ ਹੋਣ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦੀ ਵਿੱਦਿਆ ਵਿਚਾਰੈ ਪੜ ਪੜ ਪਾਵੇ ਮਾਨ, ਆਪਾ ਮੱਧੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ। ਉੱਚ ਸਿੱਖਿਆ ਪ੍ਰਾਪਤ ਕਰਨ ਵਾਸਤੇ ਹਿੰਦੁਸਤਾਨ ਤੋਂ ਬਾਹਰ ਅਮੈਰੀਕਾ ਦੀ ਇਸ ਬੈਲਿੰਗਮ ਦੀ ਧਰਤੀ 'ਤੇ ਜੋ ਖਾਲਸਾ ਜੀ ਦੇ ਪਾਵਨ ਨਾਮ 'ਤੇ ਇੱਕ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ, ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਔਰ ਬਹੁਤ ਹੀ ਵਡਭਾਗਾ ਉਪਰਾਲਾ ਸਰਦਾਰ ਮਨਜੀਤ ਸਿੰਘ ਜੀ ਧਾਲੀਵਾਲ, ਜੋ ਕਿ ਯੂਨੀਵਰਸਿਟੀ ਦੇ ਡਾਇਰੈਕਟਰ ਨੇ ਔਰ ਸਮੁੱਚੀਆਂ ਸੰਗਤਾਂ ਨੇ, ਉਹਨਾਂ ਦੇ ਸਹਿਯੋਗੀਆਂ ਨੇ ਕੀਤਾ, ਜਿੱਥੇ ਉਹਨਾਂ ਦੇ ਵੱਲੋਂ ਪਹਿਲਾਂ ਇਸ ਸਥਾਨ 'ਤੇ ਖਾਲਸਾ ਅਕੈਡਮੀ ਚਲਾਈ ਜਾ ਰਹੀ ਹੈ ਔਰ ਉਸ ਖਾਲਸਾ ਅਕੈਡਮੀ ਦੇ ਵਿੱਚ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਔਰ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ ਜਾ ਰਹੀ ਹੈ। ਸ਼ੁੱਧ ਉਚਾਰਨ ਗੁਰਬਾਣੀ ਦਾ ਜੋ ਹੈ ਉਹ ਬੱਚਿਆਂ ਨੂੰ ਕਰਨਾ ਇੱਥੇ ਸਿਖਾਇਆ ਜਾਂਦਾ ਔਰ ਇਹਦੇ ਵਿੱਚ ਬਹੁਤ ਵੱਡਾ ਇੱਕ ਵਾਧਾ ਕਰਦਿਆਂ ਹੋਇਆਂ ਇਸ ਧਰਤੀ ਦੇ ਉੱਤੇ ਖਾਲਸਾ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਦੀ ਅੱਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਾਰਜਾਂ ਦੀ ਆਰੰਭਤਾ ਦੀ ਅਰਦਾਸ ਕੀਤੀ ਜਾਣੀ ਹੈ, ਗੁਰੂ ਸਾਹਿਬ ਜੀ ਦੇ ਪਾਸੋਂ ਆਗਿਆ ਮੰਗੀ ਜਾਣੀ ਹੈ। ਬਹੁਤ ਹੀ ਮਾਣਯੋਗ ਸ਼ਖਸੀਅਤਾਂ ਅੱਜ ਇਸ ਯੂਨੀਵਰਸਿਟੀ ਦੇ ਸਥਾਪਨਾ ਸਮਾਗਮ ਦੇ ਵਿੱਚ, ਆਰੰਭਤਾ ਸਮਾਗਮ ਦੇ ਵਿੱਚ ਪਹੁੰਚੀਆਂ ਹੋਈਆਂ ਨੇ। ਦਾਸ ਵੱਲੋਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ ਕਿ ਖਾਲਸਾ ਜੀ ਦੇ ਨਾਮ 'ਤੇ ਜੋ ਇਹ ਯੂਨੀਵਰਸਿਟੀ ਇਸ ਧਰਤੀ 'ਤੇ ਸਥਾਪਿਤ ਕੀਤੀ ਜਾ ਰਹੀ ਹੈ, ਇਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਔਰ ਗੁਰੂ ਚਰਨਾਂ ਦੇ ਵਿੱਚ ਇਹ ਵੀ ਅਰਦਾਸ ਹੈ ਕਿ ਸਮੁੱਚੀ ਸੰਗਤ, ਸਮੁੱਚੇ ਪ੍ਰਬੰਧਕ ਸਹਿਬਾਨ ਇੱਕ ਸਦਭਾਵਨਾ ਦੇ ਨਾਲ, ਇੱਕ ਦੂਜੇ ਪ੍ਰਤੀ ਵਿਸ਼ਵਾਸ ਦੀ ਭਾਵਨਾ ਦੇ ਨਾਲ, ਇਤਫਾਕ ਦੀ ਭਾਵਨਾ ਦੇ ਨਾਲ
ਇਹ ਜੋ ਪੰਥ ਦਾ ਕਾਰਜ ਹੈ ਇਹਦੇ ਵਿੱਚ ਵੱਧ ਤੋਂ ਵੱਧ ਤਨ ਮਨ ਧਨ ਕਰਕੇ ਸਹਿਯੋਗ ਕਰਨਗੇ। ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀਆਂ ਸੰਗਤਾਂ ਨੂੰ ਇਹਨਾਂ ਕਾਰਜਾਂ ਦੀਆਂ ਦਾਸ ਵੱਲੋਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਮ ਪਿਤਾ ਆਪਣੀ ਬਾਣੀ 'ਚ ਕਹਿੰਦੇ ਨੇ, ਜਪ ਸਾਹਿਬ 'ਚ ਨਵੋਂ ਬੀਜ ਬੀਜੇ। ਗੁਰੂ ਸਾਹਿਬ ਪਰਮਾਤਮਾ ਨੂੰ ਨਿਰੰਕਾਰ ਨੂੰ ਸੰਬੋਧਿਤ ਹੋ ਕੇ ਕਹਿੰਦੇ ਨੇ ਕਿ ਹੇ ਨਿਰੰਕਾਰ ਤੁਹਾਨੂੰ ਨਮਸਕਾਰ, ਤੁਸੀਂ ਇੱਕ ਬੀਜ ਬੀਜਦੇ ਹੋ ਕਿ ਉਹ ਲੱਖਾਂ ਕਰੋੜਾਂ ਬੀਜ ਪੈਦਾ ਹੁੰਦੇ ਨੇ ਔਰ ਲੱਖਾਂ ਕਰੋੜਾਂ ਸਾਲ ਚੱਲਦੇ ਨੇ। ਮੈਂ ਬੜਾ ਛੋਟਾ ਔਰ ਗਰੀਬ ਸਿੱਖ ਹਾਂ, ਮੈਂ ਇੰਨਾ ਜ਼ਰੂਰ ਕਹਿ ਸਕਦਾ, ਮੈਨੂੰ ਪਤਾ ਨਹੀਂ ਗੁਰਮਤਿ ਅਨੁਸਾਰ ਇਹ ਠੀਕ ਆ ਜਾਂ ਨਹੀਂ, ਪਰ ਮੇਰਾ ਮਨ ਆ ਜਿਹੜਾ ਮੈਨੂੰ ਜਿੰਨੀ ਕੁ ਵਾਹਿਗੁਰੂ ਨੇ ਸਮਝ ਦਿੱਤੀ ਆ, ਉਹ ਕਹਿੰਦਾ ਕਿ ਨਿਰੰਕਾਰ ਤੁਸੀਂ ਇਹ ਗਰੀਬ ਹਿਰਦੇ ਵਿੱਚ ਇੱਕ ਬੀਜ ਬੀਜ ਦਿੱਤਾ ਕਿ ਇੱਥੇ ਖਾਲਸਾ ਸਕੂਲ ਹੀ ਨਹੀਂ ਭਾਈ ਸਾਹਿਬ ਤੁਸੀਂ ਬਣਾ ਰਹੇ, ਇੱਥੇ ਖਾਲਸਾ ਕਾਲਜ ਬਣੋ, ਇੱਥੇ ਖਾਲਸਾ ਯੂਨੀਵਰਸਿਟੀ ਬਣੋ। ਵੀਰ ਜੀ ਕਰਨੈਲ ਸਿੰਘ, ਵੀਰ ਜੀ ਰਣਜੀਤ ਸਿੰਘ ਔਰ ਵੀਰ ਜੀ ਅਜੈਬ ਸਿੰਘ ਔਰ ਵੀ ਜਿਹੜੇ ਗਿੱਲ ਸਾਹਿਬ ਨੇ, ਪ੍ਰਧਾਨ ਨੇ ਮੌਜੂਦਾ ਸੁਖਵੰਤ ਸਿੰਘ ਜੀ ਗਿੱਲ, ਇਹਨਾਂ ਨੇ ਜਕਾਰੇ ਹੀ ਨਹੀਂ ਇਕੱਲੇ ਛੱਡੇ, ਇਹਨਾਂ ਨੇ ਕਿਹਾ ਕਿ ਮਨਜੀਤ ਸਿੰਘ ਜੀ ਤੁਸੀਂ ਆ ਕੇ 20-20 ਹਜ਼ਾਰ ਜਿੰਨੀ ਸਾਡੀ ਸਮਰੱਥਾ 10,000-20,000 ਸਾਡੇ ਕੋਲੋਂ ਜਦੋਂ ਮਰਜ਼ੀ ਖਾਲਸਾ ਯੂਨੀਵਰਸਿਟੀ ਲਈ ਜ਼ਮੀਨ ਦੇਖੋ, ਸ਼ੁਰੂ ਕਰੋ, ਸਾਡੇ ਕੋਲੋਂ ਆ ਕੇ ਆ ਮਾਇਆ ਲੈ ਜਾਓ, ਇਹ ਤਿਆਰ ਆ ਤੁਹਾਡੇ ਲਈ, ਤੁਹਾਡਾ ਡੇ ਡਰੀਮ ਨਹੀਂ ਇਹ ਰਿਐਲਿਟੀ ਆ। ਔਰ ਵੀਰ ਜੀ ਅਜੈਬ ਸਿੰਘ, ਮੈਂ ਉਹਨਾਂ ਦਾ ਬਹੁਤ ਰਿਣੀ ਹਾਂ, ਉਹਨਾਂ ਨੇ ਕੁਝ ਦਿਨਾਂ ਬਾਅਦ ਹੀ $5,000 ਦਾ ਚੈੱਕ ਦੇ ਦਿੱਤਾ ਆਪਣੇ ਘਰ ਸਾਨੂੰ ਬੁਲਾ ਕੇ। ਸੋ ਪਹਿਲਾ ਚੈੱਕ ਸੀ ਉਹ, ਹਲੇ ਡਰੀਮ ਆ ਇਹ, ਹਲੇ ਕੁਛ ਨਹੀਂ ਲਿਆ ਔਰ ਕੋਈ ਰਜਿਸਟ੍ਰੇਸ਼ਨ ਵੀ ਨਹੀਂ ਹੋਈ, ਕੁਛ ਨਹੀਂ ਹੋਇਆ। ਡਰੀਮ 'ਤੇ ਹੀ ਸੰਗਤਾਂ ਨੇ ਭਰੋਸਾ ਦੇ ਦਿੱਤਾ ਔਰ ਲੋਕਲ ਸੰਗਤਾਂ ਨੇ, ਉੱਥੋਂ ਸ਼ੁਰੂਆਤ ਹੋ ਗਈ। ਦੂਜਾ ਚੈੱਕ ਵੀ ਉੱਥੋਂ ਹੀ ਆ ਗਿਆ, ਉਹਨਾਂ ਦੇ ਭੈਣ ਜੀ ਆ ਰਾਣੀ ਭੈਣ ਜੀ, ਦੂਜਾ ਚੈੱਕ ਉਹਨਾਂ ਨੇ ਦਿੱਤਾ। ਉਸ ਤੋਂ ਬਾਅਦ ਲੜੀ ਚੱਲ ਪਈ ਔਰ ਇੱਕ ਤੋਂ ਇੱਕ ਜਿਹੜੀ ਸਾਨੂੰ ਸੰਗਤਾਂ ਦੀ ਅਮਦਾਦ ਮਦਦ ਆਉਣ ਲੱਗ ਪਈ। 110 ਏਕੜ ਖਰੀਦ ਲਈ ਜ਼ਮੀਨ, ਫਿਰ 10 ਏਕੜ ਖਰੀਦ ਲਈ। 3 ਸਾਲ ਪਹਿਲਾਂ ਇਹ ਕਾਲਜ ਖਰੀਦ ਲਿਆ, ਇਹਨੂੰ ਰੈਨੋਵੇਟ ਕੀਤਾ, ਜੋ ਗਵਰਨਮੈਂਟ ਦੀਆਂ ਰਿਕੁਆਇਰਮੈਂਟਸ ਨੇ, ਕੰਡੀਸ਼ਨ ਨੇ ਸਕੂਲ ਲਈ, ਉਹ ਪੂਰੀਆਂ ਹੋ ਗਈਆਂ। ਪਿਛਲੇ ਸਾਲ 2018 ਦੇ ਵਿੱਚ ਆਪਾਂ ਨੂੰ ਲਾਇਸੈਂਸ ਮਿਲ ਗਿਆ ਸਕੂਲ ਦਾ। ਵਾਹਿਗੁਰੂ ਦੀ ਜਿਹੜਾ ਆਹ ਵਰ੍ਹਾ, ਕਿਉਂਕਿ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਵਸ ਆ, ਮਹਾਨ ਆ, ਡਾਕਟਰ ਗੁਰਨਾਮ ਸਿੰਘ ਜੀ ਬੈਠੇ ਨੇ, ਇਹ ਪੋਲ ਰੋਡ ਆਏ ਕੀਰਤਨ ਕਰਨ, ਬਾਬਾ ਜੀ ਨੇ ਬੁਲਾਇਆ, 10 ਗਏ। ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਆ ਕੇ ਕੀਰਤਨ ਕਰੋ ਬੱਚਿਆਂ ਨੂੰ, ਤੁਸੀਂ ਸਾਡੇ ਬੱਚਿਆਂ ਨੂੰ, ਕਿਉਂਕਿ ਡਾਕਟਰ ਸਾਹਿਬ ਰਾਗਾਂ 'ਚ ਕਰਦੇ ਨੇ, 10 ਫੈਨ ਆ ਇਹਨਾਂ ਤੋਂ, ਇਹ ਨਹੀਂ ਸੀ ਜਾਣਦੇ ਇਹਨਾਂ ਦਾ ਸਾਰਾ ਸੰਸਾਰ ਜਾਣਦਾ ਡਾਕਟਰ ਗੁਰਨਾਮ ਸਿੰਘ ਨੂੰ। ਇਹ ਆਏ, ਆਉਣ ਸਾਰੇ ਇਹਨਾਂ ਨੂੰ ਖੁਸ਼ੀ ਹੋ ਗਈ ਦੇਖ ਕੇ ਕਿ ਖਾਲਸਾ ਅਕੈਡਮੀ ਦਾ ਬੋਰਡ ਲੱਗਿਆ, ਉਦੋਂ ਯੂਨੀਵਰਸਿਟੀ ਦਾ ਬੋਰਡ ਨਹੀਂ ਸੀ। ਸੋ ਇਹਨਾਂ ਨੇ ਬੋਲਿਆ 500 ਸਾਲਾਂ 550ਵਾਂ, 10 ਦੇ ਮੂੰਹੋਂ ਵੀ ਇੱਕ ਬਚਨ ਵਾਹਿਗੁਰੂ ਨੇ ਕਢਾਤਾ ਕਿ ਬੱਚਿਓ, ਅਸੀਂ ਡਾਕਟਰ ਸਾਹਿਬ ਜਾਂ ਮੈਂ, ਜਿਹੜੇ ਸਾਡੀ ਵੀਰ ਦੇ ਉਮਰ ਦੇ ਵੀਰ ਬੀਬੀਆਂ ਨੇ, ਅਸੀਂ 500 ਸਾਲਾਂ ਦੇਖਿਆ, ਅਸੀਂ ਬੱਚੇ ਸੀ ਉਦੋਂ, ਹੁਣ ਅਸੀਂ 550ਵਾਂ ਸਾਲ ਦੇਖ ਰਹੇ ਹਾਂ ਗੁਰੂ ਨਾਨਕ ਸਾਹਿਬ ਦਾ। ਬੱਚਿਓ, ਜਿਹੜੀ ਯੂਨੀਵਰਸਿਟੀ ਆ, ਸ਼ਾਇਦ ਨਾ ਬਣੇ ਸਾਡੀ ਜ਼ਿੰਦਗੀ 'ਚ, ਤਾਂ ਜ਼ਮੀਨ ਆ ਅਤੇ ਆ ਇਕੱਲੀ ਬਿਲਡਿੰਗ ਆ, ਹੋਰ ਕੁਝ ਨਹੀਂ। 600 ਸਾਲਾਂ ਜਦੋਂ ਆਊ ਉਦੋਂ ਯੂਨੀਵਰਸਿਟੀ ਬਣ ਜੂ, ਉਦੋਂ ਤੱਕ ਔਰ ਤੁਸੀਂ ਬਣਾਵੋਂਗੇ। ਡਾਕਟਰ ਸਾਹਿਬ ਨੇ ਉੱਠ ਕੇ ਫਿਰ ਬੋਲਿਆ ਕਿ ਨਹੀਂ, ਇਹ ਬਣੂਗੀ ਨਹੀਂ, ਇਹ ਬਣ ਗਈ, ਤੁਸੀਂ ਹਾਂ ਕਰੋ, ਔਰ ਹੋ ਗਈ। ਡਾਕਟਰ ਸਾਹਿਬ ਨੇ ਸਾਰੇ ਹੀ ਵਿਦਵਾਨਾਂ ਨੂੰ ਇਕੱਠਾ ਕਰਤਾ, ਆਪਣੇ ਵਿੱਚ ਮੌਜੂਦ ਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਡਾਕਟਰ ਮਨਜੀਤ ਸਿੰਘ ਜੀ ਨੇਜਰ, ਉਹ ਉੱਥੇ ਰਜਿਸਟਰਾਰ ਨੇ, ਬਹੁਤ ਵੱਡੀ ਪੋਸਟ ਆ, DAV ਕਾਲਜ ਜਲੰਧਰ ਦੇ ਡਾਕਟਰ ਖਰਾਣਾ ਜੀ, ਔਰ ਬਹੁਤ ਹੋਰ ਪ੍ਰੋਫੈਸਰ ਸਾਹਿਬ ਆਏ, ਆਪਾਂ ਨਾਮ ਨਹੀਂ ਬੋਲ ਸਕਦੇ। ਸੋ ਇਹ ਯੂਨੀਵਰਸਿਟੀ ਦੀ ਸ਼ੁਰੂਆਤ ਹੋ ਗਈ, ਆਪਾਂ ਇਹਦਾ ਲਾਇਸੈਂਸ ਲੈ ਲਿਆ, ਔਨਲਾਈਨ ਕੋਰਸ ਸ਼ੁਰੂ ਕਰਨੇ ਆ, ਉਹਨਾਂ ਦੀ ਆਪਾਂ ਅਰਦਾਸ ਕਰਨੀ ਆ। ਇਸੇ ਲਈ ਸਿੰਘ ਸਾਹਿਬ ਆਏ ਨੇ 5 ਪਿਆਰਿਆਂ ਦੇ ਰੂਪ ਵਿੱਚ। ਸੋ ਉਹ ਅਰਦਾਸ ਵਿੱਚ ਆਪਾਂ ਸਾਰਿਆਂ ਨੇ ਸਿੰਘ ਸਾਹਿਬ ਦੇ ਨਾਲ ਸ਼ਾਮਿਲ ਹੋਣਾ ਔਰ ਇਹ ਅਰਦਾਸ ਬੇਨਤੀ ਕਰਨੀ ਆ। ਸੋ ਇਹਦਾ ਪਿਛੋਕੜ ਆ, ਆਪਾਂ ਨੂੰ ਹੁਣ ਜਦੋਂ ਔਨਲਾਈਨ ਕੋਰਸ ਦੀ ਸ਼ੁਰੂਆਤ ਡਾਕਟਰ ਸਾਹਿਬ ਨੇ ਕਰਤੀ,
ਆਪਾਂ ਕੋ ਆਪਾਂ ਨੇ ਕਾਉਂਟੀ ਤੋਂ ਫਿਰ ਉਹਦਾ ਲਾਇਸੈਂਸ ਲੈ ਲਿਆ ਔਨਲਾਈਨ ਕੋਰਸਿਸ ਦਾ, ਔਰ ਜਿਹੜਾ ਬੋਰਡ ਆ ਉਹ ਵੀ ਲਾ ਦਿੱਤਾ। ਡਾਕਟਰ ਰੂਪ ਸਿੰਘ, ਸੋਰੀ ਦੱਸ ਭੁੱਲ ਗਏ, ਡਾਕਟਰ ਰੂਪ ਸਿੰਘ ਜੀ ਐਸ ਜੀ ਪੀ ਸੀ ਦੇ ਚੀਫ ਸੈਕਟਰੀ ਨੇ, ਸੋ ਉਹ ਵੀ ਆਪਣੇ ਵਿੱਚ ਸੁਸ਼ੋਭਿਤ ਨੇ। ਸੋ ਆਪਾਂ ਸਾਰੀਆਂ ਸੰਗਤਾਂ ਵੱਲੋਂ, ਆਪਾਂ ਜਿੰਨੇ ਵੀ ਵਿਦਵਾਨ ਆਏ ਨੇ, ਸਿੰਘ ਸਾਹਿਬ ਆਏ ਨੇ, ਆਪਾਂ ਫਿਰ ਇੱਕ ਵਾਰੀ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਸਤਿਗੁਰਾਂ ਦੀ ਹਜ਼ੂਰੀ ਵਿੱਚ ਸਾਡੇ ਬੈਠੇ ਖਾਲਸਾ ਜੀ, ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਆਪ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ। ਅੱਜ ਦੇ ਇਸ ਪਾਵਨ ਗੁਰਪੁਰਬ ਦੇ ਦਿਹਾੜੇ 'ਤੇ ਜੋ ਅਸੀਂ 550 ਸਾਲਾਂ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇਹ ਸ਼ਤਾਬਦੀ ਦਾ ਵਰ੍ਹਾ ਮਨਾ ਰਹੇ ਹਾਂ, ਮੈਂ ਸਮਝਦਾ ਕਿ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਵਿੱਚੋਂ ਇਹ ਇੱਕ ਬਖਸ਼ਿਸ਼ ਖਾਲਸਾ ਯੂਨੀਵਰਸਿਟੀ ਦੇ ਰੂਪ ਵਿੱਚ ਇੱਕ ਮੀਲ ਪੱਥਰ ਸਥਾਪਿਤ ਹੋਵੇਗੀ। ਸ਼ਾਇਦ ਅਸੀਂ ਇਹ ਗੱਲ ਭੁੱਲ ਗਏ ਕਿ ਸਾਡੇ ਸਤਿਗੁਰੂ ਜਿੱਥੇ ਵੀ ਗਏ ਉੱਥੇ ਸਤਿਗੁਰਾਂ ਨੇ ਸੰਵਾਦ ਕੀਤਾ ਸੀ, ਵਿਵਾਦ ਨਹੀਂ ਸੀ ਕੀਤਾ। ਮੇਰਾ ਖਿਆਲ ਹੈ ਕਿ ਸ਼ਾਇਦ ਦੁਨੀਆਂ ਦੇ ਧਰਮ ਗ੍ਰੰਥਾਂ ਦੇ ਵਿੱਚੋਂ ਵਾਹਿਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਇੱਕ ਹਨ ਜਿਨ੍ਹਾਂ ਦੇ ਇਸ ਬਾਣੀ ਦੇ ਖਜ਼ਾਨੇ ਦੇ ਵਿੱਚ ਇੱਕ ਬਾਣੀ ਦਾ ਨਾਮ ਹੀ ਸਿੱਧ ਗੋਸ਼ਟ ਹੈ। ਪਰ ਅੱਜ ਅਸੀਂ ਸਮਾਂ ਪਾ ਕੇ ਇਸ ਪ੍ਰਥਾ ਨੂੰ ਕੇਵਲ ਰੋਕਿਆ ਨਹੀਂ, ਆਪਣੇ ਘਰੋਂ ਕੱਢ ਦਿੱਤਾ। ਮੈਂ ਗੱਲ ਤਖ਼ਤ ਸ਼੍ਰੀ ਪਟਨਾ ਸਾਹਿਬ ਆਖੀ ਸੀ ਕਿ ਅੱਜ ਜਦੋਂ ਵੀ ਸਿੱਖ ਦੀ ਫੋਟੋ ਟੀਵੀ 'ਤੇ ਅਖਬਾਰ 'ਤੇ ਆਉਂਦੀ ਹੈ ਤਾਂ ਸਾਡੇ ਹੱਥਾਂ ਦੇ ਵਿੱਚ ਸ਼ਸਤਰ ਹੁੰਦੇ ਨੇ। ਪਰ ਇਹ ਨਹੀਂ ਮੈਨੂੰ ਗੱਲ ਸਮਝ ਆਈ ਕਿ ਸਾਨੂੰ ਸ਼ਾਸਤਰ ਕਿੱਦਾਂ ਭੁੱਲ ਗਿਆ। ਜਿਹੜੀ ਸਤਿਗੁਰੂ ਜੀ ਨੇ ਸਾਨੂੰ ਬਾਣੀ ਦਿੱਤੀ ਸੀ, ਗ੍ਰੰਥ ਦਿੱਤੇ ਸਨ, ਆਪਸ ਵਿੱਚ ਗੱਲਬਾਤ ਇਹ ਗੁਰਮੁਖ ਵੈਸੋ ਸਫਾ ਵਿਛਾਏ ਦਾ ਵਿਧੀ ਵਿਧਾਨ ਦਿੱਤਾ ਸੀ, ਉਹ ਸਾਰਾ ਗਵਾਚ ਕਿਉਂ ਗਿਆ ਸਾਡੇ 'ਚੋਂ? ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤਾਂ ਇਹ ਬਚਨ ਆਪਣੀ ਸਟੈਂਪ ਵਿੱਚ ਲਾ ਲਵੇ, ਪਰ ਅਸੀਂ ਸਿੱਖ ਇਹਦੇ ਤੋਂ ਦੂਰ ਚਲੇ ਜਾਈਏ। ਡਾਕਟਰ ਜਸਵੰਤ ਸਿੰਘ ਨੇਕੀ ਹੋਰਾਂ ਇੱਕ ਵਾਰੀ ਬੰਗਲਾ ਸਾਹਿਬ ਦੇ ਬਾਹਰ ਜਿਹੜਾ ਚੌਂਕ ਉਹਨੂੰ ਗੋਲ ਡਾਕਖਾਨਾ ਕਹਿੰਦੇ ਨੇ,
ਉਸ ਨੂੰ ਕ੍ਰੋਸ ਕਰਕੇ ਜਿਹੜੀ ਰੋਡ ਹੈ ਗੋਲ ਮਾਰਕੀਟ ਵਾਲੀ ਉੱਥੇ ਖਲੋ ਕੇ ਇਸ ਗੱਲ ਦਾ ਪਤਾ ਵੀ ਕੀਤਾ ਸੀ ਖੁਦ ਆਪ ਖੜ੍ਹੇ ਹੋ ਕੇ ਕਿ ਜਿੰਨੇ ਬੰਗਲਾ ਸਾਹਿਬ ਤੋਂ ਵਾਪਸ ਸਿੱਖ ਆ ਰਹੇ ਨੇ ਇੱਕ ਇੱਕ ਨੂੰ ਰੋਕ ਕੇ ਪੁੱਛਿਆ ਵੀ ਤੁਸੀਂ ਕਦੇ ਇਸ ਕੋਈ ਸਿੱਖੀ ਦੀ ਕਿਤਾਬ ਪੜ੍ਹੀ ਹੈ ਤਾਂ ਕਹਿੰਦੇ ਵੀ ਬਹੁਤੀ ਵਾਰੀ ਹੈਰਾਨੀ ਹੋਈ ਵੀ ਉਹ ਕਹਿੰਦੇ ਵੀ ਸਿੱਖਾਂ ਦੀਆਂ ਕਿਤਾਬਾਂ ਵੀ ਹੈਗੀਆਂ ਨੇ ਅੱਜ ਸਾਡੇ ਵਿੱਚ ਲਾਇਬ੍ਰੇਰੀ ਵੀ ਸਿਰਫ ਅਖਬਾਰ ਪੜ੍ਹਨ ਵਾਸਤੇ ਹੈ ਕਿਉਂਕਿ ਮੇਰੇ ਕੋਲ ਬੰਗਲਾ ਸਾਹਿਬ ਵੀ ਹੈਗੀ ਹੈ ਸੀਸਗੰਜ ਸਾਹਿਬ ਮੈਂ ਰਿਪੋਰਟ ਮੰਗੀ ਸੀ ਅਤੇ ਮੈਨੂੰ ਪਤਾ ਲੱਗਿਆ ਵੀ ਇੱਕ ਮਹੀਨੇ 'ਚ 32 ਕਿਤਾਬਾਂ ਜਿਹੜੀਆਂ ਇਸ਼ੂ ਹੋਈਆਂ ਨੇ ਲਾਇਬ੍ਰੇਰੀਆਂ ਖੋਲ੍ਹਣ ਦਾ ਅਸੀਂ ਸ਼ੌਕ ਜ਼ਰੂਰ ਪਾਲੇ ਹੈ ਪਰ ਪੜ੍ਹਨ ਦਾ ਕੋਈ ਨਹੀਂ ਹੈ ਡਾਕਟਰ ਇੰਦਰ ਕੁਮਾਰ ਗੁਜਰਾਲ ਸਾਡੇ ਪ੍ਰਾਈਮ ਮਿਨਿਸਟਰ ਰਹੇ ਬਹੁਤ ਸਿੱਖ ਹਿਤੈਸ਼ੀ ਸਨ ਜਲੰਧਰ ਤੋਂ ਸਨ ਪੰਜਾਬੀ ਸਨ ਔਰ ਉਹਨਾਂ ਨੇ ਮੈਂ ਸਮਝਦਾ ਕਿ ਜੋ ਸੇਵਾ ਪੰਜਾਬ ਦੀ ਕੀਤੀ ਸ਼ਾਇਦ ਹੋਰ ਕਿਸੇ ਦੇ ਹਿੱਸੇ ਘੱਟ ਆਈ ਹੋਵੇ ਛੋਟੇ ਜਿਹੇ ਸਮੇਂ ਵਿੱਚ ਤਕਰੀਬਨ 6 ਮਹੀਨੇ ਉਹ ਪ੍ਰਾਈਮ ਮਿਨਿਸਟਰ ਰਹੇ ਉਹ ਬੋਲ ਰਹੇ ਸੀ ਅਤੇ ਕਹਿ ਰਹੇ ਸੀ ਵੀ ਸਿੱਖੋ ਤੁਹਾਡੇ ਵਿੱਚ ਕੋਈ ਅਣਪੜ੍ਹ ਨਹੀਂ ਹੋ ਸਕਦਾ ਅਤੇ ਮੈਂ ਫਸਟ ਰੋਅ 'ਚ ਬੈਠਾ ਸੀ ਅਤੇ ਮੈਂ ਉਹਨਾਂ ਦੇ ਮੂੰਹ ਵੱਲ ਵੇਖਣ ਲੱਗ ਗਿਆ ਵੀ ਸਾਡੇ 'ਚ ਤਾਂ ਅੱਧੇ ਨੇ ਜਿਹੜੇ ਅੰਗੂਠਾ ਲਾਉਂਦੇ ਨੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਤੁਹਾਡਾ ਤਾਂ ਗੁਰੂ ਹੀ ਗ੍ਰੰਥ ਹੈ ਅਤੇ ਜਿਹਨੂੰ ਗ੍ਰੰਥ ਪੜ੍ਹਨਾ ਆ ਗਿਆ ਉਹ ਪੜ੍ਹਿਆ ਲਿਖਿਆ ਹੋ ਗਿਆ ਅਸੀਂ ਕਿਸੇ ਗੱਲੋਂ ਵੀ ਘੱਟ ਨਹੀਂ ਹਾਂ ਅੱਜ ਤੱਕ ਤੁਸੀਂ ਆਪਣੇ ਹੱਥੀਂ ਬਹੁਤ ਕੁਝ ਕੀਤਾ ਹੈ ਪਰ ਬਹੁਤਾਤ ਵਿੱਚ ਮੈਂ ਤੁਸੀਂ ਵੇਖਿਆ ਹੋਏਗਾ ਵੀ ਉਹ ਅਮਰੀਕਾ ਦੇ ਏਅਰਪੋਰਟ ਤੱਕ ਹੀ ਹੁੰਦਾ ਉਦੋਂਗਾ ਪੰਜਾਬ 'ਚ ਕੁਛ ਵੀ ਨਹੀਂ ਹੁੰਦਾ ਆਹ ਹੁਣ ਆਪ ਯਤਨ ਕਰੋ ਸਿੱਧਾ ਕਰੋ ਮੈਂ ਤਾਂ ਕਹਿੰਦਾ ਮੈਨੂੰ ਇਹਦੇ 'ਚ ਵੀ ਖੁਸ਼ੀ ਹੈ ਕਿ ਇੱਕ ਇੱਕ ਜਥੇਬੰਦੀ ਫੈਸਲਾ ਕਰ ਲਓ 550 ਸਾਲਾਂ ਮਨਾ ਰਹੇ ਹਾਂ 550 ਬੱਚੇ ਅਡਾਪਟ ਕਰ ਲਈਏ ਉਹਨਾਂ ਦੀਆਂ ਵਰਦੀਆਂ ਉਹਨਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਫੀਸਾਂ ਅਸੀਂ ਦਈਏ ਪੁੱਛੀਏ ਹੀ ਨਾ ਕਿ ਤੁਸੀਂ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਸਬੋ ਸਭਾ ਸਮਾਂ ਹੈ ਪਾਤਸ਼ਾਹ ਦੀ ਪਾਰ ਬਖਸ਼ਿਸ਼ ਹੈ ਜੋ USA ਦੇ ਇਸ ਧਰਤੀ 'ਤੇ ਬੈਲੇਗਮ ਦੇ ਇਸ ਸਥਾਨ 'ਤੇ ਇੱਥੋਂ ਦੇ ਪ੍ਰਬੰਧਕ ਵੀ ਡਾਇਰੈਕਟਰ ਭਾਈ ਮਨਜੀਤ ਸਿੰਘ ਜੀ ਉਹਨਾਂ ਦੇ ਸਾਰੇ ਸਹਿਯੋਗੀ ਸੰਗਤ ਸੱਜਣ ਸੋ ਜਿਨ੍ਹਾਂ ਨੇ ਜੋ ਮਾਲਕ ਦਾ ਮਿਸ਼ਨ ਹੈ ਉਸ ਨੂੰ ਪੂਰਾ ਕਰਦਿਆਂ ਖਾਲਸਾ ਯੂਨੀਵਰਸਿਟੀ ਦੀ ਪ੍ਰਮਤਾ ਕਰ ਰਹੇ ਹਨ ਕਿਉਂਕਿ ਸਤਿਗੁਰਾਂ ਨੇ ਸਾਨੂੰ ਉੱਚ ਵਿੱਦਿਆ ਦੀਆਂ ਦਾਤਾਂ ਬਖਸ਼ੀਆਂ ਹਨ ਕਿਉਂਕਿ ਦੋਵੇਂ ਪੱਖ ਸੋ ਦੁਨੀਆਂ ਦੀ ਵਿੱਦਿਆ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਕੈਡਮਿਕ ਢੰਗ ਤੋਂ ਅਸੀਂ ਦੁਨੀਆਂ 'ਚ ਹਰ ਥਾਂ 'ਤੇ ਸਾਨੂੰ ਗੱਲਬਾਤ ਕਰਨੀ ਪੈਂਦੀ ਹੈ ਔਰ ਉਹਦੇ ਨਾਲ ਜੋ ਅਤਿ ਜ਼ਰੂਰੀ ਹੈ ਉਹ ਗੁਰੂ ਦੀ ਬਾਣੀ ਹੈ ਔਰ ਜਿੱਥੇ ਪਾਤਸ਼ਾਹ ਨੇ ਦੋਵੇਂ ਪੱਖ ਸਾਨੂੰ ਬਖਸ਼ਿਸ਼ ਕੀਤੇ ਹਨ
ਸੋ ਦੁਨੀਆ ਦੀ ਸਾਰੀ ਵਿੱਦਿਆ ਉਹਨਾਂ ਨੇ ਇੱਕ ਬਹੁਤਾ ਸਮਾਂ ਸਕੂਲਾਂ 'ਚ ਨਹੀਂ ਗਏ ਮਾਲਕ, ਥੋੜ੍ਹੇ ਸਮੇਂ 'ਚ, ਕਿਉਂਕਿ ਆਪ ਪਰਮੇਸ਼ਰ ਸਨ ਔਰ ਜਿਹਦੇ ਵੱਲ ਉਹ ਦ੍ਰਿਸ਼ਟੀ ਪਾ ਦੇਣ ਤਾਂ ਉਹ ਵੈਸੇ ਵਿਦਵਾਨ ਬਣ ਜਾਂਦਾ ਹੈ। ਤੋ ਬੜੇ ਬੜੀ ਰਹਿਮਤਾਂ, ਬੜੇ ਬੜੇ ਐਸੀਆਂ ਬਖਸ਼ਿਸ਼ਾਂ ਕਰਕੇ ਸਾਨੂੰ ਰਾਜ ਭਾਗ ਦੇ ਕੇ ਗਏ ਹਨ। ਪਾਤਸ਼ਾਹ ਨੇ ਦੇਖਿਆ ਕਿ ਇੱਕ ਰਸਤਾ ਹੈ, ਅਸੀਂ ਮੈਂ ਇਸ ਪੰਥ ਨੂੰ ਉਸ ਰਸਤੇ ਤੋਂ ਰਿਹਾ ਹੈ, ਉਸ ਪਾਂਧੀ 'ਤੇ ਉਹਦਾ ਰਸਤੇ ਦਾ ਪਾਂਧੀ ਬਣਾਉਣਾ ਹੈ। ਤੋ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ, ਜਲਦਬੰਦੀ ਹੋਈ। ਤੋ ਵੇਖੋ ਕਿੱਡੀ ਵੱਡੀ ਸੋਚ ਹੈ, ਹੈਰਾਨ ਹਨ ਅੱਜ ਤੱਕ ਬੜੇ ਬੜੇ ਦੁਨੀਆ ਦੇ ਲੋਕ, ਇਹ ਹੁਣ ਗੁਰੂ ਦੇ ਬਰਾਬਰ ਕੌਣ ਹੋਏਗਾ। ਉਹਨਾਂ ਪ੍ਰਕਾਸ਼ ਤੋਂ ਪਹਿਲਾਂ ਕਿੰਨਾ ਸਮਾਂ ਪਹਿਲਾਂ ਹਰਿਮੰਦਰ ਸਾਹਿਬ ਬਣਾਇਆ ਹੈ ਉਹ ਪ੍ਰਕਾਸ਼ ਵਾਸਤੇ। ਇਹ ਨਹੀਂ ਕਿ ਆਮ ਹੀ ਕਿਸੇ ਕਮਰੇ 'ਚ, ਨਿੱਕਾ ਜਿਹਾ ਘਰ 'ਚ, ਨਿੱਕਾ ਜਿਹਾ ਕਮਰੇ 'ਚ ਗੁਰੂ ਨੂੰ ਉੱਥੇ ਪ੍ਰਕਾਸ਼ ਕਰ ਦਿਓ। ਅਤੇ ਪਾਤਸ਼ਾਹ ਜੀ ਨੇ ਸਰੂਪ ਤਿਆਰ ਕੀਤਾ, ਗੁਰੂ ਗ੍ਰੰਥ ਮੰਜੀ ਪਰ ਰਾਜੇ, ਉਹਨਾਂ ਨੂੰ ਇੱਕ ਮੰਜੀ ਸਾਹਿਬ 'ਚ ਸਭਾਇਮਾਨ ਕੀਤਾ। ਭੂਮ ਸੈਨ ਸਭ ਤਹਾਂ ਬਿਰਾਜੇ, ਬਾਕੀ ਭੂਮ ਸੈਨ ਸਨ, ਗੁਰੂ ਵੀ ਇਸ ਤਰ੍ਹਾਂ ਬੈਠੇ ਸਨ। ਅਤੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਵੀ ਤਿਆਰ ਹੈ, ਅਤੇ ਕਹਿੰਦੇ ਕਿ ਨਿਜ ਨਿਜ ਆਸਨ ਸਭ ਹੀ ਬੈਠੇ, ਦਿਆ ਸਿੰਧ ਮਨ ਐਸੀ ਬੈਠੇ, ਨਿਜ ਮਨ ਇਹੋ ਵਿਚਾਰਤ ਪਏ, ਗੁਰੂ ਗ੍ਰੰਥ ਸੇਵਕ ਕਿਹ ਗਏ। ਕਾਫੀ ਰਾਤ ਬੀਤ ਗਈ, ਭਾਈ ਗੁਰਦਾਸ ਜੀ, ਬੜੀ ਬੜੀਆਂ ਹਸਤੀਆਂ ਬੈਠੀਆਂ ਸੀ, ਕਹਿੰਦੇ ਸਤਿਗੁਰੂ ਵੀ ਤੁਸੀਂ ਬੜੀ ਸੋਚ 'ਚ ਬੈਠੇ ਜੀ, ਅੱਜ ਤੁਸੀਂ ਸੋਚਾਂ ਦੂਰ ਕਰਨੀਆਂ ਹਨ। ਕਹਿੰਦੇ ਅੱਜ ਤੱਕ ਸੋਚ ਨਹੀਂ ਆਈ, ਪਰ ਇੱਕ ਬੜੀ ਵੱਡੀ ਸੋਚ ਵੀ ਸਰੂਪ ਵੀ ਤਿਆਰ ਹੈ, ਹਰਿਮੰਦਰ ਸਾਹਿਬ ਰਚੇ ਜਾ ਚੁੱਕੇ ਹਨ, ਫਿਰ ਕਿਹੜੀ ਸੋਚ ਹੈ। ਕਹਿੰਦੇ ਮੈਂ ਇਸ ਸੋਚ 'ਚ ਬੈਠਾ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਕਿਸ ਨੂੰ ਥਾਪਣਾ ਹੈ, ਉੱਥੇ ਸਿਲੈਕਸ਼ਨ ਹੈ। ਤੋ ਸਾਹਮਣੇ ਬੜੇ ਬੜੇ ਭਾਈ ਗੁਰਦਾਸ ਜੀ ਬੈਠੇ ਹਨ, ਬੜੇ ਬੜੇ ਤੇਣ ਬੰਸ ਬੈਠੀ ਹੈ, ਸੋਢੀ ਬੇਦੀ ਖੱਤਰੀ ਦਿਓ ਸੇਵਾ, ਊਚ ਬੰਸ ਜਨ ਮਨ ਮਾਨੇ ਭੇਵਾ, ਇਹ ਸੇਵਕ ਕੀ ਬਸਤ ਸਦੀਵਾ, ਨਿਰਹੰਕਾਰ ਜਨਹੋ ਮਾਨੀਵਾ। ਕਹਿੰਦੇ ਕੁਝ ਅੰਸਾਂ ਦੇ ਗੁਰਮੁਖ ਬੈਠੇ ਹੈ, ਇਤਿਹਾਸ ਹੈ, ਜੇ ਮੈਂ ਆਪਣੀ ਅੰਸ਼ 'ਚੋਂ ਕਿਸੇ ਇਸ ਤਰ੍ਹਾਂ ਕਿ ਨੂੰ ਦਿੱਤੀ, ਉਹਨਾਂ ਕਹਿਣਾ ਵੀ ਸਾਡੇ ਪਿਤਾ ਪੁਰਖ ਹੀ ਸੀ, ਸਾਨੂੰ ਇਹ ਮਿਲ ਗਈ ਹੈ, ਹਉਮੈ 'ਚ ਆ ਜਾਣਗੇ। ਤਾਂ ਬੜੀ ਸੋਚ ਤੋਂ ਬਾਅਦ ਧਿਆਨ ਮਾਰਿਆ, ਤਾਂ ਉਹਨਾਂ ਨੂੰ ਸਿੱਖ ਪੰਥ 'ਚੋਂ ਤਾਂ ਇੱਕ ਹਸਤੀ ਦਾ ਧਿਆਨ ਗਿਆ, ਉਹ ਵੀ ਮਾਲਕ ਉੱਥੇ ਬੈਠੇ ਸਨ, ਬਾਬਾ ਬੁੱਢਾ ਸਾਹਿਬ ਜੀ। ਚਾਰ ਗੁਰਨ ਸੇਵਾ ਕਰੀ ਪਾਇਓ ਪਰਮ ਨਿਦਾਨ, ਸੇਵਕ ਕੀ ਬਸਤ ਹੈ ਸ੍ਰੀ ਗੁਰ ਕੀ ਉਹ ਬਖਸ਼ਿਆਨ। ਕਹਿੰਦੇ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਚਾਰ ਗੁਰੂਆਂ ਦੀ ਸੇਵਾ ਨਿਭਾਈ ਹੈ, ਵੇਖੋ ਪਹਿਲੇ ਪਾਤਸ਼ਾਹ ਤੋਂ ਸਿੱਖੀ 'ਚ ਸਨ, 12 ਸਾਲ 'ਚ ਸਿੱਖੀ 'ਚ ਆਏ, 125 ਸਾਲ ਦੀ ਅਵਸਥਾ ਹੈ,
125 ਸਾਲਾਂ 'ਚ ਉਹਨਾਂ ਇਹ ਨਹੀਂ ਆਖਿਆ ਵੀ ਸਤਿਗੁਰੂ ਮੈਨੂੰ ਵੀ ਕਿਤੇ ਮੁਖੀ ਬਣਾ ਦਿਓ, ਕਿਸ ਜਥੇਦਾਰ ਬਣਾ ਦਿਓ, ਹੈੱਡ ਬਣਾ ਦਿਓ। ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ ਨਾ, ਉਹਨੇ ਆਵਾਜ਼ ਮਾਰੀ, ਬਾਬਾ ਜੀ ਇਹ ਸੇਵਾ ਤੁਸੀਂ ਕਰਨੀ ਹੈ। ਅਤੇ ਉਹਦਾ ਤਜਰਬਾ ਕਿੰਨਾ ਹੈ, ਐਕਸਪੀਰੀਅੰਸ ਕਿੰਨਾ ਲਿਆ ਕਿ 98 ਸਾਲ ਦਾ, ਵੀ ਜੇ ਗੁਰੂ ਮਾਨ ਹੈ ਉਹਦਾ ਸੇਵਕ ਵੀ ਉਨਾ ਤਜਰਬੇਕਾਰ, ਇੰਨਾ ਜ਼ਮੀਰ ਉੱਚਾ ਹੋਣਾ ਚਾਹੀਦਾ। ਉਹ ਕਿੰਨੀ ਕੁ ਅਵਸਥਾ ਹੈ, ਜੰਗ ਹੋਏ ਮਾਲਕ ਦੇ ਚਾਰ ਵੱਡੇ ਵੱਡੇ ਸਿੰਘ ਪਾਤਸ਼ਾਹ ਦੇ, ਆਖੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਤੁਹਾਡੀ ਰਸਨਾ ਹੀ ਚੱਲੇਗੀ, ਉਹ ਜੰਗ 'ਚ ਨਹੀਂ ਗਏ ਕਿਸੇ 'ਚ। ਅੱਜ ਕਈ ਵਾਰ ਸਾਡੇ ਵੀ ਸਾਨੂੰ ਵੀ ਸਵਾਲ ਕਰ ਦਿੰਦੇ ਆ ਜੀ ਤੁਸੀਂ ਉੱਥੋਂ, ਮੈਨੂੰ ਇੱਕ ਕਹਿੰਦਾ ਜੀ ਤੁਸੀਂ ਰਜਾਈਨ ਦੇ ਆਉਣਾ ਸੀ ਹਰਿਮੰਦਰ ਸਾਹਿਬੋਂ, ਮੈਂ ਵੀ ਮੈਂ ਤੁਹਾਨੂੰ ਚੰਗਾ ਨਹੀਂ ਉੱਥੇ ਲੱਗਦਾ, ਤੁਸ ਜੀ ਐਂ ਹੋ ਰਿਹਾ ਜੀ, ਫਲਾਣਾ ਐਂ ਕਰ ਰਿਹਾ ਹੈ। ਮੈਂ ਕਿਹਾ ਵੀ ਉੱਥੇ ਐਂ ਕਰ ਦਿਓ, ਮੈਂ ਕਿਹਾ ਠੀਕ, ਅਸੀਂ ਤਾਂ ਕੁਛ ਨਹੀਂ ਕਰਦੇ, ਤਾਂ ਆਓ ਜਥਾ ਬਣਾ ਕੇ ਵੀ ਸੁੱਖਾ ਸਿੰਘ ਮਹਿਤਾਬ ਸਿੰਘ ਤੁਸੀਂ ਵੀ ਬਣ ਜਾਓ, ਫਿਰ ਇੱਥੇ ਗੱਲਾਂ ਨਾ ਕਰੋ। ਮੈਂ ਕਿਹਾ ਵੀ ਐਪਰੀਸ਼ੀਏਟ ਕਰੋ ਹਰ ਇਨਸਾਨ ਨੂੰ, ਜਿੰਨਾ ਵੀ ਉਹ ਕਰ ਸਕਦਾ, ਉਹ ਜਿੰਨਾ ਤੁਰਦਾ ਉਨਾ ਤਾਂ ਉਹਨੂੰ ਦੇ ਦਿਓ ਨਾ, ਜਿੰਨਾ ਵੀ ਕੋਈ ਕਰਦਾ ਹੈ। ਇਹ ਨਹੀਂ ਕਿ ਉਹ ਸਿਰ ਲਾ ਗਏ ਜੀ। ਭਾਈ ਮਨੀ ਸਿੰਘ ਨੇ ਮੈਨੂੰ ਕਹਿੰਦਾ ਜੀ ਬੰਦ ਬੰਨ ਕਟਵਾ ਲਿਆ, ਮੈਂ ਮੇਰਾ ਊਂ ਹੀ ਕੱਟ ਦਿਓ ਫਿਰ, ਵੀ ਕੋਈ ਆਊ ਤਾਂ ਕਟਵਾਵਾਂਗੇ ਨਾ। ਮੈਂ ਲੋੜ ਪੈ ਗਈ ਅਤੇ ਮੈਂ ਹੀ ਬੈਠੇ ਹਾਂ ਗੁਰੂ ਰਾਮਦਾਸ ਦੇ ਦਰ 'ਤੇ। ਤੋ ਇਸ ਕਰਕੇ ਇਹ ਸਾਰਿਆਂ ਦਾ ਹੀ ਫਰਜ਼ ਹੈ, ਹੋਰ ਕਿਸੇ ਵੀ ਆਮ ਜ਼ਿਆਦਾ ਇੰਨਾ ਇਹ ਕੰਟਰੋਵਰਸੀ ਨਹੀਂ ਜਿੰਨੀ ਸਾਡੇ 'ਚ ਹੈ, ਕਿਉਂਕਿ ਸਾਨੂੰ ਇੱਕ ਇਲੈਕਸ਼ਨ ਦੇ ਗਏ ਹੈ ਗੋਰੇ ਜਾਂਦੇ ਜਾਂਦੇ, ਤੁਸੀਂ ਇਲੈਕਸ਼ਨ ਨਾਲ ਇਹਨਾਂ ਨੂੰ ਚੁਣਨਾ ਜੀ, ਜੇ ਇਲੈਕਸ਼ਨ 'ਚ ਕੀ ਚੁਣਿਆ ਜਾਣਾ ਹੈ, ਵੀ ਜਿੱਧਰ ਬਹੁਮਤ ਉਹ ਹੀ ਆਏਗਾ ਨਾ, ਅਤੇ ਗਰੀਬ ਨੂੰ ਵੋਟ ਕਿਸੇ ਨੇ ਨਹੀਂ ਪਾਉਣੀ, ਉਹ ਹਾਰ ਜਾਏਗਾ। ਤੋ ਬਾਬਾ ਜੀ ਨੇ, ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਚੁਣਿਆ, ਤਜਰਬਾ 98 ਸਾਲ ਦਾ ਅਵਸਥਾ ਹੈ। ਤੋ ਉਸ ਵੇਲੇ ਫਿਰ ਕਹਿੰਦੇ ਕਿ ਬਾਬਾ ਜੀ ਹੁਣ ਇਹ ਭਾਵਨ ਸਰੂਪ ਤੁਹਾਡੇ ਸੀਸ 'ਤੇ ਜਾਏਗਾ, ਨੰਗੇ ਪੈਰੀਂ ਚੌਰ ਸਾਹਿਬ ਕਰਦੇ ਹਰਿਮੰਦਰ ਸਾਹਿਬ ਆਏ। ਸੋ ਬਾਬਾ ਬੁੱਢਾ ਅੱਗੇ ਕੀਨਾ ਅਤੇ ਪਾਸੇ ਸਤਿਗੁਰ ਸੁਖ ਲੀਨਾ, ਪਿੱਛੇ ਪਿੱਛੇ ਗੁਰੂ ਦੁਨੀਆ ਦਾ ਮਾਲਕ। ਅਤੇ ਜਦੋਂ ਹਰਿਮੰਦਰ ਸਾਹਿਬ ਆਏ, ਕਹਿੰਦੇ ਮਹਾਂਪੁਰਸ਼ੋ ਪ੍ਰਕਾਸ਼ ਤੁਸੀਂ ਕਰੋ, ਬਾਬਾ ਬੁੱਢਾ ਖੋਲ੍ਹੋ ਗ੍ਰੰਥ, ਲਿਓ ਆਵਾਜ਼ਾਂ ਸੁਣੇ ਸਭ ਪੰਥ, ਅਦਬ ਸੰਗ ਬਾਬੇ ਅਦਬ ਸੰਗ ਗ੍ਰੰਥ ਕੋ ਖੋਲ੍ਹਾਂ, ਲੇ ਆਵਾਜ਼ ਬੁੱਢਾ ਤਾਂ ਬੋਲਦਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਆਇਆ ਅਤੇ ਬਾਬਾ ਜੀ ਹੈਰਾਨ ਸਨ ਵੀ ਸਤਿਗੁਰੂ ਪਹਿਲਾਂ ਹੁਕਮਨਾਮਾ, ਕਹਿੰਦੇ ਬਾਬਾ ਜੀ ਇਹ ਤੁਸੀਂ ਹੁਕਮਨਾਮਾ ਲੈਣਾ ਮਹਾਂਪੁਰਸ਼ੋ, ਆਪ ਜਿੱਥੇ ਰਾਗੀ ਸਿੰਘ ਬੈਠੇ ਉੱਥੇ, ਉਸ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਕਦੀ ਤਾਬਿਆ ਨਹੀਂ ਬੈਠੇ, ਵੀ ਅੱਜ ਹੁਣ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਬੁੱਢਾ ਜੀ ਸੇਵਾ ਕਰਨਗੇ। ਤੋ ਉਹਨਾਂ ਉਸ ਸੇਵਾ ਬਾਖੂਬੀ ਨਿਭਾਏ, ਉਹਨਾਂ ਜਦੋਂ ਪੰਥ ਨੂੰ ਲੋੜ ਪਈ ਕਿਸੇ ਬਿਪਤਾ, ਉਦੋਂ ਵੀ ਉਹਨਾਂ ਸੇਵਾ ਨਿਭਾਈ। ਵੀ ਆਰ ਸੇਇੰਗ ਏ ਪ੍ਰੇਅਰ ਟੂਡੇ ਟੂ ਸਟਾਰਟ ਏ ਖਾਲਸਾ ਯੂਨੀਵਰਸਿਟੀ ਇਨ ਦਿਸ ਕਾਉਂਟੀ, ਵਾਟਕਮ ਕਾਉਂਟੀ, ਐਂਡ ਦਿਸ ਇਜ਼ ਦੀ ਕਾਉਂਟੀ ਵੇਅਰ ਅਬਾਊਟ 115 ਈਅਰਸ ਅਗੋ there were about 356 who were living here and they were expelled. Now how the time changes. Now for 75 years
ਨੋ ਪੰਜਾਬੀ ਸਿੱਖ ਔਰ ਪੀਪਲ ਫਰੋਮ ਇੰਡੀਆ ਐਵਰ ਕੇਮ ਟੂ ਦਿਸ ਏਰੀਆ ਦਿਸ ਰੀਜਨ ਈਵਨ ਦੇਰ ਵਾਜ਼ ਅ ਲਾਰਜ ਪਾਪੂਲੇਸ਼ਨ ਅਕ੍ਰੋਸ ਦੀ ਬਾਰਡਰ ਇਨ ਵੈਨਕੂਵਰ ਏਰੀਆ ਸੋ After 75 years, people start coming here, and we learned about the past history, and a lot of people, of residents of Bellingham, residents of Whatcom County, learned about this history because it was kind of forgotten. So we have built a memorial, and I would like to request, if anybody has time, please do visit that. That's a commemoration after 100 years. We all got together with all the communities of this region and have built that memorial honoring all the immigrants from different areas to America. So with that, it's a great honor and that we are now going to establish a Khalsa University in the same place. The education has a special place in our religion, and it is very well taken care of and respected, that the special place that our holy guru, our holy teacher is Guru Granth. So we are connected to the knowledge by our religion. So with that, I just want to say that we sent very brief invitations and to a lot of people in our city and county, and everybody has honored us being here. If Paul Engelbergs is here, please come on to the stage here. He was supposed to come. So I would like to introduce them, and they will say one or two minute, whatever they would like to say, and it's just honoring them. By the way, I'm Satpal Sidhu, and I have been on the Whatcom County Council for 5 years. And this is again an achievement for our community, that we are less than 1% in this community, our population. And I'm one of the 7 people who have been elected, and the total population is about 240,000 people who live here. So I think that is a recognition from the larger community that they respect minorities. This is not only that what I can do or we can do, it is the reverse, that other communities are recognizing the contributions we are making to this society. Mayor Kelly from Bellingham has not been able to come. The first person is Dr. Greg Baker. He is the superintendent for Bellingham School District. Dr. Baker. Thank you very much. It's a true honor to be here today. And as an educator, to celebrate a university is a pretty special thing. I know it's taken a lot of work, and on behalf of our school district, I want to congratulate you for that and the other things that you're celebrating today. As a partner in the community, if there's things that we can do to help support education, we stand ready. So on behalf of our entire school district, and on behalf of our staff and students, I congratulate you, and again, thank you for the honor of being invited here today. Thank you. We are presenting a honorary plaques to all our guests today here. Thank you, and it's an honor to be here today, and just want to congratulate you and wish you success. I've been your sheriff for approximately 15 years, and I first met Satpal, as shortly after 9/11,
And certainly I've been a, appreciate your hospitality over these years. I've visited the center many times. I know there were heightened concerns after the terrible tragedy and attack in Wisconsin, and we took efforts there to work more closely together. We've hired several SEEK deputy sheriffs, and we have one starting the academy next week. So we're going to move forward, and just thank you very much. I appreciate it. I think the next is David Dahl. Mr. Dahl is chief of Bellingham City Police, and he's been in service with Bellingham Police probably 15 or 18 years. It's a great honor to be here today to be immersed in your culture. I am so looking forward to your new temple on Telegraph and collaborating with you and helping you to ensure your safety. Thanks again for your hospitality today, and congratulations on the university that you're creating on this day. Thank you. The next guest is Mark Personius. Mark Personius has been with the county for probably more than 10 years or? Seven, actually. 7 years. And seems he like seems like 10. And we have been working together for at least 5 years. I've been on the council. As I said, yes, we're here to facilitate development and agricultural activities in the county, and we're very pleased to work with you. Thank you very much. Brenda Krasick, I met her probably again 6-7 years ago. She has worked with federal government all over the world, actually. And she has joined the Whatcom Community College Foundation, and I had the privilege of working together with her. And she's here representing the president of Whatcom Community College, the board of directors of Whatcom Community College, as well as the Whatcom Community College Foundation. Ms. Brenda. Thank you very much. On behalf of Kathy Hyaney Brown, the president of Whatcom Community College, who is out of town right now, I'm representing the college, and it's an honor for us to be here because we see a partnership between your university and Whatcom Community College, and I think there are many ways that we can help educate our students and people within the county. So again, it's an honor to be here. Namaste. Bole Sonia. Thank you. The next person is our neighbors to this university building is Whatcom County Library System. There are 25 different libraries in the county, and we have a very robust library system. And this is the distribution system come library here, and they service all the libraries in the county. And their chief, their Mark Barrett, librarian, is here. Hello, my name is Mark. I'm truly honored to be here, and I'm truly honored to have this invitation from such a great community. What great neighbors we have here. Yeah. to see the transition from days of old, this building used to be Whatcom Community College, and then it was purchased by Whatcom Day Academy, a place of education, and then to have it be another university is just an amazing thing. But I want to say on behalf of my executive director, Christine Perkins, who wasn't able to make it today, she truly wanted to be here, and my boss, Jackie Saul, and Michael Cox, and all the library personnel, we truly are excited about the great things happening here,
And the library has a place for everyone here. We have books that you can check out here at our pop-up library if you're interested. And we realize that the library is a place that we can collaborate with this community and be truly friends and neighbors together. And so thanks again for the invitation. Appreciate it. Yeah. Bole so nihal Sri Akal. Thank you. Satsang ji, ਇਹ ਸਾਡੇ ਆਪਣੇ ਗਵਾਂਢੀ ਨੇ ਅਬੀਰ ਜੀ ਨੇ ਬੋਲਿਆ, ਮੈਂ 16 ਬੋਲਿਆ ਸੀ, 25 ਲਾਇਬ੍ਰੇਰੀਜ਼ ਨੇ ਪੰਜਾਬੀ ਦੇ ਵਿੱਚ ਕਿਤਾਬਾਂ ਰੱਖੀਆਂ ਇਹਨਾਂ ਨੇ ਮਾਰਖੋਣਾ ਨੇ, ਔਰ ਸਟਾਲ ਲਾਈ ਆ ਔਰ ਪੁੱਛਿਆ ਵੀ ਦੱਸੋ ਕਿਹੜੀ ਕਿਤਾਬ ਤੁਹਾਨੂੰ ਚਾਹੀਦੀ, ਅਸੀਂ ਆਰਡਰ ਕਰਕੇ ਰੱਖੀ ਹੈ ਪਰਮਾਨੈਂਟਲੀ। ਸੋ ਬਹੁਤ ਹੀ ਵਧੀਆ ਇਨਸਾਨ ਨੇ, ਬਹੁਤ ਹੀ ਵਧੀਆ ਆਫਿਸਰ ਨੇ। ਸੋ ਥੈਂਕ ਯੂ ਸੋ ਮੱਚ ਮਾਰਕ ਐਂਡ ਯੋਰ ਟੀਮ, ਥੈਂਕ ਯੂ। ਸੇਰਾ ਹੈਜ਼ ਬੀਨ ਕਨੈਕਟਡ ਵਿਦ ਦੀ ਸਿੱਖਿਜ਼ਮ ਐਜ਼ ਵੈਲ ਐਜ਼ ਏ ਵਾਲੰਟੀਅਰ ਐਂਡ ਏ ਸੋਸ਼ਲ ਵਰਕਰ ਫੋਰ ਮੈਨੀ ਮੈਨੀ ਈਅਰਸ, and there she is today. Hi, it's kind of amazing to see the transformation in this place. I don't come around much anymore now, but I got involved in the Sikh community in I think 2003 or 2004, and used to teach Punjabi at the Smith Road Gurdwara, but it's been a few years, and I just wanted to say something about why a university is important for me to support. And if you have a community, a university where kids can grow up and feel like they belong, feel like they have a home, and feel connected to God, then I think that that's kind of the most important thing that will last them their whole lives. So I see myself and others as kind of maybe a bridge for the kids who were born here, who and help them see the beauty of the teachings in a new way. So anyway, Waheguru Ji Ka Khalsa, Waheguru Ji Fateh. Bole so nihal. See Paul Engelsberg anywhere, but he was sitting right behind me. I don't think Paul needs any introduction, because he has played a very important role in our history in this county. Back in 2000, early 2003 or 4, when we found out about the 1907 riots, when Sikhs were expelled from here, and we got together. I used to be dean at Bellingham Technical College, and we formed a small committee and wanted to research that what really happened. And Paul was a member of that committee right from there. And not only that, he worked together with us. He's a PhD professor of education, and he has a keen interest in history. It's a pleasure to be here. I want to just congratulate everyone on the beginning of this university. I myself have a particular interest because I've been teaching the university level, first at Western for about 10 years, and then for the last 13 years I've been teaching for a couple different online universities. So it's very exciting to have a new online university that's going to also have a campus right here in Whatcom County. I just want to thank the Sikh community for supporting the research that I've done. I've been invited to speak at events in Canada and California, Washington State, and I was also supported by the Sikh community to
travel down to California and meet some of the families that Satpal mentioned, some of the descendants, grandkids, and some of the sons of people who were actually in Whatcom County in 1907. So I look forward to continuing this very friendly, collegial relationship, and just wish the university the best of success. Thank you. Bolai so nihal. Thank you, Paul. Satsang ji, ek vyakti ne, Malcolm, apa sare jaande ha onu, Bellingham Technical College de counselor ne, ਉਹਨਾਂ ਦੀ ਬੇਟੀ ਨੇ PhD ਕੀਤੀ ਆ, ਉਹ ਨਿਊਯਾਰਕ ਗਏ ਨੇ, ਸੋ ਉਹ ਆਪਣੇ ਸਾਰੇ ਹੀ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਆ, ਬੱਚਿਆਂ ਦਾ ਨਹੀਂ, ਚਾਹੇ ਕੋਈ ਬਜ਼ੁਰਗ ਆ ਸਹਿਰਾ, ਅਤੇ ਉਹ ਦੋ ਆਪਣੇ ਦੂਤ ਨੇ, ਕਹਿ ਲਓ ਵੀ ਅਮੈਰੀਕਨ ਦੂਤ ਨੇ ਸਾਡੇ ਕੋਲ, ਗੋਡਸ ਅੰਬੈਸਡਰ, ਅਮੈਰੀਕਨ ਅੰਬੈਸਡਰ ਵਿਦ ਫੋਰ ਆਵਰ ਕਮਿਊਨਿਟੀ, ਮਲਕਮ ਓਲੀਵਰ ਐਂਡ ਸਹਿਰਾ ਹੈਨਸਨ. ਸੋ ਮਲਕਮ ਇਜ਼ ਇਨ ਨਿਊਯਾਰਕ ਵਿਦ ਹਰ ਡਾਟਰ, ਸ਼ੀ ਇਜ਼ ਡੂਇੰਗ PhD, ਸ਼ੀ ਗੋਟ ਗ੍ਰੈਜੂਏਸ਼ਨ, ਸੋ ਵੀ ਹੈਵ ਏ ਓਨਰ ਫੋਰ ਹਿਮ. And I asked him, welcome whom I should give your plaque. He, the first name he said, Sheriff Bell. So please, Sheriff, please come. For you, for Malcolm. Thank you very much. So, if your honor is Satpal Veer Ji, Satpal Ji Sidhu Harali. Bolei so nihal. Das Ji hai, mere Das de Veer Ji ne, bade Veer Ji. ਔਰ ਮੇਰੇ ਦੂਜੇ ਦੋ ਵੀਰ ਨੇ, ਦਾਸ ਛੋਟਾ, ਔਰ ਮੇਰੇ ਭਾਬੀ ਜੀ ਵੀ ਆਏ ਨੇ. ਜਦੋਂ ਸਹਿਰਾ ਇਹ ਸਾਰੀ ਬਿਲਡਿੰਗਾਂ ਲੈਣ ਦੀ ਕਰ ਰਹੀ ਸੀ ਗੱਲਬਾਤ, ਸਾਡੇ ਪਿਤਾ ਜੀ ਚੜ੍ਹਾਈ ਕਰ ਗਏ ਸੀ ਉਸ ਟਾਈਮ, ਵੀਰ ਜੀ ਮੇਰੇ ਕੋਲ ਸਪੋਰਟ ਲਈ ਆਏ ਸੀਗੇ. ਸੋ ਇਹ ਬਿਲਡਿੰਗ ਜੇ ਵੀਰ ਜੀ ਵੀ ਨਾ ਆਉਂਦੇ, ਬਈ ਵਾਹਿਗੁਰੂ ਨੇ ਵਿਧੀ ਬਣਾਈ ਸੀਗੀ. ਸੋ ਕਿਉਂਕਿ ਆਪਣੀ ਕੋਈ ਇਨਕਮ ਨਹੀਂ ਹੈ, ਅੱਜ ਵੀ ਯੂਨੀਵਰਸਿਟੀ ਦੀ ਕੋਈ ਇਨਕਮ ਨਹੀਂ ਹੈ ਆਪਾਂ ਨੂੰ, ਸੋ ਵੀਰ ਜੀ ਨੇ ਬਹੁਤ ਵੱਡੀ ਸਪੋਰਟ ਦਿੱਤੀ ਹੈ, ਇੰਡੀਆ ਤੋਂ ਪੈਸੇ ਭੇਜੇ ਨੇ. ਸੋ ਆਪ ਸੰਗਤਾਂ ਵੱਲੋਂ ਆਪਾਂ ਇੱਕ ਪਲੈਕ ਇਹਨਾਂ ਨੂੰ ਵੀ ਦਿੰਦੇ ਹਾਂ. ਬੋਲੇ ਸੋ ਨਿਹਾਲ. ਧੰਨਵਾਦ. ਇੱਕ ਵੀਰ ਜੀ ਡਾਕਟਰ ਸਾਹਿਬ LA ਤੋਂ ਆਏ ਨੇ, ਜਸ ਪੰਜਾਬੀ ਦੇ ਪ੍ਰੋਗਰਾਮ ਸੁਣਿਆ ਸੀ, ਔਰ ਕੱਲ੍ਹ ਵੀ ਦਾਸ ਨੇ ਸੰਗਤਾਂ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਆਪਾਂ ਨੂੰ ਬਿਲਕੁਲ ਨਹੀਂ ਸੀ ਜਾਣਦੇ. ਜਸ TV 'ਤੇ 15-20 ਮਿੰਟ ਦਾ ਪ੍ਰੋਗਰਾਮ ਆਇਆ ਖਾਲਸਾ ਯੂਨੀਵਰਸਿਟੀ ਦਾ ਦੋ ਦਿਨ ਪਹਿਲਾਂ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸੋ ਅਸੀਂ ਜਸ ਪੰਜਾਬੀ, ਵੀ ਹਰਡ ਦਾ ਪ੍ਰੋਗਰਾਮ ਔਨ ਜਸ ਪੰਜਾਬੀ, ਐਂਡ ਵੀ ਵਰ ਐਕਸਾਈਟਿਡ, ਐਂਡ ਵੀ ਹਰਡ ਔਨ ਥਰਸਡੇ, ਐਂਡ ਆਈ ਕਾਲ ਡਾਕਟਰ ਪਿਆਰਾ ਸਿੰਘ, ਐਂਡ ਹੀ ਐਗਰੀ ਟੂ ਕਮ ਹੀਅਰ ਰਾਈਟ ਅਵੇ. ਸੋ ਵੀ ਹੈਵ ਕਮ ਫਰੋਮ ਲੋਸ ਏਂਜਲਸ, ਐਂਡ ਆਈ ਹੈਵ ਅਬਾਊਟ 15-20 ਪੀਪਲ ਫਰੋਮ ਵਾਸ਼ਿੰਗਟਨ. ਆਈ ਟੋਲ ਦੈਮ, ਸੋ ਦੇ ਆਰ ਆਲਸੋ ਅਟੈਂਡਿੰਗ ਹੀਅਰ, ਐਂਡ ਆਲਸੋ ਡਾਕਟਰ ਪਿਆਰਾ ਸਿੰਘ ਇਜ਼ ਗੋਇੰਗ ਟੂ ਮੇਕ ਏ ਕੰਟਰੀਬਿਊਸ਼ਨ ਟੂ ਦਾ ਯੂਨੀਵਰਸਿਟੀ, ਐਂਡ ਹੀ ਇਜ਼ ਗੋਇੰਗ ਟੂ ਅਨਾਊਂਸ ਹਿਮਸੈਲਫ. ਡਾਕਟਰ ਪਿਆਰਾ ਸਿੰਘ, ਹੀ ਹੈਜ਼ ਬੀਨ ਦੀ ਡਾਇਰੈਕਟਰ ਐਂਡ ਮੈਨੇਜਰ ਆਫ ਏ ਨੇਵੀ ਇਨ ਲੋਸ ਏਂਜਲਸ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ. ਮਾਈ ਨੇਮ ਇਜ਼ ਡਾਕਟਰ ਪਿਆਰਾ ਸਿੰਘ. ਆਈ ਹੈਵ ਬੀਨ US ਨੇਵੀ 25 years. I retired as a chief engineer over there. So since then, I have been involved with the Sikh community welfare. Once I heard that about this university, so I immediately called Dr. Amrit Singh. So we have to go and we have to contribute accordingly. And first, when Khalsa ji was announcing the university, and some of the people, they stood up and say, I am denoting $25,000 immediately. So main benti karanga
ਸਾਡੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਇਤਿਹਾਸਿਕ ਮੌਕਾ ਹੈ, ਸਾਡੇ ਸਤਿਕਾਰਯੋਗ ਸਿੰਘ ਸਾਹਿਬਾਨ ਜੁਗੋ ਜੁਗੋ ਟਲ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ੋਭਤ ਨੇ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਡਾਇਸ ਤੋਂ ਸਾਨੂੰ ਸੰਬੋਧਨ ਹੋਣ। ਵਨਸ ਆਫ ਗਾਡ ਦਾ ਕੰਸੈਪਟ ਜਿਹੜਾ ਸੀ ਉਹ ਦਿੱਤਾ, ਉਸ ਪਰਮਾਤਮਾ ਦੇ ਸਿਮਰਨ ਵਾਸਤੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਅਸੀਂ ਕਿਰਤ ਕਰਨੀ ਆ, ਨਾਮ ਜਪਣਾ ਅਤੇ ਵੰਡ ਕੇ ਛਕਣਾ ਵਾ। ਮੈਂ ਕੇਵਲ ਇਸ ਵੇਲੇ ਵਿਦਿਆ ਦੀ ਗੱਲ ਕਰਨੀ ਚਾਹੁੰਦਾ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ, ਅਸੀਂ ਨਨਕਾਣਾ ਸਾਹਿਬ ਹੁਣ ਵੀ ਯਾਤਰਾ ਕਰਕੇ ਆਏ ਹਾਂ। ਗੁਰਦੁਆਰਾ ਪ੍ਰਕਾਸ਼ ਸਥਾਨ ਦੇ ਨੇੜੇ ਹੀ ਗੁਰਦੁਆਰਾ ਪੱਟੀ ਸਾਹਿਬ ਹੈ। ਉਹ ਪੱਟੀ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਨੇ ਸੰਸਾਰਕ ਰੂਪ ਦੇ ਵਿੱਚ ਗਿਆਨ ਪ੍ਰਾਪਤ ਕਰਨ ਦੇ ਲਈ ਗਏ, ਪਾਂਧੇ ਕੋਲ ਪੜ੍ਹੇ, ਮੌਲਵੀ ਕੋਲ ਪੜ੍ਹੇ, ਉਹਨੂੰ ਮੌਲਵੀ ਪੱਟੀ ਵੀ ਕਿਹਾ ਜਾਂਦਾ, ਪਰ ਅਸਲ ਪੱਟੀ ਜਿਹੜੀ ਆ ਉਹਨਾਂ ਨੇ ਬਾਣੀ ਦੇ ਵਿੱਚ ਦਰਜ ਕੀਤੀ ਅਤੇ ਸ਼ੁਰੂਆਤ ਹੀ ਇਹ ਕੀਤਾ, ਸੱਸੇ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਇੱਕ ਪਿਆ। ਉਸ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਸੀ, ਗਲੋਬਲ ਵਿਚਾਰਧਾਰਾ ਸੀ, ਬ੍ਰਹਿਮੰਡੀ ਵਿਚਾਰਧਾਰਾ ਸੀ, ਉਸ ਵਿਚਾਰਧਾਰਾ ਨੂੰ ਪ੍ਰਚਾਰਨ ਪ੍ਰਸਾਰਨ ਵਾਸਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪ ਪਾਠਸ਼ਾਲਾ ਖੋਲ੍ਹੀ, ਆਪ ਗੁਰਮੁਖੀ ਵਿੱਦਿਆ ਦੇਣੀ ਸ਼ੁਰੂ ਕੀਤੀ, ਤਾਂ ਕਿ ਅਸੀਂ ਵਿੱਦਿਆ ਦੇ ਨਾਲ ਜੁੜ ਕੇ ਗਿਆਨ ਦੇ ਪੁਜਾਰੀ ਹੋ ਸਕੀਏ, ਗਿਆਨ ਦੀ ਸਮਰੱਥਾ ਨੂੰ ਸਮਝ ਸਕੀਏ। ਅੱਜ ਜਦੋਂ ਕਿ ਸਿੱਖ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦਾਂ ਦੇ ਵਿੱਚ ਸਿੱਖ ਸਰਦਾ ਕੌਸਮਿਕ ਸਿਟੀਜ਼ਨ, ਜਦੋਂ ਕਿ ਦੁਨੀਆ ਦੇ ਮਾਡਰਨ ਫਿਲਾਸਫਰ ਇਹ ਕਹਿ ਰਹੇ ਨੇ ਸਿੱਖ ਸਰਦਾ ਬਰੇਵ ਪੀਪਲ, ਦੇ ਆਰ ਨਾਟ ਕਨਿੰਗ, ਦੇ ਆਰ ਬਿਊਟੀਫੁੱਲ ਪੀਪਲ, ਅਤੇ ਉਸ ਵੇਲੇ ਅਸੀਂ ਉਸ ਵਿਚਾਰਧਾਰਾ ਨੂੰ ਜੇਕਰ ਪ੍ਰਚਾਰਨਾ ਪ੍ਰਸਾਰਨਾ ਵਾ ਤਾਂ ਸਾਨੂੰ ਉਸ ਈਡੀਅਮ ਦੀ ਲੋੜ ਪਏਗੀ। ਇਹਨਾਂ ਦੇਸ਼ਾਂ ਦੇ ਵਿੱਚ ਆਣ ਕੇ, ਵੈਸਟਰਨ ਕਲਚਰ ਦੇ ਵਿੱਚ ਆਣ ਕੇ ਜੇਕਰ ਅਸੀਂ ਇਸ ਈਡੀਅਮ ਨੂੰ ਅਡਾਪਟ ਨਹੀਂ ਕਰਾਂਗੇ ਤਾਂ ਅਸੀਂ ਵਿਕਾਸ ਨਹੀਂ ਕਰ ਸਕਾਂਗੇ। ਹੋ ਸਕਦਾ ਕਿ ਅਸੀਂ ਬਿਜ਼ਨਸ ਦੇ ਵਿੱਚ ਬੜੇ ਸਫਲ ਹੋ ਜਾਈਏ, ਹੋ ਸਕਦਾ ਹੋਰਨਾਂ ਕੰਮਾਂ 'ਚ ਅਸੀਂ ਸਫਲ ਹੋ ਸਕੀਏ, ਪਰ ਜਿਹੜੀ ਗੁਰੂ ਨਾਨਕ ਦੀ ਵਿਚਾਰਧਾਰਾ ਵਾ ਉਹਨੂੰ ਪ੍ਰਚਾਰ ਪ੍ਰਸਾਰਨ ਵਾਸਤੇ ਇਸ ਈਡੀਅਮ ਦੀ ਮਾਧਿਅਮ ਦੀ ਲੋੜ ਜਿਹੜੀ ਆ ਪਏਗੀ। ਸਕੂਲ ਖੋਲ੍ਹ ਲੈਣੇ, ਕਾਲਜ ਖੋਲ੍ਹ ਲੈਣੇ ਬਹੁਤ ਚੰਗੀ ਗੱਲ ਹੈ। ਵਿੱਦਿਆ ਦੇ ਇੱਕ ਮੰਦਰ ਦੇ ਖੁੱਲ੍ਹਣ ਦੇ ਨਾਲ ਹਜ਼ਾਰਾਂ ਜੇਲ੍ਹਾਂ ਬੰਦ ਹੋ ਸਕਦੀਆਂ ਨੇ। ਇੱਕ ਪੰਕਤੀ ਆਪਾਂ ਸੁਣਦੇ ਹਾਂ ਕਿ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸੋ ਫਲ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ। ਸਿੱਖ ਨੂੰ ਸ਼ਬਦ ਸਿਖਾਉਣਾ, ਸ਼ਬਦ ਦੇ ਨਾਲ ਜੋੜਨਾ, ਗਿਆਨ ਦੇ ਨਾਲ ਜੋੜਨਾ ਬਹੁਤ ਵੱਡਾ ਕਾਰਜ ਹੈ। ਮੇਰੇ ਬੈਠਿਆਂ ਬੈਠਿਆਂ ਮਨ 'ਚ ਆ ਰਿਹਾ ਸੀ ਕਿ ਅਸੀਂ ਜਿਸ ਯੂਨੀਵਰਸਿਟੀ ਦੇ ਅਰਦਾਸ ਸਮਾਗਮ ਸ਼ਾਮਿਲ ਹਾਂ, ਬਾਣੀ ਇਹਦੇ ਬਾਰੇ ਕੀ ਕਹਿੰਦੀ ਹੈ। ਬਾਬਾ ਕਬੀਰ ਜੀ ਦਾ ਇੱਕ ਸਲੋਕ ਆ, ਕਬੀਰ ਐਸਾ ਬੀਜ ਬੋਏ, ਇਹ ਪੰਕਤੀ ਪਲੀਜ਼ ਨੋਟ ਕਰਨ ਵਾਲੀ ਆ, ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ, ਸੀਤਲ ਸਾਇਆ ਗਹਿਰ ਫਲ ਪੰਖੀ ਕੇਲ ਕਰੰਤ। ਹੁਣ ਕਿਹੜਾ ਬੀਜ ਆ ਜਿਹੜਾ ਬਾਰਾਂ ਮਹੀਨੇ ਫਲਦਾ ਹੋਵੇ, ਕਿਹੜਾ ਬੀਜ ਆ ਜਿਹੜਾ ਬਾਰਾਂ ਮਹੀਨੇ ਹੀ ਛਾਂ ਦਿੰਦਾ ਹੋਵੇ, ਕਿਹੜਾ ਬੀਜ ਆ ਜਿਹਨੂੰ ਬੀਜਿਆ ਜਾਵੇ ਅਤੇ ਉਹ ਫਲ ਵੀ ਦੇਵੇ, ਫੁੱਲ ਵੀ ਦੇਵੇ, ਬਾਰਾਂ ਮਾਸੀ ਹੋਵੇ, ਬਾਰਾਂ ਮਹੀਨੇ ਉੱਤੇ ਪੰਖੀ ਆਣ ਕੇ ਕੇਲਾਂ ਕਰਨ। ਅਤੇ ਬਾਬਾ ਕਬੀਰ ਜੀ ਨੇ ਜਿਹੜਾ ਇਹ ਸੰਦੇਸ਼ ਦਿੱਤਾ ਵਾ ਉਹ ਗਿਆਨ ਦਾ ਬੀਜ ਹੈ।
ਉਹ ਵਿਦਿਆ ਦਾ ਬੀਜ ਹੈ। ਜਿਹੜਾ ਬੀਜ ਅੱਜ ਤੁਸੀਂ ਇੱਥੇ ਬੋਣ ਜਾ ਰਹੇ ਹੋ, ਇਹ ਵਧੇਗਾ, ਫੁੱਲੇਗਾ। ਦੁਨੀਆ ਦੇ ਵਿੱਚ ਸਿੱਖੀ ਦੀ ਖੁਸ਼ਬੂਈ ਨੂੰ, ਐਥੀਕਲ ਵੈਲਿਊਜ਼ ਨੂੰ ਲੈ ਕੇ ਜਾਏਗਾ। ਮੈਂ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਸਿਰਮੌਰ ਸੰਸਥਾ ਵੱਲੋਂ ਇੱਥੇ ਸ਼ਾਮਿਲ ਹੋਣ ਦਾ, ਮੈਂ ਸਮਝਦਾ ਕਿ ਗੁਰੂ ਰਾਮਦਾਸ ਨੇ ਮੇਰੇ 'ਤੇ ਵੀ ਕਿਰਪਾ ਕੀਤੀ ਹੈ। ਇਹ ਇੱਕ ਬੜਾ ਪਾਵਨ, ਪਵਿੱਤਰ, ਇਤਿਹਾਸਿਕ ਮੌਕਾ ਵਾ। ਇਹਨੂੰ ਆਮ ਸਮਾਗਮ ਨਾ ਸਮਝੋ, ਇਹ ਆਉਣ ਵਾਲਿਆਂ ਸਮਿਆਂ ਦੇ ਵਿੱਚ ਪਵਿੱਤਰ ਸਮਾਗਮ ਦੇ ਤੌਰ 'ਤੇ ਜਾਣਿਆ ਜਾਣਾ। ਕਿ ਜਦੋਂ ਅਸੀਂ ਪੰਜ ਸਿੰਘ ਸਾਹਿਬਾਨ ਨੇ ਅਰਦਾਸ ਦੇ ਵਿੱਚ ਸ਼ਾਮਿਲ ਹੋਣਾ, ਅਸੀਂ ਅਰਦਾਸ ਦਾ ਪਾਰਟ ਐਂਡ ਪਾਰਸਲ ਬਣਨਾ ਵਾ, ਅਸੀਂ ਹਿਸਟਰੀ ਦਾ ਹਿੱਸਾ ਬਣਨਾ। ਮੈਂ ਸਮਝਦਾ ਕਿ ਇੱਥੇ ਇਕੱਲਾ ਸਰਦਾਰ ਮਨਜੀਤ ਸਿੰਘ ਨੂੰ ਮੁਬਾਰਕਬਾਦ ਦਿੱਤਾ ਸਰਨਾ ਨਹੀਂ, ਬਹੁਤ ਵੱਡਾ ਕਾਰਜ ਗੁਰੂ ਇਹਨਾਂ ਪਾਸੋਂ ਕਰਾ ਰਿਹਾ, ਇਹਨਾਂ ਦੀ ਸਮੁੱਚੀ ਟੀਮ ਕੋਲ ਕਰਾ ਰਿਹਾ। ਮੈਂ ਗੁਰੂ ਦੀ ਹਜ਼ੂਰੀ 'ਚ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਖਾਲਸਾ ਯੂਨੀਵਰਸਿਟੀ, ਖਾਲਸਾ ਯੂਨੀਵਰਸਿਟੀ, ਯੂਨੀਵਰਸਿਟੀ ਤਾਂ ਵੈਸੇ ਹੀ ਬਹੁਤ ਵੱਡੀ ਆ, ਪਰ ਜਦੋਂ ਸ਼ਬਦ ਨਾਲ ਖਾਲਸਾ ਲੱਗ ਗਿਆ, ਖਾਲਸੇ ਦੀ ਵੀ ਪਰਿਭਾਸ਼ਾ ਬੜੀ ਪਿਆਰੀ ਦਿੱਤੀ ਆ, ਖਾਲਸਾ ਖਾਸ ਕਹਾਵੇ ਸੋਈ, ਜਾਣ ਕੇ ਹਿਰਦੇ ਭਰਮ ਨਾ ਹੋਈ, ਭਰਮ ਭੇਖਤੇ ਰਹੇ ਨਿਆਰਾ ਸੋ ਖਾਲਸਾ। ਸਤਿਗੁਰੂ ਹਮਾਰਾ ਉਸ ਨਿਰਮਲ ਵਿਚਾਰਧਾਰਾ ਦੀ, ਜਿਸ ਵਿਚਾਰਧਾਰਾ ਬਾਰੇ ਸਾਨੂੰ ਆਦੇਸ਼ ਹੈ ਹਰ ਸਿੱਖ ਨੂੰ ਕਿ ਸਵੇਰੇ ਸ਼ਾਮ ਅਰਦਾਸ ਕਰਨੀ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੈਂ ਤੁਹਾਨੂੰ ਹਾਰਦਿਕ ਤੌਰ 'ਤੇ ਵਧਾਈਆਂ ਦਿੰਦਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੇ ਨਾਲ ਵਾਅਦਾ ਕਰਦਾ ਵਾਂ, ਜਿੰਨਾ ਵੀ ਸਹਿਯੋਗ, ਜਿੰਨਾ ਵੀ ਸਮਰਥਨ, ਜਿੰਨਾ ਵੀ ਅਸੀਂ ਗਾਈਡ ਕਰ ਸਕਦੇ ਹੋਈਏ, ਉਹਦੇ ਲਈ ਅਸੀਂ ਬਿਨਾਂ ਸ਼ਰਤ ਕਰਾਂਗੇ। ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਹਰ ਵੇਲੇ ਤਿਆਰ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਦਾਸ ਦੀ ਫਤਿਹ ਪ੍ਰਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਮਿੰਟ ਹੀ ਆਪ ਜੀ ਨਾਲ ਕੁਛ ਵਿਚਾਰ ਸਾਂਝੇ ਕਰਨਾ ਚਾਹਾਂਗਾ। ਸਭ ਤੋਂ ਪਹਿਲੇ ਮੈਂ ਸਰਦਾਰ ਮਨਜੀਤ ਸਿੰਘ ਜੀ, ਡਾਕਟਰ ਗੁਰਨਾਮ ਸਿੰਘ, ਡਾਕਟਰ ਰੂਪ ਸਿੰਘ, ਇਹਨਾਂ ਦੇ ਸਾਰੀ ਟੀਮ ਨੂੰ ਮੈਂ ਸਮੁੱਚੀ ਤੌਰ 'ਤੇ ਆਪਣੇ ਸਿੱਖ ਧਰਮਾਂ ਸੰਸਥਾ ਵੱਲੋਂ, ਯੋਗੀ ਜੀ ਦੀ ਚਲਾਈਆਂ ਸੰਸਥਾ ਵੱਲੋਂ ਵਧਾਈ ਦੇਣਾ। ਆਹ ਜਿਹੜਾ ਕਾਰਜ ਅੱਜ ਸ਼ੁਰੂ ਕਰਨ ਜਾ ਰਹੇ ਨੇ, ਇਸ ਦੀ ਸਾਨੂੰ ਘਾਟ ਸੀ, ਬਹੁਤ ਜ਼ਿਆਦਾ ਲੋੜ ਸੀ। ਅੱਜ ਦੇਖੋ, ਯਾਨੀ ਰਣਜੀਤ ਸਿੰਘ ਜੀ ਗੱਲ ਕਰ ਰਹੇ ਸੀ ਯਹੂਦੀਆਂ ਦੀ, ਅੱਜ ਯਹੂਦੀ ਕੌਮ ਸਾਡੇ ਤੋਂ ਵੀ ਘੱਟ ਗਿਣਤੀ ਦੇ ਨੇ, ਸਾਡੇ ਤੋਂ ਅੱਧੇ ਨੇ, ਪਰ ਅੱਜ ਦੇਖੋ ਪੂਰੀ ਦੁਨੀਆ 'ਚ ਉਹ ਹਰ ਖੇਤਰ 'ਚ ਅੱਗੇ ਨੇ। ਨੋਬਲ ਪ੍ਰਾਈਜ਼ ਦੇ ਨਾਲ ਸਭ ਤੋਂ ਜ਼ਿਆਦਾ ਉਹ ਨੇ, ਸਾਇੰਟਿਸਟ ਸਭ ਤੋਂ ਜ਼ਿਆਦਾ ਉਹ ਨੇ, ਸਿਕਿਉਰਿਟੀ ਲੈ ਲਓ, ਕੋਈ ਵਪਾਰ ਲੈ ਲਓ। ਸੋ ਕਿਉਂ, ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਐਜੂਕੇਸ਼ਨ, ਸਾਡੇ ਸਿੱਖ ਕੌਮ ਦੇ ਅੰਦਰ ਅੱਜ ਬਹੁਤ ਘਾਟ ਹੈ। ਸੋ ਮੈਂ ਬਹੁਤ ਖੁਸ਼ ਹੋਇਆ ਇੱਥੇ ਆ ਕੇ, ਜਿਹੜੀ ਖਾਲਸਾ ਯੂਨੀਵਰਸਿਟੀ ਦੀ ਅੱਜ ਸਥਾਪਨਾ ਹੋਣ ਜਾ ਰਹੀ ਹੈ। ਸੋ ਮੈਂ ਇੱਕ ਵਾਰੀ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ। ਇੱਕ ਵਿਚਾਰ ਆਪ ਜੀ ਨਾਲ ਹੋਰ ਸਾਂਝਾ ਕਰਨਾ ਚਾਹੁੰਦਾ, ਮੈਂ ਪਿਛਲੇ 41 ਸਾਲਾਂ ਤੋਂ ਸ੍ਰੀ ਸਿੰਘ ਸਾਹਿਬ, ਭਾਈ ਸਾਹਿਬ ਹਰਭਜਨ ਸਿੰਘ ਖਾਲਸਾ ਯੋਗੀ ਜੀ ਨਾਲ ਜੁੜਿਆ, ਜਿਨ੍ਹਾਂ ਨੇ ਇੱਥੇ ਗੋਰੇ ਸਿੱਖ ਸਜਾਏ। ਡਾਕਟਰ ਰੂਪ ਸਿੰਘ ਬੈਠੇ ਨੇ ਇੱਥੇ, ਇਹਦੇ ਬਹੁਤ ਲੰਮਾ, ਮੇਰੇ ਤੋਂ ਵੀ ਪਹਿਲੇ ਦਾ ਜਾਣਦੇ ਨੇ ਯੋਗੀ ਜੀ ਨੂੰ। ਉਹਨਾਂ ਦੀ ਜੋ ਸੇਵਾਵਾਂ ਨੇ ਸਿੱਖ ਕੌਮ ਦੇ ਪ੍ਰਤੀ, ਅੱਜ ਬਹੁਤ ਵੱਡੀਆਂ ਸੇਵਾਵਾਂ ਨੇ। ਅੱਜ 140 ਸੈਂਟਰ ਨੇ ਸਿੱਖ ਧਰਮਾਂ ਦੇ, ਜਿੱਥੇ ਵੱਖੋ ਵੱਖ ਮੁਲਕਾਂ ਦੇ ਵਾਸੀ ਜਿਨ੍ਹਾਂ ਨੇ ਸਿੱਖੀ ਅਪਣਾਈ ਹੈ। ਸੋ ਮੈਂ ਇਹ ਸਮਝਣਾ ਆਪ ਸਾਰੇ ਵੀ ਸਾਥ ਦਿਓ ਸਿੱਖ ਧਰਮਾਂ ਦਾ, ਸਿੱਖ ਧਰਮਾਂ ਯੂਨੀਵਰਸਲ ਦਾ, ਸਾਡੇ ਨਾਲ ਆਪ ਜੁੜੋ, ਇਹਨਾਂ ਨੂੰ ਆਪ ਆਪਣੇ ਸਮਾਗਮਾਂ 'ਤੇ ਬੁਲਾਓ। ਇੱਥੇ ਅੱਜ ਮੈਂ ਬੜਾ ਖੁਸ਼ ਹਾਂ, ਮੇਰਾ ਵੀਰ ਭਾਈ ਸਾਹਿਬ ਹਰੀਨਾਮ ਸਿੰਘ ਖਾਲਸਾ, ਉਹ ਵੀ ਆਇਆ ਵੈਨਕੂਵਰ ਤੋਂ, ਟੋਰਾਂਟੋ ਤੋਂ, ਨਾਲ ਉਹਨਾਂ ਦੇ ਵੀ ਜਿਹੜੇ ਸਾਥੀ ਆਏ ਨੇ, ਇਹ ਜਿਹੜੇ ਗੋਰੇ ਸਿੱਖ ਸੱਜ ਗਏ ਨੇ, ਇਹਨਾਂ ਨੂੰ ਆਪ ਮਿਲਾਓ ਆਪਣੇ ਨਾਲ, ਆਪਣੇ ਸਮਾਗਮਾਂ 'ਤੇ ਮਿਲਾਓ, ਇਹਨਾਂ ਦੇ ਸਮਾਗਮਾਂ 'ਤੇ ਜਾਓ।
ਸੋ ਇਹ ਫੀਲ ਕਰਨ ਵੀ ਇਹ ਵੀ ਸਿੱਖੀ ਦਾ ਇੱਕ ਅੰਗ ਨੇ, ਨਹੀਂ ਤਾਂ ਦੇਖੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ੇ ਵੇ ਸਿੱਖ ਕੌਮ ਵਾਸਤੇ, ਜਿਵੇਂ ਬਹੁਤ ਸਾਰੀਆਂ ਸੰਪਰਦਾਵਾਂ ਸਾਡੇ ਸਿੱਖੀ ਵਿੱਚੋਂ ਟੁੱਟ ਗਈਆਂ, ਨਾਮਦਾਰੀ ਗਏ, ਨਿਰੰਕਾਰੀ ਗਏ, ਇਹ ਝੂਠਾ ਸਾਧ ਅਲੱਗ ਗਿਆ। ਇਸ ਤਰ੍ਹਾਂ ਨਾ ਹੋਵੇ ਕਿ ਇਹ ਜਿਹੜੇ ਅਮੈਰੀਕਨ ਗੋਰੇ ਸਿੱਖ ਬਣੇ ਨੇ ਇਹ ਵੀ ਸਾਡੇ ਤੋਂ ਟੁੱਟ ਜਾਣ, ਇਹ ਪੜ੍ਹੇ ਲਿਖੇ ਵੀ ਨੇ, ਇਹਨਾਂ ਕੋਲ ਮਾਇਆ ਵੀ ਹੈਗੀ ਹੈ, ਸੋਝੀ ਵੀ ਹੈਗੀ ਹੈ, ਸੋ ਆਓ ਇਹਨਾਂ ਨੂੰ ਵੀ ਨਾਲ ਜੋੜ ਕੇ ਰੱਖੀਏ। ਸਮਾਂ ਬਹੁਤ ਸੀਮਤ ਹੈ, ਅਸੀਂ ਸਿੰਘ ਸਾਹਿਬਾਂ ਦੇ ਵੀ ਵਿਚਾਰ ਸੁਣਨੇ ਨੇ, ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹੁਣ ਬੇਨਤੀ ਕਰਾਂਗੇ ਡਾਕਟਰ ਮਨਜੀਤ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਉੱਥੋਂ ਦੇ ਰਜਿਸਟਰਾਰ ਨੇ ਬਹੁਤ ਵੱਡੀ ਇਹਨਾਂ ਦੀ ਸੇਵਾ ਔਰ ਜਿਹੜੀ ਪੁਜੀਸ਼ਨ ਹੈ ਇਹਨਾਂ ਦੀ ਉਹ ਵੀ ਬਹੁਤ ਵੱਡੀ ਆ। ਔਰ ਸਤਸੰਗ ਜੀ, ਕੱਲ੍ਹ ਜਦੋਂ ਡਾਕਟਰ ਸਾਹਿਬ ਆਏ ਨੇ, ਇਹਨਾਂ ਨੇ ਦੱਸਿਆ ਯੂਨੀਵਰਸਿਟੀ ਦੇ ਸਿੰਡੀਕੇਟ ਬੋਰਡ ਵੱਲੋਂ 5 ਕਿਤਾਬਾਂ ਲੈ ਕੇ ਆਏ ਨੇ, ਉਹ ਆਪਾਂ ਨੂੰ ਆਪ ਹੀ ਦੱਸਣਗੇ ਆਪਣੇ ਬਚਨਾਂ ਰਾਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਤ ਜੁੜ ਬੈਠੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਮੁਬਾਰਕ ਮੌਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਖਾਲਸਾ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਅਰਦਾਸ, ਅਤੇ ਇਸ ਰੂਪ ਦੇ ਵਿੱਚ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਬੈਠੀ ਇਹ ਜੁੜੀ ਹੋਈ ਸੰਗਤ, ਇਸ ਤਰ੍ਹਾਂ ਦੇ ਮੌਕੇ ਕਿਸੇ ਦੀ ਜ਼ਿੰਦਗੀ 'ਚ ਆਉਂਦੇ ਨੇ। ਜਦੋਂ ਯੂਨੀਵਰਸਿਟੀ ਦੀ ਗੱਲ ਚੱਲੀ ਤਾਂ ਯੂਨੀਵਰਸਿਟੀ ਕਦੇ ਵੀ ਲਾਇਬ੍ਰੇਰੀ ਤੋਂ ਬਿਨਾਂ ਸਥਾਪਿਤ ਨਹੀਂ ਹੋ ਸਕਦੀ। ਜਦੋਂ ਮੈਂ ਪਟਿਆਲੇ ਨੂੰ ਚੱਲਣ ਲੱਗਿਆ ਤਾਂ ਮੇਰੇ ਖਿਆਲ ਆਇਆ ਕਿ ਪੰਜਾਬੀ ਯੂਨੀਵਰਸਿਟੀ ਦੀਆਂ ਸੰਸਾਰ ਦੇ ਵਿੱਚ ਪੰਜਾਬੀ ਨਾਲ ਸੰਬੰਧਿਤ, ਸਿੱਖ ਇਤਿਹਾਸ ਨਾਲ ਸੰਬੰਧਿਤ ਸਭ ਤੋਂ ਵਧੀਆ ਪ੍ਰਕਾਸ਼ਨਾਵਾਂ ਨੇ, ਬੜਾ ਵੱਡਾ ਭੰਡਾਰ ਹੈ ਸਾਡੇ ਕੋਲ। ਤਾਂ ਮੇਰਾ ਜੀ ਕੀਤਾ ਕਿ ਮੈਂ ਇਸ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਸਥਾਪਨਾ ਦੇ ਲਈ ਪਹਿਲੀਆਂ 5 ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦੇ ਤੌਰ 'ਤੇ ਇੱਥੇ ਦੇਣ ਦੀ ਖੁਸ਼ੀ ਮਹਿਸੂਸ ਕਰਾਂ। ਉਹ 5 ਕਿਤਾਬਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਫ਼ਰ, ਲੇਖਕ ਡਾਕਟਰ ਫੌਜਾ ਸਿੰਘ ਅਤੇ ਡਾਕਟਰ ਕਿਰਪਾਲ ਸਿੰਘ ਜੀ, ਮੂਲ ਮੰਤਰ ਦਰਸ਼ਨ ਡਾਕਟਰ ਸਰਬਜਿੰਦਰ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਫ਼ਰ ਡਾਕਟਰ ਫੌਜਾ ਸਿੰਘ ਜੀ, ਸਿੱਖ ਇਤਿਹਾਸ ਡਾਕਟਰ ਭਗਤ ਸਿੰਘ ਜੀ, ਅਤੇ ਇੱਕ ਵਿਲੱਖਣ ਸ਼ਾਖਾ ਹੈ ਗੁਰਮਤਿ ਸੰਗੀਤ ਟਰਮੀਨੋਲੋਜੀ ਡਾਕਟਰ ਗੁਰਨਾਮ ਸਿੰਘ ਜੀ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। It was a great honor and a great privilege to be here today in this beautiful surrounding to honor the opening of Khalsa University. It is so important that we give our young people, our youth, this opportunity to deeply understand the importance that Guru Nanak Dev Ji Satyapati Dal brought such a beautiful teaching to this world, especially in this time of Kali Yuga, in this time of turmoil, to bring peace to this world. Our children are so important, our young people, that you carry on this banner of Khalsa, to understand that in this time, in these generations, there is such an opportunity for us to shine, to show the world who we are, to be proud to be Khalsa. I came to the feet of the Guru when I was a young man of 24 years old. And that first time I met the Tech, I felt in my heart a love for the Guru. And as I began to learn and understand and study the beautiful teachings that Guru Nanak Dev Ji brought to this planet 550 years, brought a technology and a science of the elevated human. That means to give a precision
to a human's mind beyond anything that had existed before. That Guru Nanak Dev Ji brought to this planet a special teaching of oneness of all people, of the acceptance of all people, a universal truth. And he taught very simply. He gave us three very simple, basic principles to live by. One, to give it good old, to work hard, to never forget the name of God as we go along in our day-to-day life. Second was vancha, dasvan, share what we have, give that 10%, and it shall always grow within us. And the third was simran, to meditate on the name of God. Very simple principles of understanding. And through our history, when Guru Gobind Singh Ji Maharaj gave us Guru Gaddi of Sri Guru Granth Sahib Ji Maharaj and said we shall never bow at the feet of a human, and created Khalsa, a combination of those years of our gurus that Guru Gobind Singh Ji Maharaj culminated in the Sri Guru Granth Sahib Ji to give us a guru forever and a way of guidance. But Satsangaji, if we don't continue to educate, if we don't continue to become examples for our young people, our young adults, our future generations, then we have lost something. And that is why we have worked so hard, many of us and many sitting here with us today, have worked so hard to keep the banner of Khalsa flowing, to keep that inspiration so we never fall. And we shall rise. And Guru Gobind Singh Ji Maharaj said that Khalsa shall be 960 million strong, and it shall be. Because there has to be on this planet those who live truth, who stand for the truth, who shall obey the truth, shall be humble at the feet of the Guru, and shall show the world that we are a people of peace. Guru Nanak Dev Ji began that universal teaching at Konkar, he was talking today, that there's one God, and that one God is the same for every person, no matter what their color, their creed, their caste, their religion, their faith, their preference, that all people are created equal. And when this world reaches, what shall reach is my belief, shall reach that understanding that we are all one people. We all have a heart that beats. We all breathe. And that shall be realized for our future generations. And Guru Nanak Dev Ji shall be known throughout the world as that one man who brought this peace to this world to create a world that shall be accepted by all people. There is no higher belief that exists that I have found in my years of study. So let us celebrate today this beauty that we have, this wonderful opportunity, and be thankful for all the seva of all those who created and brought forward the Khalsa University to serve our future generations. Many of us here, I know on the stage and sitting, we don't work for us. We work for the future generations. We work for those who shall follow us and who shall carry this banner of Khalsa forever
and ever. And that is a great good fortune. Those who were born to it, those who came to the feet of the Guru, as myself and others, have been very blessed in this lifetime to even one time hear Vaheguru Satnam Vaheguru. Thank you, Satsangaji, for this opportunity to share today. It's been a great privilege. I'm looking forward to learning more about Khalsa University, and God willing, if I'm accepted, to play a role and help in whatever way that I can. Thank you. ਬਹੁਤ ਹੀ ਮਹਾਨ ਕਾਰਜ ਹੈ ਔਰ ਹਿੰਦੁਸਤਾਨ ਤੋਂ ਬਾਹਰ ਸ਼ਾਇਦ ਖਾਲਸਾ ਪੰਥ ਦੀ ਇਹ ਪਹਿਲੀ ਯੂਨੀਵਰਸਿਟੀ ਹੋਵੇਗੀ ਜੋ ਇਸ ਅਮਰੀਕਾ ਵਰਗੇ ਸ਼ਹਿਰ ਵਿੱਚ ਆਪ ਸੰਗਤਾਂ ਦੇ ਵੱਲੋਂ ਸਥਾਪਿਤ ਕੀਤੀ ਜਾ ਰਹੀ ਹੈ ਖਾਲਸਾ ਜੀ ਦੇ ਨਾਮ 'ਤੇ ਇਹ ਯੂਨੀਵਰਸਿਟੀ ਹੈ ਔਰ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪ੍ਰਗਟ ਹੋਇਆ ਥੋੜ੍ਹਾ ਜਿਹਾ ਇਤਿਹਾਸ ਵਿੱਚੋਂ ਆਪ ਜੀ ਦੇ ਨਾਲ ਸਾਂਝ ਪਾ ਕੇ ਖਿਮਾ ਲੈਣੀ ਹੈ ਕਿਉਂਕਿ ਸਮਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਚੁੱਕਾ ਹੈ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸੁਭਾਏਮਾਨ ਨੇ ਇਸੇ ਤਰ੍ਹਾਂ ਸੰਗਤ ਜੁੜ ਬੈਠੀ ਹੈ ਸਤਿਗੁਰੂ ਸਿੰਘਾਸਨ 'ਤੇ ਬੈਠੇ ਨੇ ਇੱਕਦਮ ਕਿਸੇ ਹੋਰ ਅਵਸਥਾ ਦੇ ਵਿੱਚ ਸਤਿਗੁਰੂ ਚਲੇ ਗਏ ਸੋਚਣ ਲੱਗ ਪਏ ਕੁਝ ਸਮੇਂ ਬਾਅਦ ਜਦੋਂ ਆਪਣੇ ਨੇਤਰ ਖੋਲ੍ਹੇ ਤਾਂ ਸੰਗਤਾਂ ਨੇ ਇੱਕ ਸਵਾਲ ਕੀਤਾ ਮਹਾਰਾਜ ਕੀ ਗੱਲ ਹੈ ਕਿ ਤੁਸੀਂ ਇੱਕਦਮ ਬਚਨ ਕਰਦੇ ਕਰਦੇ ਕਿਸੇ ਹੋਰ ਹੀ ਅਵਸਥਾ ਵਿੱਚ ਪਹੁੰਚ ਗਏ ਸਤਿਗੁਰੂ ਕਹਿਣ ਲੱਗੇ ਜਿਵੇਂ ਇਤਿਹਾਸ ਨੇ ਵੀ ਜ਼ਿਕਰ ਕੀਤਾ ਹੈ ਕਿ ਖੰਡ ਬਖੰਡਨ ਸ਼ੋਰ ਸ਼ਰਾਬਾ ਕੱਲ ਤਾਰਨ ਗੁਰੂ ਨਾਨਕ ਬਾਬਾ ਸਤਿਗੁਰੂ ਕਹਿਣ ਲੱਗੇ ਕਿ ਖੰਡਨ ਮੰਡਣ ਦਾ ਜ਼ੋਰ ਬਹੁਤ ਹੋ ਰਿਹਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਸਿੱਖੀ ਦਾ ਜਹਾਜ਼ ਬਣਾਇਆ ਸੀ ਨਾ ਸਾਨੂੰ ਲੱਗਦਾ ਹੈ ਕਿ ਇਹ ਜਹਾਜ਼ ਕਮਜ਼ੋਰ ਹੋ ਰਿਹਾ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਨੇ ਬਹੁਤ ਕਮਾਲ ਦੇ ਸ਼ਬਦ ਕਹੇ ਨੇ ਕਿ ਸਾਨੂੰ ਇਕੱਤਰ ਹੋਣ ਦੀ ਲੋੜ ਹੈ ਜੋ ਸਾਫ ਜੋ ਸੰਗਤ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਸਾਨੂੰ ਉਹਦੇ 'ਤੇ ਬੈਠਣ ਦੀ ਲੋੜ ਹੈ ਸੰਵਾਦ ਰਚਾਉਣ ਦੀ ਲੋੜ ਹੈ ਵਿਵਾਦ ਨਹੀਂ ਸਤਿਗੁਰੂ ਨੂੰ ਸੰਗਤ ਬੇਨਤੀ ਕਰਨ ਲੱਗੀ ਮਹਾਰਾਜ ਫਿਰ ਇਹ ਗੁਰੂ ਨਾਨਕ ਦਾ ਜਹਾਜ਼ ਤਾਕਤਵਰ ਕਿਵੇਂ ਹੋਵੇਗਾ ਦੁਬਾਰਾ ਇਕੱਠਾ ਕਿਵੇਂ ਹੋਵੇਗਾ ਅਤੇ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਜਬ ਮੈਂ ਦਸਮੋ ਧਰੋਂ ਸਰੀਰਾ ਦੇਗ ਤੇਗ ਕੋ ਗੋਲੀ ਗਹੀਰਾ ਤਬ ਜਹਾਜ਼ ਮੈਂ ਕਰੂੰ ਇਕੱਤਰ ਪ੍ਰਗਟ ਹੋਏ ਗੋ ਪੰਥ ਪਵਿੱਤਰ ਕਿ ਜਦੋਂ ਅਸੀਂ ਦਸਵਾਂ ਅਵਤਾਰ ਧਾਰਾਂਗੇ ਦਸਵੇਂ ਜਾਮੇ ਵਿੱਚ ਆਵਾਂਗੇ ਉਦੋਂ ਅਸੀਂ ਇਸ ਜਹਾਜ਼ ਨੂੰ ਇਕੱਤਰ ਕਰਾਂਗੇ ਅਤੇ ਇੱਕ ਪਵਿੱਤਰ ਪੰਥ ਪ੍ਰਗਟ ਕਰਾਂਗੇ ਜੋ ਪੰਥ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪ੍ਰਗਟ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੋਈ ਬਾਬਾ ਜੈਤਾ ਜੀ ਪੰਜਵੇਂ ਦਿਨ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਸੰਸਕਾਰ ਹੋ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਕਾਲ ਬੰਗਾ ਸਾਹਿਬ ਵਾਲੀ ਜਗ੍ਹਾ 'ਤੇ ਸੁਭਾਏਮਾਨ ਹੋਏ ਬੈਠੇ ਨੇ ਬਾਬਾ ਜੈਤਾ ਜੀ ਨੂੰ ਇੱਕ ਸਵਾਲ ਕਰਦੇ ਨੇ ਬਾਬਾ ਜੀ
ਜਦੋਂ ਪਿਤਾ ਗੁਰੂ ਜੀ ਦੀ ਸ਼ਹਾਦਤ ਹੋਈ ਹੈ ਉਸ ਵਕਤ ਕਿ ਦਿੱਲੀ ਵਿੱਚ ਕੋਈ ਸਿੱਖ ਨਹੀਂ ਸੀ ਵੱਸਦਾ ਕੀ ਕਿਸੇ ਨੇ ਹਾਂ ਦਾ ਨਾਰਾ ਨਾ ਮਾਰਿਆ ਬਾਬਾ ਜੈਤਾ ਜੀ ਕਹਿਣ ਲੱਗੇ ਮਹਾਰਾਜ ਸਿੱਖ ਤਾਂ ਬਹੁਤ ਸਨ ਪਰ ਪਛਾਣ ਨਹੀਂ ਸੀ ਆ ਰਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਸ ਵਕਤ 'ਤੇ ਵਚਨ ਕੀਤਾ ਕਿ ਬਾਬਾ ਜੈਤਾ ਜੀ ਹੁਣ ਮੈਂ ਇਹੋ ਜਿਹਾ ਸਿੱਖ ਸਾਜਾਂਗਾ ਜਿਹੜਾ ਲੱਖਾਂ ਦੇ ਵਿੱਚ ਵੀ ਖਲੋਤਾ ਹੋਵੇ ਆਪਣੇ ਆਪ ਨੂੰ ਛੁਪਾਉਣ ਦਾ ਵੀ ਯਤਨ ਕਰੇ ਅਤੇ ਆਪਣੇ ਆਪ ਨੂੰ ਛੁਪਾ ਨਹੀਂ ਸਕੇਗਾ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ 5 ਪਿਆਰੇ ਸਾਜ ਕੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਚਰਨ ਪਾਹੁਲ ਦੀ ਮਰਿਆਦਾ ਨੂੰ ਖੰਡੇ ਬਾਟੇ ਦੀ ਪਾਹੁਲ ਦੀ ਮਰਿਆਦਾ ਵਿੱਚ ਤਬਦੀਲ ਕਰਕੇ ਉੱਥੇ ਗੁਰਮੁਖੋ ਇਹ ਜਿਹੜਾ ਪੰਥ ਸੀ ਖਾਲਸਾ ਪੰਥ ਉਹਨੂੰ ਪ੍ਰਗਟ ਕੀਤਾ ਔਰ ਖਾਲਸੇ ਵਾਸਤੇ ਸਤਿਗੁਰਾਂ ਨੇ ਸ਼ਬਦ ਕਹੇ ਸਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰੂ ਪੂਰਾ ਆਪਣਾ ਸਭ ਕੁਝ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ਿਸ਼ ਕਰ ਦਿੱਤਾ ਕਹਿ ਦਿੱਤਾ ਕਿ ਮੇਰਾ ਸਭ ਕੁਝ ਖਾਲਸਾ ਹੈ ਔਰ ਇਸ ਪੰਥ ਵਾਸਤੇ ਸਤਿਗੁਰਾਂ ਨੇ ਬਹੁਤ ਤਕਲੀਫਾਂ ਝੱਲੀਆਂ ਆਪਣਾ ਸਰਬੰਸ ਕੁਰਬਾਨ ਕੀਤਾ ਹੈ ਅਜੀਬ ਦੇ ਬੋਲ ਨੇ ਉਹ ਕਹਿੰਦਾ ਕਿ ਨਿਕਲੇ ਸੀ ਜਦ ਚਮਕੌਰ ਤੋਂ ਘਰ ਘਾਟ ਸਭ ਬਰਬਾਦ ਸੀ ਪੈਰੀ ਸੀ ਛਾਲੇ ਪੈ ਗਏ ਧਰਤੇ ਲਿਟੇ ਦਿਲਸ਼ਾਦ ਸੀ ਫਰਸ਼ਾਂ 'ਤੇ ਹਾਹਾਕਾਰ ਸੀ ਅਰਸ਼ਾਂ 'ਤੇ ਜੈ ਜੈ ਨਾਥ ਸੀ ਆਖਣ ਉਸ ਕਰਤਾਰ ਨੂੰ ਹਰ ਵਕਤ ਜਿਸ ਦੀ ਯਾਦ ਸੀ ਕਰਸਾਂ ਮੈਂ ਸੂਲ ਸੁਰਾਹੀ ਦਾ ਖੰਜਰ ਪਿਆਲੇ ਪੀਆਂਗਾ ਪੰਥ ਮੇਰੇ ਨੂੰ ਸੁੱਖ ਮਿਲੇ ਮੈਂ ਦੁੱਖਾਂ ਦੇ ਜੀਣੇ ਜੀਆਂਗਾ ਕਲਗੀਧਰ ਪਾਤਸ਼ਾਹ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕਰਕੇ ਗੁਰਮੁਖੋ ਸਾਨੂੰ ਇਹ ਸਰਦਾਰੀ ਬਖਸ਼ਿਸ਼ ਕੀਤੀ ਸਾਨੂੰ ਆਪਣਾ ਰੂਪ ਬਖਸ਼ਿਸ਼ ਕੀਤਾ ਔਰ ਉਸ ਖਾਲਸੇ ਦੇ ਨਾਮ 'ਤੇ ਇਸ ਅਮਰੀਕਾ ਦੀ ਧਰਤੀ 'ਤੇ ਅੱਜ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਣੀ ਹੈ ਅਰਦਾਸ ਦਿਵਸ ਹੈ ਕਿ ਸਤਿਗੁਰੂ ਜੀ ਇਹ ਖਾਲਸਾ ਜੀ ਦੇ ਨਾਮ 'ਤੇ ਜੋ ਯੂਨੀਵਰਸਿਟੀ ਉੱਚ ਸਿੱਖਿਆ ਦਾ ਕੇਂਦਰ ਇਸ ਧਰਤੀ 'ਤੇ ਸਥਾਪਿਤ ਕੀਤਾ ਜਾਣਾ ਇਹਨੂੰ ਹਮੇਸ਼ਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਿਓ ਔਰ ਗੁਰਮੁਖੋ ਇਸ ਯੂਨੀਵਰਸਿਟੀ ਵਾਸਤੇ ਤੁਹਾਡੇ ਸਭ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਤਨ ਕਰਕੇ ਮਨ ਕਰਕੇ ਧਨ ਕਰਕੇ ਸਹਿਯੋਗ ਕਰਕੇ ਇਸ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਔਰ ਇਸ ਯੂਨੀਵਰਸਿਟੀ ਨੂੰ ਕਾਮਯਾਬ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਹੈ ਤੁਹਾਡਾ ਬਹੁਤ ਵੱਡਾ ਸਹਿਯੋਗ ਪ੍ਰਬੰਧਕ ਸਾਹਿਬਾਨਾਂ ਨੂੰ ਚਾਹੀਦਾ ਬਹੁਤ ਵੱਡੀ ਸਰਦਾਰ ਮਨਜੀਤ ਸਿੰਘ ਜੀ ਧਾਲੀਵਾਲ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਇਹ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਕਿ ਇਸ ਧਰਤੀ ਦੇ ਉੱਤੇ ਖਾਲਸਾ ਜੀ ਦੇ ਨਾਮ 'ਤੇ ਇਹ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਬਹੁਤ ਹੀ ਸਨਮਾਨਯੋਗ ਹਸਤੀਆਂ ਪਹੁੰਚੀਆਂ ਨੇ ਦਾਸ ਬਾਹਰ ਮੈਂ ਆ ਰਿਹਾ ਸੀ ਅਤੇ ਸਰਦਾਰ ਮਨਜੀਤ ਸਿੰਘ ਬੋਲ ਰਹੇ ਸੀ ਮੈਂ ਗਰੀਬ ਹਾਂ ਮੈਂ ਕਿਹਾ ਹਾਂ ਇੱਥੇ ਗਰੀਬਾਂ ਦੀ ਸੁਣੀ ਜਾਂਦੀ ਹੈ ਆਏ ਦੋ ਬੱਚੇ ਭੁੱਖੇ ਗਲ ਦੇ ਵਿੱਚ ਉਹਨਾਂ ਦੇ ਕੱਪੜਾ ਵੀ ਨਹੀਂ ਸੀ ਪਿੰਡ ਵਾਲੇ ਕਹਿਣ ਲੱਗੇ ਕਾਲਿਆ ਜਦ ਸਤਿਗੁਰੂ ਨੂੰ ਮੱਥਾ ਟਿਕਾ ਲਿਆ ਲਿਆਇਆ ਜਦੋਂ ਗੁਰੂ ਹਰਿਰਾਜ ਸਾਹਿਬ ਜੀ ਅੱਗੇ ਮੱਥਾ ਟੇਕਿਆ ਬੱਚੇ ਤੇੜੋ ਨੰਗੇ ਸੀ
ਗੁਰੂ ਹਰਿ ਸਾਹਿਬ ਕਹਿੰਦੇ ਕਾਲੇ ਇਹ ਢਿੱਡ ਕਿਉਂ ਵਜਾਉਂਦੇ ਆ? ਕਹਿਣ ਲੱਗਾ ਜੀ ਬਦ ਨਸੀਬ ਨੇ, ਇਹਨਾਂ ਦਾ ਮਾਂ ਪਿਓ ਸੰਸਾਰ ਤੋਂ ਚਲਾ ਗਿਆ, ਇਹ ਯਤੀਮ ਨੇ, ਭੁੱਖੇ ਨੇ, ਤਾਂ ਢਿੱਡ ਵਜਾਉਂਦੇ ਆ, ਤਾਂ ਤੇੜੋ ਨੰਗੇ ਆ। ਪਾਤਸ਼ਾਹ ਕਹਿੰਦੇ ਉਹ ਇਹ ਗੁਰੂ ਨਾਨਕ ਦਾ ਘਰ ਹੈ, ਜਿਹੜੇ ਇਸ ਤਰ੍ਹਾਂ ਦੇ ਆਉਂਦੇ ਇਹ ਤਾਂ ਰਾਜੇ ਮਹਾਰਾਜੇ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜਿਹੜਾ ਆ ਹੈ ਇਹ ਤਾਂ ਯਮੁਨਾ, ਇਹਦੇ ਘੋੜੇ ਪਾਣੀ ਪੀਣਗੇ। ਸਿੱਖ ਇਤਿਹਾਸ ਦੇ ਇਹ ਬਹੁਤ ਵੱਡੇ ਟੀਚਰ ਸਾਹਿਬਾਨ ਕਥਾ ਸੁਣਾਉਂਦੇ ਨੇ ਤੁਹਾਨੂੰ, ਉਹ ਦੋ ਬੱਚੇ ਕੀ ਬਣੇ ਜੀ? ਫੁੱਲ ਕੇ ਸੰਦਲੀ ਕੇ। ਮਹਾਰਾਜਾ ਪਟਿਆਲਾ ਨਾਭਾ ਫਰੀਦਕੋਟ ਗਏ, ਡਾਕਟਰ ਮਨਜੀਤ ਸਿੰਘ ਧਾਲੀਵਾਲ ਸਾਹਿਬ, ਸਰਦਾਰ ਮਨਜੀਤ ਸਿੰਘ ਜੀ, ਤੁਸੀਂ ਇੱਥੇ ਬੜੇ ਨਿਮਰਤਾ ਦੇ ਸ਼ਬਦ ਵਰਤੇ ਕਿ ਮੈਂ ਗਰੀਬ ਹਾਂ, ਅਤੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਹੀ ਆਖਿਆ, ਕਹਿਣ ਲੱਗਿਆ ਪੰਥ ਹੈ ਇਹਨੇ ਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਤ ਸੋ ਗਰੀਬ ਕਰੋੜ ਪਰੇ। ਇਹਨਾਂ ਦੀ ਕਿਰਪਾ ਨਾਲ ਅਸੀਂ ਸਜੇ ਹਾਂ, ਮੇਰੇ ਵਰਗੇ ਗਰੀਬਾਂ ਕਰੋੜਾਂ ਨੇ ਗੁਰੂ ਨਾਨਕ ਦੇ ਘਰ ਤੋਂ ਜਿਹੜੇ ਵਰਸਾਏ ਗਏ। ਅਤੇ ਜਿੱਥੇ ਗਰੀਬਾਂ ਦੀ ਗੱਲ ਆਈ, ਸਿੱਖ ਨੇ ਆਖਿਆ ਮੈਂ ਗਰੀਬ ਹਾਂ, ਅਤੇ ਸਤਿਗੁਰੂ ਨੇ ਆਖਿਆ ਇਨ ਗਰੀਬ ਸਿੱਖਣ ਕੋ ਦੂੰ ਬਾਦਸ਼ਾਹੀ, ਜੇ ਯਾਦ ਕਰੇ ਹਮਰੀ ਗੁਰੇ ਆਈ ਇਨ ਹੀ ਕੋ ਸਰਦਾਰ ਬਣਾਓ, ਚਿੜੀਆਂ ਉਸੇ ਮੈਂ ਬਾਜ ਤੜਾਊਂ, ਸਵਾ ਲਾਖ ਸੰਗ ਇੱਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਸਾਨੂੰ ਗਰੀਬਾਂ ਨੂੰ ਬਾਦਸ਼ਾਹੀ ਬਖਸ਼ੀ। ਤੁਸੀਂ ਇਕੱਲੇ ਨਹੀਂ, ਅਰਦਾਸ ਦੀ ਗੱਲ ਕਰੀ ਹੈ, ਇੱਥੋਂ ਗੱਲ ਡਾਕਟਰ ਨੇਕੀ ਦੀ ਹੋਈ, ਉਹਨਾਂ ਨੇ ਬੜੇ ਸੋਹਣੇ ਅਰਥ ਕੀਤੇ, ਐਡਾ ਅੰਤਰਜਾਮੀ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਅੱਗੇ ਅਰਦਾਸ ਕਰਨ ਅਸੀਂ ਆਏ ਹਾਂ। ਰਾਰਾ ਰਖਵਾਲਾ, ਦੱਦਾ ਦਾਤਾਰ, ਸੱਸਾ ਸਹਾਇਤਾ ਕਰਨ ਵਾਲਾ, ਖਾਲਸਾ ਯੂਨੀਵਰਸਿਟੀ ਦੀ ਪ੍ਰਾਰੰਭਤਾ ਕੀਤਾ, ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਐ, ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਖੀਏ ਦੇ ਸ਼ਬਦਾਂ ਨਾਲ ਹੋ ਰਹੀ ਹੈ। ਗੁਰੂ ਬੌੜੀ ਕਰੇਗਾ, ਡਾਕਟਰ ਸਾਹਿਬ ਬੈਠੇ ਰੂਪ ਸਿੰਘ, ਡਾਕਟਰ ਗੁਰਨਾਮ ਸਿੰਘ ਨੂੰ ਵੀ ਪਤਾ ਹੈ, ਬੀਦਰ ਵਿੱਚ ਇੱਕ ਕਾਲਜ ਹੈ, ਉਹਦਾ ਨਾਂ ਹੈ ਸਰਦਾਰ ਜੋਗਾ ਸਿੰਘ ਦਾ ਕਾਲਜ। 90-91 ਦੇ ਵਿੱਚ ਜਦੋਂ ਮੈਂ ਫਤਿਹਗੜ੍ਹ ਸਾਹਿਬ ਸੇਵਾ ਨਿਭਾਉਂਦਾ ਸੀ, ਉਦੋਂ ਦੇ ਪ੍ਰਧਾਨ ਸਾਹਿਬ ਕੜ ਸਾਹਿਬ ਆ ਗਏ, ਇਹ ਜਿਨ੍ਹਾਂ ਦੇ ਵਿਦਿਆਰਥੀ ਨੇ ਡਾਕਟਰ ਰੂਪ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ ਆ ਗਏ, ਪੰਜਾਬ ਐਂਡ ਸਿੰਧ ਬੈਂਕ ਦੇ ਸੰਚਾਲਕ ਬਾਨੀ ਡਾਕਟਰ ਇੰਦਰਜੀਤ ਸਿੰਘ ਚੇਅਰਮੈਨ ਆ ਗਏ। ਮੈਂ ਕਥਾ ਕਰਕੇ ਉੱਠਿਆ, ਪੰਜਾਬੀ ਦੀ ਅਖਬਾਰ ਹੀ ਅਸੀਂ ਪੜ੍ਹਦੇ ਹਾਂ, ਅਜੀਤ ਪੜ੍ਹ ਕੇ ਮੈਨੂੰ ਉਹ ਕਹਿੰਦੇ ਕਿਉਂ ਉਦਾਸ ਹੋ? ਮੈਂ ਕਿਹਾ ਜੀ ਕੌਮ ਦੇ ਬੱਚੇ ਜੰਮੂ ਪੰਜਾਬ ਦੇ, ਇੱਥੇ ਕਾਲਜ ਕੋਈ ਨਹੀਂ, ਅਤੇ ਉਹ ਕਰਨਾਟਕ ਜਾ ਕੇ ਪੜ੍ਹਦੇ ਹੈ,
ਬੱਚੇ ਆਪਸ ਠੰਡੇ ਤੱਤੇ ਹੋਏ ਆ, ਲੜੇ ਲੁੜੇ ਨੇ, ਬੱਚੇ ਜਾਨੋ ਚਲੇ ਗਏ ਨੇ, ਆਖੋ ਸਤਨਾਮ ਸਿੰਘ। ਅਤੇ ਮੈਨੂੰ ਉਹ ਟੋੜਾ ਸਾਹਿਬ ਕਹਿੰਦੇ ਫਿਰ ਤੁਸੀਂ ਕੀ ਆਖਦੇ ਹੋ? ਮਗਾ ਜੀ ਮੈਂ ਕੀ ਆਖਣਾ ਹੈ ਵੀ ਐਡਾ ਵੱਡਾ ਸਾਡੇ ਕੋਲ ਐਸ ਜੀ ਪੀ ਸੀ ਹੈ, ਆਪਾਂ ਇੱਕ ਇਕੱਲਾ ਹੀ ਕਾਲਜ ਹੈ ਸਾਡੇ ਕੋਲ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ। ਕਹਿੰਦੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮਗਾ ਜੀ ਕਹਿਣਾ ਚਾਹੁੰਦਾ ਵੀ ਆਪਾਂ ਇੱਕ ਫਤਿਹਗੜ੍ਹ ਸਾਹਿਬ ਕਾਲਜ ਖੋਲ੍ਹ ਲਈਏ। ਮੈਨੂੰ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਠੀਕ ਹੈ, ਕਥਾ ਨੂੰ ਸਾਖੀ ਸੰਗਤ ਨੂੰ ਵਧੀਆ ਸੁਣਾਉਂਦਾ, ਪਰ ਤੇਰੀ ਉਮਰ ਕਿੰਨੀ ਹੈ? ਮਗਾ ਜੀ 35 ਸਾਲ। ਕਹਿੰਦੇ ਮੇਰੀ 75 ਸਾਲ, ਆਖੋ ਸਤਨਾਮ 70 ਸਾਲ। ਮਗਾ ਜੀ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ। ਕਹਿੰਦੇ ਤੁਹਾਨੂੰ ਨਹੀਂ ਪਤਾ, ਤੁਸੀਂ ਧਾਰਮਿਕ ਰਿਲੀਜਨ ਸਰਕਲ ਵਿੱਚ ਹੀ ਰਹਿੰਦੇ ਹੋ, ਕਿ ਕਾਲਜ ਦੀਆਂ ਕਿੰਨੀਆਂ ਸ਼ਰਤਾਂ ਹੁੰਦੀਆਂ ਨੇ, ਸੈਂਟਰ ਗੌਰਮੈਂਟ ਦੀਆਂ, ਸਟੇਟ ਗੌਰਮੈਂਟ ਦੀਆਂ, ਕਿੰਨੀ ਜ਼ਮੀਨ ਚਾਹੀਦੀ ਹੈ, ਕਿੰਨੇ ਪੈਸੇ ਚਾਹੀਦੇ ਹੈ? ਤੁਹਾਡੇ ਕਹਿਣ ਦੇ ਇਹ ਡਾਕਟਰ ਸਾਹਿਬ ਨੂੰ ਹੌਸਲਾ ਹੈ ਕਿ ਮੈਨੂੰ ਐਸ ਜੀ ਪੀ ਸੀ ਦੇ ਪ੍ਰਧਾਨ ਕਹਿੰਦੇ ਵੀ ਕਿੰਨੀ ਜ਼ਮੀਨ ਚਾਹੀਦੀ ਹੈ, ਕਿੰਨੇ ਪੈਸੇ ਚਾਹੀਦੇ ਹੈ, ਅਤੇ ਕਿੰਨੇ ਆ ਫਾਰਮੈਲਿਟੀ ਨੇ। ਅਤੇ ਮੈਂ ਆਖਿਆ ਕੋਈ ਨਹੀਂ ਜੀ, ਸਿੱਖ ਕੌਮ ਦੇ ਵਾਸਤੇ ਕੁਝ ਨਹੀਂ ਆਇਆ। ਉਹ ਕਾਲਜ ਖੋਲ੍ਹਿਆ, ਐਡੀ ਵੱਡੀ ਸੰਸਥਾ ਨੇ, ਪਰ ਉਹਦੇ ਪ੍ਰਧਾਨ ਵੀ ਡਰਦੇ ਸੀ ਵੀ ਜ਼ਮੀਨ ਕਿੱਥੋਂ ਲਿਆਵਾਂਗੇ, ਆਖੋ ਸਤਨਾਮ। ਐਡੀ ਵੱਡੀ ਸੰਸਥਾ ਦੇ ਪ੍ਰਧਾਨ, ਸਿੱਖ ਕੌਮ ਦੇ ਪਿੱਲਰ ਜਿਹੜੇ ਡਾਕਟਰ ਇੰਦਰਜੀਤ ਸਿੰਘ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਦੇ, ਅਤੇ ਪ੍ਰਿੰਸੀਪਲ ਸਤਵੀਰ ਸਿੰਘ, ਉਹ ਕਹਿੰਦੇ ਵੀ ਭਾਈ ਸਾਹਿਬ ਠੀਕ ਕਹਿੰਦਾ ਹੈ ਅਤੇ ਇਹ ਆਪਾਂ ਨੂੰ ਕਾਲਜ ਖੋਲ੍ਹਣਾ ਚਾਹੀਦਾ। ਅਸੀਂ ਬੜੇ ਦੇਰ ਬੜੇ ਜ਼ੋਰ ਦੇ ਨਾਲ ਮਤਾ ਕਰਾ ਕੇ ਜ਼ਮੀਨ ਉਹ ਕਾਲਜ ਖੋਲ੍ਹਿਆ, ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ, ਪੋਲੋਟੈਕਨਿਕ ਕਾਲਜ ਵੀ ਬਣ ਗਿਆ, ਅੱਜ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੀ ਹੈ। ਇਹ ਬਚਨ ਮੈਂ ਤਾਂ ਤੁਹਾਨੂੰ ਸੁਣਾਇਆ ਵੀ ਐਡੇ ਐਡੇ ਜਿਹੜੇ ਸਿੱਖ ਕੌਮ ਦੇ ਮੌਕੇ ਦੇ ਪ੍ਰਧਾਨ, ਜਿਹਨਾਂ ਕੋਲ ਬਜਟ ਹੈ, ਜਿਹਨਾਂ ਕੋਲ ਸਾਧਨ ਨੇ, ਉਹ ਵੀ ਕਾਲਜ ਖੋਲ੍ਹਣ ਤੋਂ ਡਰਦੇ ਨੇ। ਪਰ ਸਰਦਾਰ ਮਨਜੀਤ ਸਿੰਘ ਧਾਰੀਵਾਲ ਤੁਹਾਡੇ ਅਤੇ ਗੁਰੂ ਰਾਮਦਾਸ ਨੇ ਸਮਰੱਥ ਗੁਰੂ ਸਿਰ ਹੱਥ ਧਰਿਓ ਵਾਲੀ ਬਖਸ਼ਿਸ਼ ਕੀਤੀ ਹੈ। ਇਹ ਖਾਲਸਾ ਯੂਨੀਵਰਸਿਟੀ ਵਿਦੇਸ਼ਾਂ ਦੇ ਵਿੱਚ ਚਮਕੇਗੀ, ਸਾਰੀ ਸਿੱਖ ਕੌਮ ਤੁਹਾਡੇ ਨਾਲ ਹੈ। ਅਰਦਾਸ ਕਰਦੇ ਹਾਂ ਸਾਰੇ ਹੀ, ਤੁਸੀਂ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਨੇ ਆਖਿਆ ਵੀ ਤਨ ਨਾਲ ਵੀ ਅਤੇ ਮਨ ਨਾਲ ਵੀ ਅਤੇ ਧਨ ਨਾਲ ਵੀ ਸਹਿਯੋਗ ਕਰੋ, ਵੱਧ ਤੋਂ ਵੱਧ ਸਹਿਯੋਗ ਕਰੋ। ਮੈਂ ਇੱਕ ਗੱਲ ਡਾਕਟਰ ਸਾਹਿਬ, ਇਹ ਉਦੋਂ ਡਾਕਟਰ ਰੂਪ ਸਿੰਘ, ਸਾਡਾ ਇੱਕ ਪਰਚਾ ਉੱਥੇ ਸ਼ਬਦ ਹੈ ਗੁਰਮਤ ਪੇਪਰ, ਉਹਦੇ ਸੰਪਾਦਕ ਸੀ। ਮੈਂ 1100 ਰੁਪਈਆ ਦਿੱਤਾ, ਟੋੜਾ ਸਾਹਿਬ ਕਹਿੰਦੇ 1100 ਮੈਂ ਕਾਲਜ ਬਣ ਜਾਂਦਾ, ਆਖੋ ਸਤਨਾਮ। ਅਤੇ ਉਹ ਬੜੇ ਸਿਆਣੇ ਸੀ ਡਾਕਟਰ ਇੰਦਰਜੀਤ ਸਿੰਘ, ਪ੍ਰਿੰਸੀਪਲ ਸਤਵੀਰ ਸਿੰਘ, ਕਹਿੰਦੇ ਨਹੀਂ ਲਿਆਓ ਬਰਕਤ ਸ਼ੁਰੂ ਕਰੀਏ। ਅਤੇ ਡਾਕਟਰ ਚੇਅਰਮੈਨ ਸਾਹਿਬ ਕਹਿੰਦੇ ਕੋਈ ਨਹੀਂ, 1.25 ਕਰੋੜ ਮੇਰਾ, ਆਖੋ ਸਤਨਾਮ। ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਮੈਂ ਬੜੇ ਬੱਚੇ ਪੜ੍ਹਾਏ, ਕੋਈ ਸੇ ਕਾਰਜ ਵਾਸਤੇ ਨਹੀਂ ਗਿਆ, ਵਿਦੇਸ਼ਾਂ 'ਚ ਜਾਣਾ, ਜਾ ਕੇ ਮੈਂ ਲਿਆਉਣਾ। ਮੇਰੇ ਸੰਤ ਸਾਧੂ ਬੜੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਸੀ, ਤੀਰਥ ਸਿੰਘ ਗੁਨਿਆਣਾ ਮੰਡੀ, ਉਹ ਮੈਨੂੰ ਮੈਂ ਮਾੜਾ ਜਿਹਾ ਉਹਨਾਂ ਨੂੰ ਸੁਨੇਹਾ ਭੇਜਿਆ, ਝੋਲਾ ਭਰ ਕੇ ਪੈਸਿਆਂ ਦਾ ਲਿਆਏ,
ਆਹ ਸੰਤ ਸਾਧੂ ਐਡੇ ਕੌਮ ਤੁਹਾਡੇ ਨਾਲ ਹੈ, ਵੇਖਿਓ ਇਹ ਯੂਨੀਵਰਸਿਟੀ ਮਹਾਰਾਜ ਨੇ ਕਿਰਪਾ ਕਰਨੀ ਹੈ, ਸਾਜਾਣੀ ਹੈ। ਬਹੁਤ ਬਹੁਤ ਵਧਾਈ ਅੱਜ ਪਹਿਲੇ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 550ਵੇਂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ, ਅਤੇ ਇਹ ਖਾਲਸਾ ਯੂਨੀਵਰਸਿਟੀ ਜੋ ਅਮੈਰੀਕਾ ਦੇ ਵਿੱਚ ਤਿਆਰ ਹੋਣ ਜਾ ਰਹੀ ਹੈ, ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਦਰਬਾਰ ਸਾਹਿਬ ਤੁਹਾਡਾ ਹੈ, ਇੱਥੇ ਬੈਠੇ ਹੋ ਭਾਵੇਂ, ਪਰ ਉਹ ਤੁਹਾਡਾ ਹੈ। ਸਿੱਖਾਂ ਨੂੰ ਸਿੱਖੀ ਦਾਨ ਅਤੇ ਬਾਅਦ ਵਿੱਚ ਕਹਿੰਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸ੍ਰੀ ਅਕਾਲ। ਦਸ ਬੇਨਤੀ ਕਰੇ ਬੋਲੇ ਸੋ ਨਿਹਾਲ, ਸ੍ਰੀ ਅਕਾਲ। ਗਿਆਨੀ ਰਣਜੀਤ ਸਿੰਘ ਜੀ ਬੋਲੇ ਸੋ ਨਿਹਾਲ, ਸ੍ਰੀ ਅਕਾਲ। ਬੋਲੇ ਸੋ ਨਿਹਾਲ, ਜਥੇਦਾਰ ਬਾਬਾ ਮਾਨ ਸਿੰਘ ਜੀ, ਜਥੇਦਾਰ ਬਾਬਾ ਮਾਨ ਸਿੰਘ ਜੀ, ਸਾਡੇ ਸਤਿਕਾਰ ਯੋਗ ਗਿਆਨੀ ਹਰੀ ਸਿੰਘ, ਸੋ ਸਾਰੇ ਹੀ ਸਿੰਘ ਸਾਹਿਬਾਂ, ਡਾਕਟਰ ਗੁਰਨਾਮ ਸਿੰਘ ਜੀ, ਡਾਕਟਰ ਗੁਰਨਾਮ ਸਿੰਘ ਬੋਲੇ ਸੋ ਨਿਹਾਲ, ਸ੍ਰੀ ਅਕਾਲ। ਡਾਕਟਰ ਮਨਜੀਤ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਕਟਰ ਭੈਣ ਜੀ ਬੋਲੇ ਸੋ ਨਿਹਾਲ, ਸ੍ਰੀ ਅਕਾਲ। ਡਾਕਟਰ ਭੈਣ ਜੀ, ਅੰਮ੍ਰਿਤਪਾਲ ਕੌਰ ਜੀ, ਭੈਣ ਜੀ ਆ ਜਾਓ ਤੁਸੀਂ। ਜਿਹੜਾ ਸੈਮੀਨਾਰ ਹੋ ਰਿਹਾ ਸਤਸੰਗ ਜੀ, ਉਹ ਸਾਰਾ ਭੈਣ ਜੀ ਨੇ ਔਰਗੇਨਾਈਜ਼ ਕੀਤਾ, ਆਪਾਂ ਲੇਟ ਹਾਂ, ਆਪਾਂ ਇਹਨਾਂ ਤੋਂ ਮਾਫ਼ੀ ਚਾਹੁੰਦੇ ਹਾਂ। ਔਰ ਬੱਚਿਆਂ ਨੇ ਜੋ ਗੱਤਕਾ ਖੇਡਣਾ ਉਹ ਹੋ ਕੇ ਫਿਰ ਆਪਾਂ ਸੈਮੀਨਾਰ ਹਾਂ, ਅਤੇ ਡਾਕਟਰ ਸਾਹਿਬ ਉਹਦੇ ਬਾਰੇ ਬੋਲਣਗੇ। ਡਾਕਟਰ ਮਨਜੀਤ ਸਿੰਘ ਜੀ ਧਾਲੀਵਾਲ, ਸਭ ਤੋਂ ਜ਼ਿਆਦਾ ਇਹਨਾਂ ਦੇ ਲਈ ਜਕਾਰਾ ਸੋ ਨਿਹਾਲ, ਸ੍ਰੀ ਅਕਾਲ। ਸੋ ਬਹੁਤ ਬਹੁਤ ਧੰਨਵਾਦ। ਬੋਲੇ ਸੋ ਨਿਹਾਲ, ਬਾਬਾ ਹਰਨਾਮ ਸਿੰਘ ਜੀ ਇਹਨਾਂ ਤੋਂ ਬਾਅਦ ਬੋਲੇ ਸੋ ਨਿਹਾਲ, ਭਾਈ ਸਤਪਾਲ ਸਿੰਘ ਜੀ ਖਾਲਸਾ, ਬਾਬਾ ਹਰਨਾਮ ਸਿੰਘ ਜੀ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਕਿ ਆਪਾਂ ਅਨੰਦ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਬੇਨਤੀ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਲੰਮਾ ਸਮਾਂ ਹੋ ਗਿਆ, ਸੋ ਸਾਰਿਆਂ ਦਾ ਬਹੁਤ ਧੰਨਵਾਦ। ਹੁਣ ਆਪਾਂ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੁੰਦੇ ਹਾਂ ਜੀ। ਸ਼ਬਦ ਆਇਆ ਮੂਲ ਮੰਤਰ ਵਿੱਚ ਅਕਾਲ, ਅਤੇ ਅਕਾਲ ਦਾ ਮਤਲਬ ਹੀ ਇਹ ਹੈ ਜਿਹੜਾ ਬਿਓਂਡ ਟਾਈਮ, ਬਿਓਂਡ ਸਪੇਸ ਅਤੇ ਬਿਓਂਡ ਡੈਥ ਹੈ, ਜਿਹੜਾ ਯੂਨੀਵਰਸਲ ਟਰੁੱਥ ਹੈ, ਜਿਹੜਾ ਸਾਰਿਆਂ 'ਤੇ ਹੀ ਲਾਗੂ ਹੁੰਦਾ, ਇੰਪਲੀਮੈਂਟ ਹੁੰਦਾ, ਜਿਹਦੀ ਲੋੜ ਸਭ ਨੂੰ ਹੀ ਹੈ।
ਤੋ ਇਸ ਕਰਕੇ ਮੈਨੂੰ ਪਤਾ ਮੈਂ ਵੀ ਅਪਲਾਈ ਕਰਨਾ ਵਾਪਸ, ਕੱਲ੍ਹ ਨੂੰ ਸਾਡਾ ਨਗਰ ਕੀਰਤਨ ਵੀ ਹੈ, ਆਪ ਜੀ ਨੂੰ ਮੈਂ ਆਪਣਾ ਪਰਚਾ ਦਿਆਂਗਾ ਜਿਹਦੇ ਵਿੱਚ ਮੈਂ ਗੁਰੂ ਸਾਹਿਬ ਦੇ ਬਾਰੇ ਕਾਫੀ ਜਿਹੜੀ ਗੱਲਾਂ ਕੀਤੀਆਂ। ਗੁਰੂ ਸਾਹਿਬ ਦੀ ਜਿਹੜੀ ਟੀਚਿੰਗ ਹੈ ਉਹ ਟਰਾਂਸਫੋਰਮੇਟਿਵ ਐਕਸਪੀਰੀਐਂਸ਼ੀਅਲ ਲਰਨਿੰਗ ਜਿਹੜੀ ਟੀਚਿੰਗ ਹੈ ਗੁਰੂ ਸਾਹਿਬ ਦੀ, ਅਤੇ ਹੋਰ ਵੀ ਪੁਆਇੰਟ ਜਿਹੜੇ ਦਿੱਤੇ ਆ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਜਿਹੜੀ ਪਰਸਨੈਲਿਟੀ ਹੈ ਗੁਰੂ ਸਾਹਿਬ ਦਾ, ਜਿਹੜਾ ਮੈਸੇਜ ਆ ਉਹ ਸਿੱਧਾ ਨਹੀਂ ਹੁੰਦਾ ਕਦੇ ਵੀ, ਉਹ ਸਿੱਧਾ ਕਿਸੇ ਨੂੰ ਨਹੀਂ ਕਰਦੇ, ਬੜਾ ਇੰਡਰੈਕਟਿਵ ਮੈਸੇਜ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਸਿੱਧੀ ਗੱਲ ਕਰਦੇ ਹੋ ਚੁੱਭਦੀ ਹੈ। ਅਤੇ ਗੁਰੂ ਸਾਹਿਬ ਦੇ ਬਾਰੇ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਜਿਹਦੇ ਸੀਗਾ ਡਿਲਾਈਟਫੁੱਲ ਵਿਟ ਆਫ ਗੁਰੂ ਨਾਨਕਸ ਲੈਸਨ, ਕਿ ਗੁਰੂ ਸਾਹਿਬ ਦੀ ਜਿਹੜੀ ਪਰਸਨੈਲਿਟੀ ਹੈ ਬੜੀ ਡਿਲਾਈਟਫੁੱਲ ਹੈ, ਵਿਟੀ ਹੈ, ਅਤੇ ਗੁਰੂ ਸਾਹਿਬ ਬੜੇ ਹਾਸੇ ਦੇ ਨਾਲ, ਬੜੇ ਪਿਆਰ ਦੇ ਨਾਲ, ਵਿਅੰਗ ਦੇ ਨਾਲ ਆਪਣਾ ਮੈਸੇਜ ਕਨਵੇ ਕਰਦੇ ਨੇ। ਜਿਤਨੀਆਂ ਵੀ ਸਾਖੀਆਂ ਅਸੀਂ ਪੜ੍ਹਦੇ ਹਾਂ ਜਾਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਮੈਂ ਇੱਥੇ ਹੀ ਆਪਣੇ ਵੱਲੋਂ ਆਪ ਜੀ ਨੂੰ ਸ਼ਬਦਾਂ ਨੂੰ ਸਮਾਪਤੀ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਪੈਗੰਬਰ ਪੀਰ ਫਕੀਰ ਦੀ ਭਾਲ ਵਿੱਚ ਭੜਕ ਰਹੇ ਹਾਂ ਜਿਸ ਨੇ 550 ਸਾਲ ਪਹਿਲਾਂ ਸਾਰੀ ਦੁਨੀਆ ਨੂੰ ਗੁਲਾਮੀ ਦੇ ਝੰਜਰ ਚੋਂ ਨਿਕਲਣ ਦੀ ਆਵਾਜ਼ ਲਗਾਈ ਸੀ। ਅੱਜ ਅਸੀਂ 550 ਸਾਲ ਬਾਅਦ ਵੀ ਉਸੇ ਭੰਵਰ ਵਿੱਚ ਫਸੇ, ਉਸੇ ਗੁਰੂ ਨਾਨਕ ਦੇਵ ਜੀ ਦਾ ਰਾਹ ਤੱਕਦੇ ਨਜ਼ਰ ਆ ਰਹੇ ਹਾਂ, ਕਿਉਂਕਿ ਉਹ ਹਰ ਇਨਸਾਨ ਲਈ ਹਰ ਸਮੇਂ ਦੇ ਰੋਲ ਮਾਡਲ ਰਹੇ ਹਨ ਅਤੇ ਰਹਿਣਗੇ ਵੀ। ਗੁਰੂ ਨਾਨਕ ਦੇਵ ਜੀ ਦਾ ਜਨਮ ਇੱਕ ਸਧਾਰਨ ਹਿੰਦੂ ਪਰਿਵਾਰ ਵਿੱਚ ਹੋਇਆ ਅਤੇ ਬਚਪਨ ਤੋਂ ਹੀ ਉਹ ਵੱਖਰੀਆਂ ਰੁਚੀਆਂ ਵਾਲੇ ਸਨ। ਉਹਨਾਂ ਨੇ ਗਰੀਬ ਨੂੰ, ਮਜ਼ਲੂਮ ਨੂੰ, ਨਿਤਾਣੇ ਲੋਕਾਂ ਦਾ ਸਾਥ ਦਿੱਤਾ, ਅਤੇ ਪਰ ਦੁੱਖ ਦੀ ਗੱਲ ਇਹ ਆ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਬਚਪਨ ਤੋਂ ਲਾ ਕੇ ਅਖੀਰ ਤੱਕ ਕਈ ਕਰਾਮਾਤਾਂ ਜੁੜੀਆਂ ਅਤੇ ਜੋੜੀਆਂ ਗਈਆਂ, ਜਿਨ੍ਹਾਂ ਬਾਰੇ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਉਹ ਸੱਚ ਵੀ ਅਜੇ ਨਹੀਂ ਵੀ ਹਨ। ਉਹਦੇ ਵਿੱਚ ਜਿੱਥੇ ਆਮ ਲੋਕਾਂ ਦਾ ਕਸੂਰ ਆ, ਉਹਦੇ ਵਿੱਚ ਸਾਡੇ ਇਤਿਹਾਸਕਾਰ, ਵਿਦਵਾਨ ਅਤੇ ਧਾਰਮਿਕ ਆਗੂਆਂ ਦਾ ਵੀ ਉਨੇ ਕਸੂਰ ਆ, ਜਿਹੜੇ ਕਿ ਸਰਕਾਰਾਂ ਅੱਗੇ ਵਿਕ ਜਾਂਦੇ ਹਨ ਅਤੇ ਗੁਰੂ ਨਾਨਕ ਦੀ ਹਰ ਗੱਲਬਾਤ ਨੂੰ ਕਰਾਮਾਤ ਨਾਲ ਜੋੜ ਦਿੰਦੇ ਹਨ। ਜੇ ਅਸੀਂ ਬਾਬੇ ਨਾਨਕ ਦੇ ਜੀਵਨ ਵਿੱਚੋਂ ਕਰਾਮਾਤਾਂ ਕੱਢ ਦੇਈਏ ਤਾਂ ਨਾਨਕ ਨਾਨਕ ਹੀ ਨਹੀਂ ਰਹਿ ਜਾਂਦਾ। ਜੇ ਅਸੀਂ ਕਰਾਮਾਤ ਰੱਖ ਕੇ ਗੁਰੂ ਨਾਨਕ ਦੇ ਜੀਵਨ ਦੀ ਗੱਲ ਕਰੀਏ ਤਾਂ ਫਿਰ ਨਾਨਕ ਕੁਝ ਵੀ ਨਹੀਂ ਰਹਿ ਜਾਂਦਾ, ਫਿਰ ਕਰਾਮਾਤਾਂ ਰਹਿ ਜਾਂਦੀਆਂ। ਪਰ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਇੱਥੇ। ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਨੇ 5ਵੀਂ ਤੋਂ ਲੱਗ ਕੇ, 5 ਸਾਲ ਦੀ ਉਮਰ ਲੱਗ ਕੇ 11 ਸਾਲ ਦੀ ਉਮਰ ਤੱਕ ਸੰਸਕ੍ਰਿਤ ਅਤੇ ਪਰਸ਼ੀਅਨ ਦੀ ਸਿੱਖਿਆ ਲਈ। ਸਭ ਤੋਂ ਪਹਿਲਾਂ ਜਿਹੜਾ ਚਾਰ ਵਰਨਾਂ ਦੀ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਜਿਹੜਾ ਜਨੇਊ ਨਾ ਪਾਉਣਾ ਪੁਜਾਰੀਵਾਦ ਦੇ ਖਿਲਾਫ ਉਹਨਾਂ ਦਾ ਵਿਰੋਧ ਸੀ, ਜਿਹਦਾ ਕਿ ਪਰਿਵਾਰ ਦੇ ਵਿੱਚ ਅਤੇ ਭਾਈਚਾਰੇ ਦੇ ਵਿੱਚ ਗੱਲ ਹੋਣੀ ਸੁਭਾਵਿਕ ਸੀ। ਉਸ ਤੋਂ ਬਾਅਦ ਜਦੋਂ ਸਾਰੇ ਪਰਿਵਾਰ ਨੇ, ਭਾਈਚਾਰੇ ਨੇ ਦੇਖਿਆ ਵੀ ਇੱਕ ਹਿੰਦੂ ਪਰਿਵਾਰ ਵਿੱਚ ਜੰਮ ਕੇ ਜਨੇਊ ਪਾਉਣ ਤੋਂ ਇਨਕਾਰ ਹੋਇਆ, ਉਸ ਤੋਂ ਬਾਅਦ ਗੱਲ ਜਦੋਂ ਸਾਰੇ ਭਾਈਚਾਰੇ 'ਚ ਫੈਲੀ, ਫਿਰ ਪਿਤਾ ਨੇ ਕਿਹਾ ਵੀ ਮੱਝਾਂ ਚਾਰੋ, ਜਿਹੜਾ ਕਿ ਬੜਾ ਨੋਰਮਲ ਆਮ ਕਿੱਤਾ ਸੀ, ਚਾਰਦੇ ਸੀ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਦਿਨ ਹੀ ਮੱਝਾਂ ਚਾਰੀਆਂ ਅਤੇ ਇੱਕ ਦਿਨ ਹੀ ਸੱਪ ਛਾਂ ਕਰਨ ਆਇਆ, ਬਾਕੀ ਦਿਨ 4-5 ਸਾਲ ਉਹ ਕੀ ਕੀਤਾ ਉਹਨੇ? ਸਾਡੇ ਕਿਸੇ ਵਿਦਵਾਨ ਨੇ, ਕਿਸੇ ਨੇ ਇਹਦੇ ਬਾਰੇ ਕੋਈ ਨਹੀਂ ਲਿਖਿਆ। ਪਰ ਮੈਨੂੰ ਇਹ ਲੱਗਦਾ ਵੀ ਜਿਹੜਾ ਸੱਪ ਲਿਆਉਣਾ ਜਾਂ ਛੱਡਣਾ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀਗੀ। ਜਦੋਂ ਉਹ ਸੱਪ, ਉਹ ਜਿਹੜਾ ਸੱਪ ਦੀ ਗੱਲ ਕਰਦੇ ਆ ਕਿੰਗ ਕੋਬਰਾ, ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਪੜ੍ਹਿਆ ਕਿ ਉਹ ਆਮ ਸੱਪਾਂ ਵਰਗਾ ਨਹੀਂ ਗਾ, ਉਹ ਥੋੜ੍ਹਾ ਸ਼ਰਮੀਲਾ ਸੱਪ ਆ, ਉਹ ਲੜਦਾ ਨਹੀਂ ਗਾ ਛੇਤੀ, ਪਹਿਲਾਂ ਉਹ ਦੇਖਦਾ ਆ ਹਰ 'ਚ, ਉਹ ਵੈਸੇ ਸਾਰੇ ਸੱਪ ਇੱਦਾਂ ਦੀ ਆ, ਪਰ ਉਹਨੇ ਜਦੋਂ ਦੇਖਿਆ ਨਾਨਕ ਨੂੰ ਲੰਮੇ ਪਏ ਨੂੰ, ਉਹਨੇ ਆਲਾ ਦੁਆਲਾ ਦੇਖਿਆ ਅਤੇ ਜਿਹੜੇ ਲੋਕ ਨਾਲ ਸੀਗੇ ਉਹਨਾਂ ਨੇ ਫਿਰ ਰੌਲਾ ਪਾਤਾ ਵੀ ਮੱਝਾਂ ਖੇਤ ਚਰ ਗਈਆਂ। ਅਤੇ ਰਾਏ ਬੁਲਾਰ ਆਉਂਦਾ, ਰਾਏ ਬੁਲਾਰ ਸੌਫਟ ਕੋਰਨਰ ਰੱਖਦਾ, ਗੁਰੂ ਨਾਨਕ ਦੇਵ ਜੀ ਨੂੰ ਕੁਛ ਕਹਿੰਦਾ ਨਹੀਂ, ਕਿਉਂਕਿ ਉਸ ਵੇਲੇ ਤੱਕ ਗੁਰੂ ਨਾਨਕ ਦੇਵ ਜੀ ਨੇ ਇਸਲਾਮ ਦੇ ਬਾਰੇ ਕੋਈ ਵਿਰੋਧ ਨਹੀਂ ਕੀਤਾ ਸੀ। ਰਾਏ ਬੁਲਾਰ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹ ਬੱਚਾ ਜਾਂ ਇਹ ਹੋਣਹਾਰ ਜਿਹੜਾ
ਨਾਨਕਵਾ ਇਸਲਾਮ ਦੇ ਵਿੱਚ ਆ ਜਾਊਗਾ, ਕਿਉਂਕਿ ਦੋਨੇ ਹੀ ਉਸ ਵੇਲੇ ਮੇਨ ਧਰਮ ਸਨ, ਇਸਲਾਮ ਅਤੇ ਹਿੰਦੂ ਮਤ। ਪਰ ਇਹ ਵੀ ਨਹੀਂ ਹੋਇਆ, ਫਿਰ ਉਸ ਤੋਂ ਬਾਅਦ 20 ਰੁਪਈਏ ਦੇ ਕੇ ਸੱਚਾ ਸੌਦਾ ਕਰਨਾ, 20 ਰੁਪਈਏ ਕਾਫੀ ਵੱਡੀ ਰਕਮ, ਥੋੜ੍ਹੇ ਸਾਧੂ ਨੂੰ ਭੋਜਨ ਛਕਾਉਣਾ ਉਸ ਵੇਲੇ ਦੇ ਹਿਸਾਬ ਨਾਲ, ਪਰ ਉਹ ਸਾਧੂ ਕੌਣ ਸਨ ਉਹਨਾਂ ਦਾ ਕਿਤੇ ਨਾਂ ਨਹੀਂ ਆਉਂਦਾ, ਜੇ ਆਉਂਦਾ ਵੀ ਆ ਤਾਂ ਇੰਨਾ ਕੰਟਰਾਵਰਸ ਦੇ ਵਿੱਚ ਵਾ, ਉਹਦੇ ਬਾਰੇ ਕੋਈ ਹਜੇ ਤਾਈਂ ਸਹਿਮਤ ਨਹੀਂ ਹੋਏ ਵੀ ਆਹ ਸਾਧੂ ਸੀ, ਕੌਣ ਸੀ, ਕਿੱਥੋਂ ਆਏ ਸੀ। ਪਰ ਉਹ ਜਿਹੜੇ 20 ਰੁਪਈਏ ਦੀ ਗੱਲ ਕਰਦੇ ਆ, ਮੈਨੂੰ ਲੱਗਦਾ ਉਹ ਪਹਿਲਾਂ ਪੁਜਾਰੀਵਾਦ ਨੂੰ ਵੰਗਾਰ ਸੀ, ਦੂਸਰਾ ਇਹ ਵਪਾਰੀਵਾਦ ਨੂੰ ਸੀਗਾ ਵੀ ਭਾਈ ਮਿਹਨਤ ਕਰੋ, ਇਮਾਨਦਾਰੀ ਨਾਲ ਕੰਮ ਕਰੋ। ਉਹਦੇ ਵਿੱਚ ਮੋਦੀਖਾਨੇ ਦੀ ਗੱਲ ਵੀ ਜੋੜਦਾ ਮੈਂ, ਅਤੇ ਆਪਣਾ ਦਸਵੰਧ ਕੱਢੋ ਅਤੇ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਤੁਸੀਂ ਆਪਣੀ ਰੋਟੀ ਪਾਣੀ ਛਕਾਓ ਛਕਾ ਸਕਦੇ ਹੋ, ਜਿੱਥੋਂ ਕਿ ਲੰਗਰ ਦੀ ਗੱਲ ਚੱਲੀ। ਉਸ ਤੋਂ ਬਾਅਦ ਵਿਗਿਆਨੀਆਂ ਨਾਲ ਗੱਲਬਾਤ, ਵਿਗਿਆਨ ਦੇ ਬਾਰੇ ਕਿੰਨਾ ਕੁਛ ਕਿਹਾ ਗਿਆ, ਬ੍ਰਹਿਮੰਡ ਬਾਰੇ ਕਿੰਨਾ ਕੁਛ ਕਿਹਾ ਗਿਆ। ਜੇ ਅਸੀਂ ਸਾਰੀ ਗੁਰਬਾਣੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਪੜ੍ਹੀਏ, ਉਹਨਾਂ ਵਿੱਚ ਇੱਕ ਇੱਕ ਸ਼ਬਦ ਵਿੱਚ, ਇੱਕ ਇੱਕ ਪੌੜੀ ਦੇ ਵਿੱਚ ਸਾਨੂੰ ਇੰਨਾ ਕੁਛ ਮਿਲਦਾ। ਬੇਸ਼ੱਕ ਤੁਸੀਂ ਜਿੰਨਾ ਚਿਰ ਮਰਜ਼ੀ ਉਹਦੇ ਅਰਥ ਕਰੀਓ, ਤੁਹਾਨੂੰ ਹਰ ਵਾਰੀ ਉਹਦਾ ਨਵਾਂ ਅਰਥ, ਨਵਾਂ ਜੀਵਨ ਜਹਾਜ਼, ਨਵਾਂ ਸੰਦੇਸ਼ ਮਿਲਦਾ। ਵਾਰ ਵਾਰ ਪੜ੍ਹਦੇ ਹਾਂ ਅਤੇ ਸਾਨੂੰ ਉਹਦੇ ਵਿੱਚ ਰਸ ਵੀ ਮਿਲਦਾ, ਆਨੰਦ ਵੀ ਮਿਲਦਾ। ਇਹ ਸੇਮ ਗੱਲ ਆ, ਪਹਿਲੀ ਗੱਲ ਸਭ ਤੋਂ ਮੰਨਣਾ ਗੁਰੂ ਨਾਨਕ ਨੂੰ, ਹਾਂ ਵੀ ਮੰਨਣਾ ਬਾਬਾ ਨਾਨਕ ਸੀਗਾ, ਉਹਦੀ ਬਾਣੀ ਹੈ, ਪੜ੍ਹਦੇ ਹਾਂ। ਇਹ ਇੱਦਾਂ ਦੀ ਗੱਲ ਲੱਗਦੀ ਜਿੱਦਾਂ ਕੋਈ ਹਿਮਾਲਿਆ ਪਰਬਤ 'ਤੇ ਚੜਿਆ ਹੋਵੇ ਅਤੇ ਵਾਪਸ ਆਇਆ ਹੋਵੇ ਅਤੇ ਉਹਨੂੰ ਪੁੱਛੋ ਭਾਈ ਦੂਜੇ ਪਾਸੇ ਕਿੱਦਾਂ ਸੀਗਾ, ਅਤੇ ਉਹ ਦੱਸਦਾ ਹੈ ਵੀ ਸਵਰਗ ਸੀ, ਫੁੱਲ ਸੀ, ਸੋਹਣੇ ਸੀਗੇ। ਉਹ ਹੁਣ ਮੇਰੀ ਮਰਜ਼ੀ ਹੈ, ਮੈਂ ਮੰਨਾਂ ਜਾਂ ਨਾ ਮੰਨਾਂ, ਜਾਂ ਤਾਂ ਮੈਂ ਮੰਨ ਲਵਾਂ ਜਾਂ ਫਿਰ ਮੈਂ ਆਪ ਚੜ੍ਹ ਕੇ ਜਾ ਕੇ ਦੇਖਾਂ ਦੂਜੇ ਪਾਸੇ ਬਾਕੀ ਉਹ ਗੱਲ ਹੈਗੀ ਆ ਜਾਂ ਨਹੀਂ ਹੈਗੀ। ਸੋ ਟਾਈਮ ਨੂੰ ਮੁੱਖ ਰੱਖਦੇ ਹੋਏ ਮੈਂ ਇੱਥੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਰ ਵੀ ਬਹੁਤ ਨੇ ਪਰ ਇਸੇ ਸੰਦਰਭ ਵਿੱਚ ਨੇ, ਮੈਂ ਖਿਮਾ ਲੈਣਾ ਤੁਹਾਡੇ ਤੋਂ। ਪਰ ਮੈਂ ਦੋ ਕੁ ਲਾਈਨਾਂ ਸੀਗੀਆਂ, ਕਹਿੰਦੇ ਅਸੀਂ ਖੁਦ ਤਾਂ ਆਪ ਗੁਆਚੇ ਸੀ ਪਰ ਨਾਨਕ ਵੀ ਗਵਾ ਲਿਆ, ਵਹਿਮਾਂ ਭਰਮਾਂ ਅੰਦਰ ਅਸੀਂ ਖੁਦ ਨੂੰ ਕਿੰਜ ਉਲਝਾ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸਨ ਡਾਕਟਰ ਦਲਬੀਰ ਸਿੰਘ ਨਿੱਜਰ ਕੈਲੀਫੋਰਨੀਆ, ਜਿਨ੍ਹਾਂ ਨੇ ਵਿਚਾਰ ਸਾਂਝੇ ਕੀਤੇ ਨੇ। ਇਸ ਤੋਂ ਪਹਿਲਾਂ ਕਿ ਅਗਲੇ ਬੁਲਾਰੇ ਮੰਚ 'ਤੇ ਆਉਣ, ਬੜੀਆਂ ਦੋ ਜਿਹੜੇ ਬੁਲਾਰੇ ਸਨ ਉਹਨਾਂ ਦਾ ਵਿਸ਼ਾ ਤਕਰੀਬਨ ਉਹਨਾਂ ਨੇ ਜਿਵੇਂ ਸਮੇਟਿਆ, ਹਾਲਾਂਕਿ ਵਿਸ਼ਾ ਗਲੋਬਲ ਪ੍ਰੋਸਪੈਕਟਿਵ ਦਾ ਸੀ। ਕਰਾਮਾਤਾਂ ਦੀ ਗੱਲ ਚੱਲੀਏ ਤਾਂ ਬਹੁਤ ਵੱਡਾ ਇਹ ਵਿਸ਼ਾ। ਇਹਦੇ 'ਚ ਇੱਕ ਗੱਲ ਅਸੀਂ ਬਿਲਕੁਲ ਨਾ ਭੁੱਲੀਏ ਕਿ ਬਹੁਤ ਸਾਰੀਆਂ ਐਸੀਆਂ ਕਹਾਣੀਆਂ ਜਿਹੜੀਆਂ ਕਿ ਬਿਲਕੁਲ ਹੀ ਅਣਉਚਿਤ ਨੇ ਉਹ ਮੌਜੂਦ ਨੇ, ਪਰ ਕੁਝ ਐਸੇ ਨੁਕਤੇ ਨੇ ਜਿਹੜੇ ਕਿ ਅਸੀਂ ਇਕੱਲੀ ਉਸ ਗੱਲ ਦੇ ਪਿੱਛੇ ਨਾ ਜਾ ਕੇ ਉਸਦੇ ਭਾਵ ਚਿੰਤਨ ਨੂੰ ਉਹ ਵਿਚਾਰਨਾ। ਉਹਦੀ ਇੱਕ ਐਗਜ਼ਾਮਪਲ ਮੈਂ ਚੰਦ ਸ਼ਬਦਾਂ 'ਚ ਇੱਕ ਸ਼ਾਇਰ ਦੇ ਬੋਲਾਂ ਨਾਲ ਸਾਂਝੀ ਕਰਦਾ। ਆਮ ਅਸੀਂ ਦੇਖਦੇ ਹਾਂ ਕਿ ਸਭ ਤੋਂ ਵੱਡੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਬਾਰੇ ਚਰਚਿਤ ਕਥਾਵਾਂ ਦੇ ਵਿੱਚੋਂ ਹੈ, ਇੱਕ ਪਾਸੇ ਦੁੱਧ ਨਿਚੋੜਦੇ ਨੇ, ਇੱਕ ਪਾਸੇ ਲਹੂ ਨਿਚੋੜਦੇ ਨੇ। ਬੜੀਆਂ ਐਸੀਆਂ ਤੁਸੀਂ ਕੌਨਸੈਪਟ ਦੇਖੇ ਨੇ, ਬਹੁਤ ਤਸਵੀਰਾਂ ਦੇਖੀਆਂ, ਅਸੀਂ ਆਮ ਦੇਖਦੇ ਹਾਂ। ਹੁਣ ਗੱਲ ਇਹ ਹੈ ਕਿ ਉਹ ਜਿਹੜਾ ਕੌਨਸੈਪਟ ਸੀ ਉਹ ਕੀ ਸੀ, ਕਿਰਤ ਦਾ ਜਿਹੜਾ ਕੌਨਸੈਪਟ ਸੀ, ਅਤੇ ਉਹਨੂੰ ਪੇਸ਼ ਤਸਵੀਰਕਾਰ ਨੇ, ਸਾਖੀਕਾਰ ਨੇ ਲਹੂ ਨਿਚੋੜਨ ਜਾਂ ਦੁੱਧ ਨਿਚੋੜਨ ਦੇ ਰੂਪ 'ਚ ਕੀਤਾ। ਸਾਧਵਾਦ, ਪਖੰਡਵਾਦ, ਕਿਰਤ ਤੋਂ ਭੱਜਣਾ, ਵੰਡ ਨਾ ਛਕਣਾ, ਇਹਨਾਂ ਸਾਰੀਆਂ ਗੱਲਾਂ ਨੂੰ ਰੋਕਦੇ ਗੁਰੂ ਸਾਹਿਬ ਨੇ ਜਿਹੜਾ ਇੱਕ ਵਿਰਾਮ ਚਿੰਨ੍ਹ ਦਿੱਤਾ, ਅਤੇ ਭਾਈ ਲਾਲੋ ਦੀ ਗੱਲ ਗੁਰਬਾਣੀ 'ਚ ਵੀ ਕੀਤੀ। ਉਹਦੇ ਬਾਰੇ ਇਹ ਸ਼ਬਦ ਹੈ ਕਿ ਸਫਲ ਕਰਨ ਲਈ ਪਾਪ ਕਮਾਈ, ਖੱਟਣ ਲਈ ਜਗਦੀ ਵਡਿਆਈ, ਪਿਆਰਾ ਪ੍ਰਭੂ ਰਿਝਾਵਣ ਖਾਤਰ, ਸਸਤੀ ਮੁਕਤੀ ਪਾਵਣ ਖਾਤਰ। ਭਾਗੋ ਨੇ ਇੱਕ ਜਾਗ ਰਚਾਇਆ, ਦੂਰ ਦੂਰ ਸੁਨੇਹਾ ਭਜਵਾਇਆ, ਕਈ ਪੰਡਿਤ ਵਿਦਵਾਨ ਬੁਲਾਏ, ਕਈ ਸੱਦੇ, ਕਈ ਆਪੇ ਆਏ, ਕੋਈ ਬੰਗਾਲੀ, ਕੋਈ ਪੰਜਾਬੀ, ਕੋਈ ਅਫੀਮੀ, ਕੋਈ ਸ਼ਰਾਬੀ।
ਇਹ ਹੈ ਸਾਧ ਜੜਾਵਾਂ ਵਾਲਾ, ਉਹ ਹੈ ਸਾਧ ਖੜਾਵਾਂ ਵਾਲਾ, ਜਿੰਨਾ ਵੱਖਰੀ ਧੂਣੀ ਵਾਲੀ ਉਹ ਸਾਧੂ ਦਾ ਨਾਮ ਜਲਾਲੀ, ਆਹ ਫੌੜੀ ਉਹ ਸੋਟੇ ਵਾਲਾ, ਉਹ ਹੈ ਸਾਧ ਗਲੋਟੇ ਵਾਲਾ, ਮਹਿਲਾਂ ਵਾਲਾ ਢਾਰੇ ਵਾਲਾ, ਸਾਧੂ ਮਸਤ ਚਵਾਰੇ ਵਾਲਾ, ਇਹ ਕੰਬਲੀ ਉਹ ਪੂਰੀ ਵਾਲਾ, ਉਹ ਹੈ ਸੰਤ ਕਤੂਰੀ ਵਾਲਾ, ਸ਼ੇਰਾਂ ਵਾਲਾ ਨਾਗਾਂ ਵਾਲਾ, ਉਹ ਹੈ ਸੰਤ ਬਾਗਾਂ ਵਾਲਾ, ਇਕੱਠੇ ਹੋ ਗਏ ਸਭ ਪਖੰਡੀ, ਲੱਗ ਗਈ ਸਾਧਾਂ ਦੀ ਮੰਡੀ, ਇਕੱਠੇ ਹੋ ਗਏ ਸਭ ਪਖੰਡੀ, ਲੱਗ ਗਈ ਸਾਧਾਂ ਦੀ ਮੰਡੀ, ਰੂਪ ਵੱਖਰੇ ਭੇਖ ਨਿਰਾਲੇ, ਵੱਖੋ ਵੱਖਰੀ ਨਾਵਾਂ ਵਾਲੇ, ਭਾਵੇਂ ਸਭ ਦੇ ਪੰਥ ਨਿਆਰੇ, ਇੱਕ ਗੱਲੋਂ ਉਹ ਇਕੱਠੇ ਸਾਰੇ, ਸਭ ਦੀ ਗੋਗੜ ਮੋਟੀ ਤਾਜੀ, ਸਾਰੇ ਮੁਫਤ ਖਾਣ ਨੂੰ ਰਾਜੀ, ਵਿਹਲੇ ਬੈਠੇ ਮੌਜ ਉਡਾਉਂਦੇ, ਕੰਮ ਕਾਰ ਨੂੰ ਹੱਥ ਨਾ ਲਾਉਂਦੇ, ਪਰ ਇੱਕ ਗੁਰੂ ਨਾਨਕ ਨਾ ਆਇਆ, ਉਸਨੂੰ ਜਬਰਨ ਗਿਆ ਬੁਲਾਇਆ, ਭਾਗੋ ਕਹਿੰਦਾ ਨਾਨਕ ਪਿਆਰੇ, ਇਹ ਸਾਧਾਂ ਦੇ ਨਹੀਂ ਵਰਤਾਰੇ, ਸੰਤ ਹੈ ਸਾਰੇ ਜੱਗ ਦਾ ਸਾਂਝਾ, ਕਿਉਂ ਰੱਖਿਓ ਸਾਨੂੰ ਵਾਂਝਾ, ਜੇ ਮਿੱਠੀ ਲਾਲੋ ਦੀ ਕੁੱਲੀ, ਜੇ ਮਿੱਠੀ ਲਾਲੋ ਦੀ ਗੁੱਲੀ, ਕੀ ਲੱਗ ਗਈ ਪੂੜੀ ਨੂੰ ਉੱਲੀ, ਭੋਜਨ ਕਿਉਂ ਪ੍ਰਵਾਨ ਨਹੀਂ ਮੇਰਾ, ਦੱਸੋ ਇਹ ਅਪਮਾਨ ਨਹੀਂ ਮੇਰਾ, ਨਾਨਕ ਜੀ ਮੁਸਕਰਾਵਣ ਲੱਗੇ, ਸਹਿਜ ਸਮਾਂ ਫੁਰਮਾਵਣ ਲੱਗੇ, ਮਲਕਾ ਕਿਉਂ ਗੁੱਸੇ ਵਿੱਚ ਆਵੇਂ, ਝੂਠ ਨਾਲ ਕਿਉਂ ਸੱਚ ਲੁਕਾਵੇਂ, ਮੈਂ ਇਸ ਭੇਦ ਨੂੰ ਜਾਣ ਗਿਆ ਹਾਂ, ਕਾਤਲ ਤਾਂ ਹੀ ਪਛਾਣ ਗਿਆ ਹਾਂ, ਤੇਰੇ ਸਾਥੀ ਸਭ ਹਥਿਆਰੇ, ਜ਼ਾਲਮ ਡਾਕੂ ਖੂਨੀ ਸਾਰੇ, ਖੂਨੋ ਖੂਨ ਹੈ ਭੋਜਨ ਤੇਰਾ, ਇਸ ਨੂੰ ਹੱਥ ਨਾ ਛੁਹਾਏ ਮੇਰਾ, ਜੋ ਤੂੰ ਵਿਹਲੇ ਝੋਟੇ ਪਾਲੇ, ਇਹ ਸਭ ਠੱਗ ਬਨਾਰਸ ਵਾਲੇ, ਜੋ ਤੂੰ ਵਿਹਲੇ ਝੋਟੇ ਪਾਲੇ, ਇਹ ਸਭ ਠੱਗ ਬਨਾਰਸ ਵਾਲੇ, ਜਿਸ ਦਾ ਸਾਹ ਖੋ ਕੇ ਤੂੰ ਜੀਵੇਂ, ਜਿਸ ਦਾ ਖੂਨ ਹਮੇਸ਼ਾ ਪੀਵੇਂ, ਜਿਸ ਦੇ ਸਿਰ 'ਤੇ ਮੌਜ ਉਡਾਵੇਂ, ਉਸਨੂੰ ਸ਼ੂਦਰ ਆਖ ਬੁਲਾਵੇਂ, ਉਸਨੂੰ ਸ਼ੂਦਰ ਆਖ ਬੁਲਾਵੇਂ, ਜਿਹੜਾ ਹੱਥੀਂ ਕਾਰ ਕਮਾਵੇ, ਦਸਾਂ ਨੋਹਾਂ ਦੀ ਕਰਕੇ ਖਾਵੇ, ਉਹ ਕਿਰਤੀ ਹੈ ਮੇਰਾ ਭਾਈ, ਜੱਗ ਕਰੇ ਉਸਦੀ ਵਡਿਆਈ, ਉਸਦਾ ਭੋਜਨ ਦੁੱਧ ਮਲਾਈ, ਉਸਦਾ ਭੋਜਨ ਦੁੱਧ ਮਲਾਈ, ਲਹੂ ਭਰੀ ਤੇਰੀ ਮਠਿਆਈ, ਲਹੂ ਭਰੀ ਤੇਰੀ ਮਠਿਆਈ। ਇਹ ਦਰਅਸਲ ਇਹਨਾਂ ਸ਼ਬਦਾਂ ਦੇ ਜਿਹੜੇ ਭਾਵ ਚਿੰਤਨ ਨੂੰ ਜਦੋਂ ਸਾਖੀਕਾਰ ਦੇ ਰੂਪ 'ਚ ਦੇਖਦੇ ਹਾਂ, ਬੜਾ ਜ਼ਮੀਨ ਅਸਮਾਨ ਦਾ ਅੰਤਰ ਹੈ, ਪਰ ਏਡਾ ਵੱਡਾ ਜਿਹੜਾ ਸੁਨੇਹਾ ਗੁਰੂ ਸਾਹਿਬ ਦਾ, ਉਹ ਗੁਰੂ ਨਾਨਕ ਚਿੰਤਨ ਦਾ, ਗੁਰੂ ਨਾਨਕ ਦਰਸ਼ਨ ਦਾ ਇੱਕ ਵਿਸ਼ਾ ਹੈ। ਸੋ ਡਾਕਟਰ ਅਸ਼ੋਕ ਖੁਰਾਨਾ, ਜਿਹੜੇ ਕਿ ਜਦੋਂ ਮੈਨੂੰ ਯਾਦ ਹੈ ਕਿ ਜਲੰਧਰ ਡੀ ਏ ਵੀ ਕਾਲਜ ਪੜ੍ਹਦਿਆਂ ਹੋਇਆਂ, ਉਦੋਂ ਤੋਂ ਲੈ ਕੇ ਇਹਨਾਂ ਨਾਲ ਬੜਾ ਪਿਆਰ ਸਤਿਕਾਰ ਰਿਹਾ ਕਿ ਗੁਰੂ ਨਾਨਕ ਸਾਹਿਬ ਦੇ ਮਨੁੱਖ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੀਤੇ ਜਾਂਦੇ ਪਖੰਡਾਂ ਦੇ ਵਿਰੋਧ ਦਾ ਜਿਹੜਾ ਕਿਰਦਾਰ ਹੈ, ਉਹ ਅੱਜ ਤੱਕ ਲਗਾਤਾਰ ਬਹੁਤ ਉਭਾਰਿਆ ਜਾਂਦਾ ਰਿਹਾ। ਪਰ ਅਸਲ ਗੱਲ ਇਸ ਤੋਂ ਅਲੱਗ ਹੈ ਕਿ ਗੁਰੂ ਨਾਨਕ ਸਾਹਿਬ ਪੂਰੇ ਵਿਸ਼ਵ ਦੇ ਸਾਹਮਣੇ ਕਿਸੇ ਅਜਿਹੇ ਮਨੁੱਖ ਦਾ ਮਾਡਲ ਪੇਸ਼ ਕਰਨਾ ਚਾਹੁੰਦੇ ਸੀ ਜੋ ਸਮੁੱਚੀ ਕਾਇਨਾਤ ਦੇ ਪ੍ਰਤੀ, ਸਮੁੱਚੇ ਬ੍ਰਹਿਮੰਡ ਦੇ ਪ੍ਰਤੀ ਆਪਣੀ ਸੁਹਿਰਦ ਪਹੁੰਚ ਰੱਖੇ। ਜਦੋਂ ਮੈਂ ਸਮੁੱਚੀ ਕਾਇਨਾਤ ਜਾਂ ਬ੍ਰਹਿਮੰਡ ਸ਼ਬਦ ਵਰਤਦਾ ਤਾਂ ਇਸਦਾ ਮਤਲਬ ਕੇਵਲ ਅਤੇ ਕੇਵਲ ਮਨੁੱਖ ਜਾਤੀ ਨਹੀਂ ਹੈ, ਇਸ ਪੂਰੀ ਪ੍ਰਕਿਰਤੀ ਦੇ ਵਿੱਚ ਜੋ ਕੁਝ ਵੀ ਵਿਦਵਾਨ ਹੈ, ਚਾਹੇ ਉਹ ਤਾਰੇ ਨੇ, ਚਾਹੇ ਉਹ ਸੂਰਜ ਹੈ, ਚਾਹੇ ਉਹ ਆਕਾਸ਼ ਹੈ, ਚਾਹੇ ਉਹ ਸਮੁੰਦਰ ਹੈ, ਚਾਹੇ ਉਹ ਪੰਛੀ ਨੇ, ਚਾਹੇ ਉਹ ਕੀੜੇ ਮਕੌੜੇ ਨੇ,
ਮੈਂ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਹੁੰਚ ਹੈ ਉਸ ਦੇ ਵਿੱਚ ਸਾਰੇ ਦੇ ਸਾਰੇ ਬ੍ਰਹਿਮੰਡ ਨੂੰ ਅਸੀਂ ਦੇਖ ਸਕਦੇ ਹਾਂ। ਕੋਈ ਵੀ ਬਾਣੀ ਦੀ ਸਤਰ ਅਜਿਹੀ ਨਹੀਂ, ਕੋਈ ਵੀ ਉਹਨਾਂ ਦਾ ਬਾਣੀ ਪਾਠ ਅਜਿਹਾ ਨਹੀਂ ਜਿੱਥੋਂ ਇਹ ਖੁਸ਼ਬੂ ਨਾ ਆਉਂਦੀ ਹੋਵੇ ਕਿ ਗੁਰੂ ਨਾਨਕ ਪੂਰੇ ਵਿਸ਼ਵੀ ਭਾਈਚਾਰੇ ਦੇ ਲਈ ਇੱਕ ਚਾਨਣ ਮੁਨਾਰਾ ਸਨ। ਔਰ ਅੱਜ ਦੇ ਦੌਰ ਦੇ ਵਿੱਚ ਇਹ ਗੱਲ ਹੋਰ ਵਧੇਰੇ ਮਹੱਤਵਸ਼ਾਲੀ ਹੈ ਔਰ ਪ੍ਰਸੰਗਿਕ ਸਾਬਤ ਹੋ ਰਹੀ ਹੈ। ਦੂਸਰਾ ਨੁਕਤਾ ਜਿਹੜਾ ਮੈਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਕਿ ਮਨੁੱਖਤਾ ਦੇ ਕੋਲ ਕਈ ਆਧਾਰ ਸਤੰਭ ਨੇ ਜਿਸ ਦੇ ਨਾਲ ਮਨੁੱਖਤਾ ਪ੍ਰਵਾਨ ਚੜ੍ਹਦੀ ਹੈ, ਅੱਗੇ ਤੋਂ ਅੱਗੇ ਵੱਧਦੀ ਹੈ। ਪਰ ਬੇਸਿਕ ਤੌਰ ਦੇ ਉੱਤੇ ਤਿੰਨ ਚਾਰ ਗੱਲਾਂ ਹੁੰਦੀਆਂ। ਇੱਕ ਤਾਂ ਮਨੁੱਖ ਸਮਾਜਿਕ ਪ੍ਰਾਣੀ ਹੈ, ਸਮਾਜ ਤੋਂ ਬਿਨਾਂ ਉਸਦਾ ਕੋਈ ਅਸਤਿਤਵ ਨਹੀਂ, ਇਹ ਆਪਾਂ ਸਾਰੇ ਸਮਝਦੇ ਹਾਂ। ਫਿਰ ਇਸੇ ਸਮਾਜ ਦੇ ਅੰਤਰਗਤ ਜਾਂ ਇਸੇ ਸਮਾਜ ਨੂੰ ਜਾਂ ਸੱਭਿਆਚਾਰ ਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਲਈ ਮਨੁੱਖ ਕਈ ਪ੍ਰਕਾਰ ਦੇ ਅਨੁਸ਼ਾਸਨ ਉਸਾਰ ਲੈਂਦਾ, ਜਿਨ੍ਹਾਂ ਦੇ ਵਿੱਚੋਂ ਰਾਜਨੀਤੀ ਵੀ ਇੱਕ ਅਨੁਸ਼ਾਸਨ ਹੈ, ਮੇਰੀ ਜਾਚੇ ਹੋ ਸਕਦਾ ਮੈਂ ਗਲਤ ਹੋਵਾਂ, ਧਰਮ ਵੀ ਇੱਕ ਅਨੁਸ਼ਾਸਨ ਹੈ ਜਿਹੜਾ ਮਨੁੱਖ ਦਾ ਹੀ ਪੈਦਾ ਕੀਤਾ ਹੋਇਆ, ਰਾਜਨੀਤੀ ਵੀ ਮਨੁੱਖ ਦੀ ਪੈਦਾ ਕੀਤੀ ਹੋਈ ਹੈ, ਸਮਾਜ ਵੀ ਮਨੁੱਖ ਦਾ ਪੈਦਾ ਕੀਤਾ ਹੋਇਆ, ਅਰਥਚਾਰਾ ਵੀ ਮਨੁੱਖ ਦਾ ਪੈਦਾ ਕੀਤਾ ਹੋਇਆ। ਅਰਥਾਤ ਆਪਣੇ ਜੀਵਨ ਨੂੰ ਜਾਂ ਆਪਣੇ ਜੀਵਨ ਢੰਗ ਨੂੰ ਹੋਰ ਅਗੇਰੇ ਤੋਂ ਅਗੇਰੇ ਸੌਖਾ ਬਣਾਉਣ ਲਈ, ਵਧੀਆ ਬਣਾਉਣ ਲਈ ਮਨੁੱਖ ਕਈ ਪ੍ਰਕਾਰ ਦੇ ਤੰਤਰ ਉਸਾਰਦਾ ਜਾਂਦਾ। ਉਹਨਾਂ ਤੰਤਰਾਂ ਨੂੰ ਉਸਾਰਦੇ ਹੋਇਆਂ ਹੀ ਕਈ ਪ੍ਰਕਾਰ ਦੀਆਂ ਊਣਤਾਈਆਂ, ਕਈ ਪ੍ਰਕਾਰ ਦੀਆਂ ਬਾਰੀਕੀਆਂ, ਪੇਚੀਦਗੀਆਂ ਉਹਦੇ ਵਿੱਚ ਅਜਿਹੀਆਂ ਸ਼ਾਮਿਲ ਹੋ ਜਾਂਦੀਆਂ ਕਿ ਮਨੁੱਖਤਾ ਮਨੁੱਖਤਾ ਦੀ ਵੈਰੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਖਿੱਤਿਆਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਖੰਡਾਂ ਦੇ ਵਿੱਚ, ਭਾਸ਼ਾਵਾਂ ਦੇ ਵਿੱਚ ਮਨੁੱਖ ਜਿਹੜਾ ਹੈ ਵਿਭਾਜਿਤ ਹੋ ਜਾਂਦਾ ਹੈ, ਜਿਹੜਾ ਕਿ ਅਕਾਲ ਪੁਰਖ ਦਾ ਅੰਸ਼ ਹੈ। ਸਮਾਂ ਪਾ ਕੇ ਉਹੀ ਬ੍ਰਹਿਮੰਡੀ ਅੰਸ਼, ਉਹੀ ਪਰਮਾਤਮਾ ਦਾ ਅੰਸ਼ ਛੋਟੇ ਛੋਟੇ ਖੰਡਾਂ ਦੇ ਵਿੱਚ ਵਿਭਾਜਿਤ ਹੋ ਜਾਂਦਾ ਹੈ। ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਜਿਹੜੀ ਪਹੁੰਚ ਹੈ ਉਹ ਉਸ ਖੰਡ ਖੰਡ ਹੋਈ ਚੇਤਨਾ ਵਾਲੇ ਮਨੁੱਖ ਨੂੰ ਫਿਰ ਸਮੱਗਰਤਾ ਦੇ ਵੱਲ ਲੈ ਕੇ ਆਉਣਾ। ਧਰਮ ਕਿਹੋ ਜਿਹਾ ਹੋਵੇ, ਗੁਰੂ ਨਾਨਕ ਸਾਹਿਬ ਉਸਦੀ ਸਿੱਖਿਆ ਦਿੰਦੇ ਨੇ। ਰਾਜਨੀਤੀ ਕਿਹੋ ਜਿਹੀ ਹੋਵੇ, ਗੁਰੂ ਨਾਨਕ ਸਾਹਿਬ ਉਹਦੇ ਬਾਰੇ ਆਪਣੇ ਉਪਦੇਸ਼ ਦਿੰਦੇ ਨੇ। ਮੈਂ ਪੰਜਾਬੀ ਲਿਖਾਰੀ ਸਭਾ ਸਿਆਟਲ ਨੂੰ ਰੀਪ੍ਰਜੈਂਟ ਕਰਨ ਲਈ ਇੱਥੇ ਐਜ਼ ਏ ਪ੍ਰੈਜੀਡੈਂਟ ਆਫ ਦੈਟ ਸਭਾ ਪਹੁੰਚਿਆ ਵਾਂ, ਅਤੇ ਸਾਡੀ ਇਹ ਪੰਜਾਬੀ ਲਿਖਾਰੀ ਸਭਾ 1992 ਵਿੱਚ ਸ਼ੁਰੂ ਹੋਈ ਸੀ, ਅਤੇ ਇੱਕ ਲਿਖਾਰੀ ਜਿਹੜੇ ਇਹਦੇ 'ਚ ਕਵਿਤਾਵਾਂ ਅਤੇ ਹੋਰ ਲਿਖਣ ਵਾਲੇ ਨਿਬੰਧ ਲਿਖਣ ਵਾਲੇ ਬੜੇ ਸੱਜਣ ਨੇ, ਜਿਨ੍ਹਾਂ ਨੇ ਕੁਝ 50 ਕੁ ਕਿਤਾਬਾਂ ਰਲ ਕੇ ਲਿਖੀਆਂ ਨੇ ਅਤੇ ਜੋ ਛਪੀਆਂ ਹੋਈਆਂ ਨੇ। ਇੱਕ ਸੱਭਿਆਚਾਰਕ ਲਿਖਾਰੀ ਅਤੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਉਹਨਾਂ ਦਾ ਇੱਕ ਰਿਸ਼ਤਾ, ਗਾੜਾ 'ਚ ਰਿਸ਼ਤਾ ਹੁੰਦਾ ਇੱਕ ਲਿਖਾਰੀ ਅਤੇ ਗੁਰੂ ਨਾਨਕ ਦੇਵ ਜੀ ਦਾ। ਗੁਰੂ ਸਾਹਿਬ ਪਹਿਲੇ ਲਿਖਾਰੀ ਸਨ ਕੇਵਲ ਸੱਚ ਦੇ ਜਾਂ ਪਰਮਾਤਮਾ ਦੇ ਗੁਣ ਗਾਉਣ ਦੇ। ਅਸੀਂ ਹਰ ਜਦੋਂ ਲੈਟਰ ਪੇਡ ਪੜ੍ਹਦੇ ਹਾਂ ਨਾ, ਹਰ ਇੱਕ ਉੱਥੇ ਲਿਖਿਆ ਹੁੰਦਾ ਧੰਨ ਲਿਖਾਰੀ ਨਾਨਕਾ। ਸੋ ਲਿਖਾਰੀ, ਅਸੀਂ ਲਿਖਾਰੀ, ਤੁਸੀਂ ਜਾਂ ਸਾਰੇ ਇੱਥੇ ਬੋਲਣ ਵਾਲੇ, ਅਸੀਂ ਉਹਨਾਂ ਦੇ ਪੈਰੋਕਾਰ ਹੈਗੇ ਹਾਂ। ਗੁਰੂ ਨਾਨਕ ਦੇਵ ਜੀ ਨੇ ਕੀਰਤਨ ਰਾਹੀਂ ਪ੍ਰਚਾਰ ਕੀਤਾ, ਸ਼ਬਦ ਰਾਹੀਂ ਗੁਣਗਾਨ ਕੀਤਾ, ਆਪਣੇ ਆਪ ਨੂੰ ਆਖਿਆ ਹੋ ਢਾਡੀ ਵਿਕਾਰ ਕਾਰੇ ਲਾਇਆ, ਹੈਗਾ ਤਾਂ ਮੈਂ ਗੁਣਗਾਨ ਲਈ ਹਾਂ ਪਰ ਮੈਨੂੰ ਸੰਸਾਰ ਦੀ ਸੇਵਾ ਕਰਨ ਲਈ
ਇੱਥੋਂ ਸਨ, ਮੈਂ ਆਪਣੀ ਸੇਵਾ ਪਰਮਾਤਮਾ ਨੇ ਮੈਨੂੰ ਦਿੱਤੀ ਹੈ। ਸੋ ਉਹਨਾਂ ਦਾ ਆਪਣਾ ਵਿਸ਼ਾ ਸੀ ਵੀ ਬੇਗਮਪੁਰਾ ਇੱਕ ਵਸਾਉਣ ਦਾ, ਜਿਵੇਂ ਆਪਾਂ ਗੁਰਬਾਣੀ 'ਚ ਭਗਤ ਰਵਿਦਾਸ ਜੀ ਨੇ ਲਿਖਿਆ ਹੈ, ਜਿੱਥੇ ਕੋਈ ਦੁੱਖ ਅੰਦੇਸ਼ ਨਹੀਂ ਤੇ ਠਾਓ। ਜਦੋਂ ਵੇਹੀ ਨਦੀ ਤੋਂ ਬਾਹਰ ਨਿਕਲੇ ਨੇ ਤਾਂ ਉਹਨਾਂ ਇੱਕ ਇਨਕਲਾਬੀ ਨਾਰਾ ਲਾਇਆ, ਹਿੰਦੂ ਨਾ ਹਿੰਦੂ ਨਾ ਕੋਈ ਮੁਸਲਮਾਨ। ਸੋ ਆਪਾਂ ਇੱਕ ਤਾਂ ਗਲੋਬਲ ਲੈਵਲ 'ਤੇ ਸੋਚਦੇ ਹਾਂ ਕਿ ਉਸ ਵੇਲੇ ਨਾ ਕੋਈ ਹਿੰਦੂ ਨਾ ਮੁਸਲਮਾਨ, ਇੱਕ ਅਜਿਹਾ ਨਾਰਾ ਸੀ ਵੀ ਮਾਨਸ ਕੀ ਜਾਤ ਸਭ ਏਕੇ ਪਹਿਚਾਣਵੋ, ਇਸ ਵਿਸ਼ੇ 'ਤੇ। ਦੂਸਰਾ ਇਹ ਵੀ ਸੀ ਜੋ ਮੇਰਾ ਖਿਆਲ ਹੈ ਵੀ ਨਾ ਹਿੰਦੂ ਸੱਚਾ ਹਿੰਦੂ ਹੈ ਨਾ ਮੁਸਲਮਾਨ ਸੱਚਾ ਮੁਸਲਮਾਨ ਹੈ, ਤਾਂ ਸਾਰੇ ਬਰਾਬਰ ਹੀ ਨੇ। ਸੋ ਅਸੀਂ ਵੀ ਜੇ ਅਗਿਆਨੀ ਹਾਂ ਤਾਂ ਸਾਰੇ ਬਰਾਬਰ ਹੀ ਹਾਂ, ਇਸ ਤਰ੍ਹਾਂ ਉਹਨਾਂ ਦਾ ਦੂਸਰਾ ਵਿਚਾਰ ਹੋ ਸਕਦਾ ਹੈ। ਉਸ ਵੇਲੇ ਉਹਨਾਂ ਨੇ ਬ੍ਰਾਹਮਣਾਂ ਅਤੇ ਉਹਨਾਂ ਦੇ ਵਿਚਾਰ ਦੇ ਵਿਰੁੱਧ ਯੁੱਧ ਲੜਿਆ। ਗੁਰੂ ਨਾਨਕ ਬਾਣੀ ਨੂੰ ਹਰ ਵਿਦਵਾਨ ਆਪੋ ਆਪਣੀ ਦ੍ਰਿਸ਼ਟੀ ਤੋਂ ਅਧਿਐਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਔਰ ਇਹੀ ਸਭ ਤੋਂ ਵੱਡੀ ਕਮਾਲ ਹੈ ਕਿ ਜਦੋਂ ਅਸੀਂ ਬਾਣੀ ਦਾ ਅਧਿਐਨ ਕਰਦੇ ਹਾਂ ਤਾਂ ਜਿੱਥੇ ਇੱਕ ਪਾਸੇ ਸ਼ਰਧਾ ਅਤੇ ਵਿਸ਼ਵਾਸ ਹੈ, ਉੱਥੇ ਜਦੋਂ ਅਸੀਂ ਅਧਿਐਨ ਅਤੇ ਅਧਿਆਪਨ ਦੀ ਗੱਲ ਕਰਦੇ ਹਾਂ ਤਾਂ ਉਹਦੀ ਦ੍ਰਿਸ਼ਟੀ ਦੇ ਕਈ ਜ਼ਾਵੀਏ ਹੋ ਸਕਦੇ ਨੇ, ਪਰ ਗੱਲ ਇੱਕੋ ਹੀ ਆਉਂਦੀ ਹੈ, ਇੱਕ ਵਿਚਾਰ ਅਤੇ ਦੂਸਰਾ ਸੰਵਾਦ। ਬਾਣੀ ਦੇ ਵਿੱਚ ਵਿਚਾਰ ਹੈ, ਸੋਚ ਹੈ, ਅਤੇ ਫਿਰ ਉਸ ਦਾ ਸੰਵਾਦ ਹੈ ਵੱਖੋ ਵੱਖਰੇ ਧਰਮਾਂ ਨਾਲ, ਵੱਖੋ ਵੱਖਰੇ ਫਿਰਕਿਆਂ ਨਾਲ, ਵੱਖੋ ਵੱਖਰੇ ਪੈਰੋਕਾਰਾਂ ਨਾਲ। ਉਹ ਡਾਇਲੋਗ ਹੀ ਦਿੱਤਾ ਗੁਰੂ ਸਾਹਿਬ ਨੇ ਸਾਨੂੰ, ਅਤੇ ਇੱਕ ਵਿਚਾਰ ਦਿੱਤਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿੰਨਾ ਕੁ ਮਨੁੱਖੀ ਦਿਮਾਗ ਸੋਚ ਸਕਦਾ ਹੈ ਉਸ ਤੋਂ ਵੀ ਕਿਤੇ ਜ਼ਿਆਦਾ ਉਸਦੇ ਫੇਸਟ ਨੇ, ਉਸ ਤੋਂ ਵੀ ਕਿਤੇ ਜ਼ਿਆਦਾ ਉਸਦੇ ਪਰਫੇਕ ਨੇ, ਉਸ ਤੋਂ ਵੀ ਕਿਤੇ ਜ਼ਿਆਦਾ ਉਸਦੀ ਵਿਲੱਖਣਤਾ ਹੈ। ਬੜੇ ਧਾਰਮਿਕ ਲੀਡਰ ਹੋਏ ਨੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਕਿਸੇ ਵੀ ਧਾਰਮਿਕ ਨੇਤਾ ਨੇ ਧਰਮ ਦੇ ਬਾਰੇ ਗੱਲ ਜ਼ਰੂਰ ਕੀਤੀ, ਬੜੇ ਵੱਡੇ ਪੱਧਰ 'ਤੇ ਕੀਤੀਆਂ, ਪਰ ਸ਼ਾਇਦ ਹੀ ਕੋਈ ਧਾਰਮਿਕ ਲੀਡਰ ਹੋਊਗਾ ਜਿਹਨੇ ਪੋਲੀਟਿਕਸ ਦੀ ਗੱਲ ਕੀਤੀ, ਸਟੇਟ ਦੀ ਗੱਲ ਕੀਤੀ, ਸੁਸਾਇਟੀ ਦੀ ਗੱਲ ਕੀਤੀ, ਅਤੇ ਇਕੋਨਮੀ ਦੀ ਗੱਲ ਸ਼ਾਇਦ ਕਿਸੇ ਵੀ ਧਾਰਮਿਕ ਨੇਤਾ ਨੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਨਹੀਂ ਕੀਤੀ। ਦੂਸਰੀ ਗੱਲ ਗੁਰੂ ਨਾਨਕ ਦੇਵ ਜੀ ਬਾਰੇ ਕਿ ਗੁਰੂ ਨਾਨਕ ਦੇਵ ਜੀ ਨੇ ਡਿਵੋਸ਼ਨ ਨੂੰ ਮਿਊਜ਼ਿਕ ਦੇ ਨਾਲ ਜੋੜਿਆ, ਇਮੋਸ਼ਨ ਅਤੇ ਲੌਜਿਕ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹੋਰ ਧਾਰਮਿਕ ਨੇਤਾ ਨੇ ਇਮੋਸ਼ਨ ਅਤੇ ਲੌਜਿਕ ਨੂੰ ਇਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਇਹਦਾ ਆਪਸ ਦੇ ਵਿੱਚ ਬਰਾਬਰਤਾ ਲਿਆਂਦੀ ਹੋਊਗੀ ਕਿ ਇੱਕ ਪਾਸੇ ਇਮੋਸ਼ਨ ਹੈ ਅਤੇ ਦੂਸਰੇ ਪਾਸੇ ਲੌਜਿਕ ਹੈ, ਇੱਕ ਪਾਸੇ ਡਿਵੋਸ਼ਨ ਹੈ ਦੂਸਰੇ ਪਾਸੇ ਰਬਾਬ ਹੈ, ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਬੈਲੈਂਸ ਲਿਆਂਦਾ ਹੈ। ਬੜੀ ਅਜੀਬ, ਸਾਡੇ ਘੱਟੋ ਘੱਟ ਸਾਡੀ ਸਮਝ ਤੋਂ ਬਾਹਰ ਦੀ ਗੱਲ ਹੈ, ਪਰ ਗੁਰੂ ਨਾਨਕ ਦੇਵ ਜੀ ਦੀ ਇਹ ਵਿਲੱਖਣਤਾ ਹੈ ਕਿ ਇਮੋਸ਼ਨ ਅਤੇ ਲੌਜਿਕ, ਡਿਵੋਸ਼ਨ ਅਤੇ ਮਿਊਜ਼ਿਕ ਹੈ ਜਿਹੜਾ ਇਸ ਨੂੰ ਇਸ ਤਰੀਕੇ ਦੇ ਨਾਲ ਜੋੜਿਆ। ਤੀਸਰੀ ਸਭ ਤੋਂ ਵੱਡੀ ਅਤੇ ਆਖਰੀ ਗੱਲ ਇਹ ਹੈ ਕਿ ਬੜੇ ਧਾਰਮਿਕ ਨੇਤਾ ਹੋਏ, ਬੜੇ ਰਾਜਨੀਤਿਕ ਨੇਤਾ ਹੋਏ, ਜਿਸ ਤਰ੍ਹਾਂ ਦੀ ਗੱਲ ਹਿਊਮਨ ਰਾਈਟਸ ਦੀ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ, ਸ਼ਾਇਦ ਕਿਸੇ ਵੱਲੋਂ ਵੀ ਉਸ ਤਰ੍ਹਾਂ ਦੀ ਵਿਆਖਿਆ, ਉਸ ਤਰ੍ਹਾਂ ਦੀ ਸਮਝ, ਉਸ ਤਰ੍ਹਾਂ ਦੀ ਸੂਖਮਤਾ ਦੀ ਨਜ਼ਰ ਨਾਲ ਵੇਖਣ ਦੀ ਸ਼ਾਇਦ ਗੱਲ ਨਹੀਂ ਹੋ ਸਕੀ। ਰਿਜ਼ਕ ਦੀ ਗੱਲ ਹੈ, ਲੇਬਰ ਦੀ ਗੱਲ ਹੈ, ਕਲਚਰ ਦੀ ਗੱਲ ਹੈ, ਅਤੇ ਚਾਹੇ ਜੁਰਮ ਅਤੇ ਜੁਰਮਾਨਿਆਂ ਦੇ ਵਿਰੁੱਧ ਦੀ ਗੱਲ ਹੈ। ਗੁਰੂ ਨਾਨਕ ਦੇਵ ਜੀ ਤੋਂ ਚੱਲਦਾ ਹੈ ਇੱਕ ਜਨੇਊ ਦਾ ਸਫ਼ਰ, ਸ਼ਾਇਦ ਦਿਲਨਿਜਰ ਜੀ ਨੇ ਗੱਲ ਕੀਤੀ ਸੀ ਕਿ ਗੁਰੂ ਨਾਨਕ ਜੀ ਨੇ ਜਨੇਊ ਨਹੀਂ ਪਾਇਆ। ਗੁਰੂ ਨਾਨਕ ਜੀ ਦਾ ਸ਼ਾਇਦ ਜਨੇਊ ਦੇ ਨਾਲ ਕੋਈ ਰੌਲਾ ਨਹੀਂ ਸੀ, ਗੁਰੂ ਨਾਨਕ ਦੇਵ ਜੀ ਦਾ ਓਪਰੇਸ਼ਨ ਦੇ ਨਾਲ, ਓਪਰੇਸ਼ਨ ਦੇ ਅਗੇਂਸਟ ਸੀ ਮੇਰਾ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਜਨੇਊ ਧੱਕੇ ਨਾਲ ਪਾਉਣ ਦੇ ਖਿਲਾਫ ਨੇ, ਅਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਧੱਕੇ ਨਾਲ ਜਨੇਊ ਲਾਉਣ ਦੇ ਖਿਲਾਫ ਨੇ।
ਉਹ ਔਰੰਗਜ਼ੇਬ ਦੇ ਖਿਲਾਫ਼ ਬੋਲਦੇ ਨੇ ਜਨੇਊ ਲਾਉਣ ਕਰਕੇ, ਮੇਰਾ ਗੁਰੂ ਨਾਨਕ ਧੱਕੇ ਨਾਲ ਜਨੇਊ ਪਾਉਣ ਦੇ ਖਿਲਾਫ਼ ਬੋਲਦਾ ਹੈ। ਸੋ ਗੁਰੂ ਨਾਨਕ ਦੇਵ ਜੀ ਦੀ ਇਹ ਪਰੰਪਰਾ ਸਾਰੇ ਗੁਰੂ ਸਾਹਿਬਾਨ ਦੇ ਰੂਪ ਦੇ ਵਿੱਚ ਹੁੰਦੀ ਹੋਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਆਉਂਦੀ ਆ। ਮੁੜ ਕੇ ਇਹੀ ਪਰੰਪਰਾ ਸੀ, ਇਹੀ ਓਪਰੇਸ਼ਨ ਦੇ ਉਲਟ ਸੀ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ 121 ਫਾਂਸੀਆਂ ਦੇ ਵਿੱਚੋਂ 93 ਸਾਡੇ ਹਿੱਸੇ ਆਈਆਂ, 2626 ਲਾਈਫ ਇੰਪ੍ਰਿਜਨਮੈਂਟ ਦੇ ਵਿੱਚੋਂ 2147 ਤੁਹਾਡੇ ਹਿੱਸੇ ਆਈ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਉਸ ਜ਼ਿਆਦਤੀ ਦੇ ਵਿਰੁੱਧ ਪਰੰਪਰਾ ਸੀ ਜਿਹੜੀ, ਉਸ ਦਾ ਹੀ ਇੱਕ ਨਤੀਜਾ ਸੀ ਕਿ ਤੁਸੀਂ ਚਾਹੇ ਸ਼ਹੀਦੀਆਂ ਦੇ ਰੂਪ 'ਚ ਚਾਹੇ ਲਾਈਫ ਇੰਪ੍ਰਿਜਨਮੈਂਟ ਦੇ ਰੂਪ ਦੇ ਵਿੱਚ ਕਦੇ ਵੀ ਕਿਸੇ ਗੁਲਾਮੀ ਨੂੰ ਸਵੀਕਾਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦਿੱਤਾ ਹੈ, ਚਾਹੇ ਉਹ ਭਾਰਤ ਦੇ ਵਿੱਚ ਸੀ ਚਾਹੇ ਇੱਥੇ ਹੈ। ਮੇਰੀ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਇਹ ਅੱਜ ਪਹਿਲਾ ਦਿਨ ਸੀ, ਜੇ ਤੁਸੀਂ ਪਹਿਲੇ ਦਿਨ ਹੀ ਇਸ ਤਰ੍ਹਾਂ ਦੀ ਸੋਚ ਰੱਖਦੇ ਹੋ, ਡੈਫੀਨੇਟਲੀ ਇਹ ਖਾਲਸਾ ਯੂਨੀਵਰਸਿਟੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਿਹੜਾ ਫਿਊਚਰ ਹੈ ਬਹੁਤ ਹੀ ਵਧੀਆ ਹੈ। ਇਸ ਦੇ ਲਈ ਸਾਰਿਆਂ ਨੂੰ, ਮਨਜੀਤ ਸਿੰਘ ਧਾਲੀਵਾਲ ਜੀ ਨੂੰ, ਡਾਕਟਰ ਅੰਮ੍ਰਿਤਪਾਲ ਕੌਰ ਜੀ ਨੂੰ, ਡਾਕਟਰ ਗੁਰਨਾਮ ਸਿੰਘ ਜੀ ਨੂੰ, ਡਾਕਟਰ ਰੂਪ ਸਿੰਘ ਜੀ ਨੂੰ, ਇਸ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ। ਅੱਜ ਦਾ ਮੰਤਵ ਹੈ ਖਾਲਸਾ ਯੂਨੀਵਰਸਿਟੀ ਦੀ ਜਿਹੜੀ ਕਾਰਜਾਂ ਦੀ ਆਰੰਭਤਾ ਦੀ ਅਰਦਾਸ ਹੈ, ਉਸ ਦੇ ਉੱਤੇ ਜਿਹੜਾ ਇਹ ਸੰਵਾਦ ਰਚਾਇਆ ਬੜਾ ਅਹਿਮ ਹੈ ਔਰ ਸਾਡੇ ਲਈ ਇਹ ਮਾਣ ਵਾਲੀ ਹੋਏਗੀ। ਪੁਸ਼ਤਾਂ ਤੱਕ ਤੁਸੀਂ ਕਿਹਾ ਕਰੋਗੇ ਇਸ ਨੂੰ ਸਧਾਰਨ ਕਾਨਫਰੰਸਾਂ ਦੇ ਨਾਲ ਨਾ ਲੈਣਾ ਕਿ ਜੀ 5 ਮਿੰਟ ਲੇਟ ਹੋ ਗਈ ਜਾਂ 7 ਮਿੰਟ ਲੇਟ ਹੋ ਗਈ। ਇਹ ਜੋ ਕੰਮ ਅੰਦਰ ਵੀ ਹੋ ਰਿਹਾ ਸੀ ਉਹ ਵੀ ਇੱਕ ਧਾਰਮਿਕ ਪ੍ਰਕਿਰਿਆ ਸੀ ਔਰ ਉਸ ਨੂੰ ਸੰਪੰਨ ਕਰਨਾ ਬੜਾ ਜ਼ਰੂਰੀ ਸੀ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਉਹਨੂੰ ਡਿਜ਼ਾਇਨ ਕੀਤਾ ਉਸੇ ਤਰ੍ਹਾਂ ਹੀ ਉਹ ਸਾਰਾ ਸਮਾਂ ਕੁਝ ਹੈਪਨ ਹੋਣਾ, ਜਿਸ ਵੇਲੇ ਅਰਦਾਸ ਹੋਣੀ ਹੈ ਉਹ ਉਸ ਵੇਲੇ ਹੀ ਹੋਣੀ ਹੈ। ਉਸ ਨੂੰ ਨਾ ਅਸੀਂ ਅੱਗੇ ਕਰ ਸਕਦੇ ਹਾਂ ਨਾ ਪਿੱਛੇ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਆਹ ਜੋ ਤੁਸੀਂ ਕਰ ਰਹੇ ਹੋ, ਤੁਸੀਂ ਵੀ ਆਪਣੀਆਂ ਪੁਸ਼ਤਾਂ ਨੂੰ ਦੱਸਿਆ ਕਰੋਗੇ ਕਿ ਉੱਥੇ ਜਿਹੜੀ ਖਾਲਸਾ ਯੂਨੀਵਰਸਿਟੀ ਬਣੀ ਸੀ ਉਸ ਵੇਲੇ ਜਿਹੜੀ ਕਾਨਫਰੰਸ ਹੋਈ ਸੀ ਉਹਦੇ ਵਿੱਚ ਮੈਂ ਵੀ ਹਾਜ਼ਰ ਸੀ। ਉਹ ਦੇਖੋ ਪਿੱਛੇ ਮੇਰੀ ਫੋਟੋ, ਲੱਭ ਲੱਭ ਕੇ ਆਪਣੀਆਂ ਪੁਸ਼ਤਾਂ ਨੂੰ ਦੱਸਿਆ ਕਰੋਗੇ, ਮੈਨੂੰ ਇਹ ਯਕੀਨ ਹੈ। ਔਰ ਜਿੰਨੇ ਵੀ ਇੱਥੇ ਪਾਤਰ ਹਾਜ਼ਰ ਹੋਏ ਨੇ ਉਹਨਾਂ ਸਾਰਿਆਂ ਦੇ ਮੈਂ ਨਾਮ ਨਹੀਂ ਲੈ ਸਕਦਾ, ਪਰ ਮੈਨੂੰ, ਮੈਂ ਸਾਰਿਆਂ ਦੇ ਚਰਨਾਂ ਵਿੱਚ ਸੀਸ ਰੱਖ ਕੇ ਮਨਜੀਤ ਸਿੰਘ ਧਾਲੀਵਾਲ ਹੋਰਾਂ ਕੋਲੋਂ, ਵਾਟਕਮ ਕਾਊਂਟੀ ਦੀਆਂ ਸਾਰੀਆਂ ਸੰਗਤਾਂ ਦੇ ਕੋਲੋਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਇਹੋ ਜਿਹਾ ਮੌਕਾ ਤੁਹਾਡੀ ਜ਼ਿੰਦਗੀ 'ਚ ਵਾਰ ਵਾਰ ਨਹੀਂ ਆਉਣਾ। ਡਾਕਟਰ ਕੁਲਵੰਤ ਸਿੰਘ ਜੀ ਇੱਥੇ ਡੀਨ, ਰਿਟਾਇਰਡ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਇਹਦੇ ਨਾਲ ਹੀ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਤੋਂ ਇੰਦਰਜੀਤ ਸਿੰਘ ਜੀ ਗਰੇਵਾਲ, ਇਹਨਾਂ ਨੂੰ ਬੇਨਤੀ ਹੈ। ਔਰ ਇਹਨਾਂ ਦੇ ਨਾਲ ਹੀ ਸਾਡੇ ਪਿਆਰੇ ਵੀਰ ਸਰਦਾਰ ਦਲਬੀਰ ਦਿਲ ਨਿੱਜਰ ਜੀ, ਇਹ ਬਹੁਤ ਦੂਰ ਤੋਂ ਬੜੇ ਬਹੁਤ ਸਹਿਯੋਗੀ ਨੇ ਔਰ ਇਹਨਾਂ ਦੇ ਸਹਿਯੋਗ ਦੀ ਅਜੇ ਸ਼ੁਰੂਆਤ ਹੋਈ ਹੈ, ਇਹਨਾਂ ਦੇ ਸਹਿਯੋਗ ਦੀ ਇਹ ਸ਼ੁਰੂਆਤ ਹੋਈ ਹੈ। ਔਰ ਅਸੀਂ ਚਾਹਾਂਗੇ ਕਿ ਸਾਰੀਆਂ ਜਿਹੜੀਆਂ ਸੰਗਤਾਂ ਨੇ ਇਹੋ ਜਿਹੀਆਂ ਉਹ ਖਾਲਸਾ ਯੂਨੀਵਰਸਿਟੀ ਨੂੰ ਪੂਰਨ ਸਹਿਯੋਗ ਦੇਣ। ਇੰਦਰਜੀਤ ਸਿੰਘ ਜੀ ਗਰੇਵਾਲ, ਦਲਬੀਰ ਸਿੰਘ ਜੀ ਦਿਲ ਨਿੱਜਰ, ਸਰਦਾਰ ਜੇ ਬੀ ਸਿੰਘ ਜੀ ਸਭ ਤੋਂ ਪਹਿਲਾਂ ਸਨਮਾਨ ਕਰੀਏ। ਪ੍ਰੋਫੈਸਰ ਅਮਰੀਕ ਸਿੰਘ ਜੀ ਫੁੱਲ ਔਰ ਇਹਨਾਂ ਦੇ ਨਾਲ ਹੀ ਆ ਜਾਣ, ਸਾਡੇ ਮਾਨਯੋਗ ਪ੍ਰੋਫੈਸਰ ਗੁਰਦੇਵ ਸਿੰਘ ਜੀ ਫੁੱਲ ਆ ਜਾਣ, ਉਹਨਾਂ ਦਾ ਸਨਮਾਨ ਹੋਏਗਾ ਜਿਨ੍ਹਾਂ ਨੇ ਪੇਪਰ ਪ੍ਰਸਤੁਤ ਕੀਤਾ ਹੈ ਕੈਨੇਡਾ ਵਿੱਚ ਗੁਰਮਤਿ ਸੰਗੀਤ ਦੀ ਡਿਵੈਲਪਮੈਂਟ ਆਫ ਗੁਰਮਤਿ ਸੰਗੀਤ ਇਨ ਕੈਨੇਡਾ। ਗੁਰਮਤਿ ਸੰਗੀਤ ਸਿੱਖਿਆ ਔਰ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਇਹਨਾਂ ਨੇ ਗੁਰਮਤਿ ਸੰਗੀਤ ਸਿਖਾਇਆ। ਪ੍ਰੋਫੈਸਰ ਦਲਬੀਰ ਸਿੰਘ ਜੀ ਕੈਲੀਫੋਰਨੀਆ, ਡਾਕਟਰ ਕੁਲਦੀਪ ਸਿੰਘ ਜੀ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਸਾਡੇ ਹੋਣਹਾਰ ਵਿਦਵਾਨ ਨੇ ਸੈਨ ਹੋਜ਼ੇ ਤੋਂ, ਇਹਨਾਂ ਨੇ ਇੱਥੇ ਯੂ ਐੱਸ ਏ ਤੋਂ ਆਪਣਾ ਪਰਚਾ ਜਿਹੜਾ ਹੈ ਖੋਜ ਪੱਤਰ ਪ੍ਰਸਤੁਤ ਕੀਤਾ ਸੀ।
ਬਹੁਤ ਅੱਛੇ ਵਿਦਵਾਨ ਨੇ ਔਰ ਇੰਟਰਫੇਥ ਦੇ ਵਿੱਚ ਬਹੁਤ ਅੱਛਾ ਬੋਲ ਰਹੇ ਨੇ। ਇਹਨਾਂ ਨੂੰ ਸਾਰਿਆਂ ਨੇ ਅਸੀਸਾਂ ਵੀ ਦੇਣੀਆਂ ਨੇ ਔਰ ਹੌਸਲਾ ਅਫਜ਼ਾਈ ਵੀ ਕਰਨੀ ਆ। ਔਰ ਇਸ ਯੰਗ ਮੈਨ 'ਤੇ ਸਾਨੂੰ ਬਹੁਤ ਬਹੁਤ ਮਾਣ ਹੈ। ਡਾਕਟਰ ਗਗਨਦੀਪ ਸਿੰਘ ਨੇ ਗੁਰਮਤਿ ਸੰਗੀਤ, ਡਾਕਟਰ ਗਗਨਦੀਪ ਸਿੰਘ ਜੀ, ਔਰ ਇਹਦੇ ਨਾਲ ਹੀ ਅਸੀਂ ਤੁਸੀਂ ਵੇਖ ਰਹੇ ਹੋ ਕਿ ਭਾਰਤ ਤੋਂ ਸਾਡੇ ਕੋਲ ਆਏ ਨੇ ਡਾਕਟਰ ਅਸ਼ੋਕ ਖੁਰਾਨਾ ਜੀ, ਔਰ ਆਪਣੇ ਨਾਲ ਇਹ ਪੁਸਤਕਾਂ ਵੀ ਲਿਆਏ ਨੇ। ਔਰ ਪੁਸਤਕਾਂ ਜਿਹੜੀ ਵਿਸ਼ਵ ਦੀ ਸਭ ਤੋਂ ਵੱਡੀ ਪੰਜਾਬੀ ਦੀ ਲਾਇਬ੍ਰੇਰੀ ਹੋਏਗੀ, ਵਿਸ਼ਵ ਦੀ ਸਭ ਤੋਂ ਵੱਡੀ। ਦੇਖੋ ਤੁਸੀਂ ਤਾੜੀ ਮਾਰਨੀ ਹੈ, ਹੋਰ ਕੁਛ ਨਹੀਂ ਕਰਨਾ। ਵਿਸ਼ਵ ਦੀ ਸਭ ਤੋਂ ਵੱਧ ਸਭ ਤੋਂ ਵੱਡੀ ਲਾਇਬ੍ਰੇਰੀ ਸਥਾਪਿਤ ਕਰਨ ਦੇ ਅਹਿਦ ਨਾਲ ਅੱਜ ਡਾਕਟਰ ਮਨਜੀਤ ਸਿੰਘ ਹੋਰਾਂ ਨੇ ਸ਼ੁਰੂਆਤ ਕੀਤੀ ਹੈ, ਔਰ ਦੂਸਰੇ ਵਿਦਵਾਨ ਡਾਕਟਰ ਅਸ਼ੋਕ ਖੁਰਾਨਾ ਹੋਰਾਂ ਨੇ ਸ਼ੁਰੂਆਤ ਕੀਤੀ ਹੈ। ਅਸੀਂ ਵਿਦਵਾਨਾਂ ਨੂੰ ਵੀ ਸੱਦਾ ਦਿੰਦੇ ਹਾਂ, ਪ੍ਰਕਾਸ਼ਕਾਂ ਨੂੰ ਵੀ ਸੱਦਾ ਦਿੰਦੇ ਹਾਂ, ਰਾਈਟਰਸ ਨੂੰ ਵੀ ਸੱਦਾ ਦਿੰਦੇ ਹਾਂ ਕਿ ਆਪੋ ਆਪਣੀਆਂ ਪੁਸਤਕਾਂ ਦੀਆਂ ਜਿਹੜੀਆਂ ਕਾਪੀਜ਼ ਨੇ ਦਿਓ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਸੀਂ ਇੱਕ ਜਿਹੜਾ ਇਤਿਹਾਸਕ ਜਿਹੜਾ ਸਥਾਨ ਹੈ ਉਸ ਦੀ ਸਿਰਜਣਾ ਕਰ ਸਕੀਏ ਤੁਹਾਡੇ ਸਹਿਯੋਗ ਦੇ ਨਾਲ। ਔਰ ਇਸ ਦਾ ਮੰਚ ਦਾ ਸੰਚਾਲਨ ਕਰ ਰਹੇ ਸੀ, ਔਰ ਬਹੁਤ ਸਾਰੀਆਂ ਕਾਨਫਰੰਸਿਸ ਇਹਨਾਂ ਨੇ ਕੈਨੇਡਾ ਵਿੱਚ ਆਯੋਜਿਤ ਕਰ ਰਹੇ ਨੇ। ਸਾਡੇ ਬਹੁਤ ਹੀ ਪਿਆਰੇ ਵੀਰ ਡਾਕਟਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਦੀ ਜਿੰਨੀ ਤਾਰੀਫ ਕੀਤੀ ਜਾਏ ਓਨੀ ਥੋੜ੍ਹੀ ਹੈ, ਤਾਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਡਾਕਟਰ ਰੂਪ ਸਿੰਘ ਜੀ, ਔਰ ਸਾਡੇ ਮਾਣਯੋਗ ਡਾਕਟਰ ਮਨਜੀਤ ਸਿੰਘ ਜੀ ਸਨਮਾਨਿਤ ਕਰ ਰਹੇ ਨੇ। ਮੇਰੇ ਖਿਆਲ ਦੇ ਵਿੱਚ ਜੋ ਮੈਨੂੰ ਲਿਸਟ ਦਿੱਤੀ ਗਈ ਸੀ ਉਸ ਮੁਤਾਬਕ ਸਾਰਿਆਂ ਦੇ ਸਨਮਾਨ ਹੋ ਗਏ। ਸਮੇਂ ਅਤੇ ਸਮਾਂ ਅਜੀਬ ਹੁੰਦਾ, ਕੌਣ ਜਾਣਦਾ ਸਮੇਂ ਦੀ ਸਾਰ ਵੀਰੋ, ਕਦੇ ਸਮਾਂ ਪੱਤਝੜ ਬਣ ਜਾਂਦਾ, ਕਦੇ ਬਣ ਕੇ ਆਵੇ ਬਹਾਰ ਵੀਰੋ, ਕਦੇ ਲੰਘਿਆ ਸਮਾਂ ਨਹੀਂ ਮੁੜ ਆਉਂਦਾ, ਪਿੱਛੋਂ ਸੋਚਣਾ ਹੁੰਦਾ ਬੇਕਾਰ ਯਾਰੋ ਵੀਰੋ, ਜਿਹੜਾ ਅੱਜ ਸਮਾਂ ਉਹ ਨਹੀਂ ਕੱਲ੍ਹ ਹੋਣਾ, ਨਹੀਂ ਕੱਲ੍ਹ ਦਾ ਕੋਈ ਇਤਬਾਰ ਵੀਰੋ। ਅੱਜ ਸਮਾਂ ਹੈ ਖੁਸ਼ੀਆਂ ਅਤੇ ਖੇੜਿਆਂ ਦਾ, ਅੱਜ ਸਮਾਂ ਹੈ ਬਹੁਤ ਹੀ ਸ਼ੁਭ ਸਮਾਂ, ਹੁਣ ਲੱਗੀ ਹੈ ਖਾਲਸਾ ਯੂਨੀਵਰਸਿਟੀ ਤਿਆਰ ਵੀਰੋ, ਹੱਥ ਜੋੜ ਸੁਖਵੰਤ ਅਰਦਾਸ ਕਰਦਾ ਬਣਿਆ ਇੱਦਾਂ ਹੀ ਰਹੇ ਪਿਆਰ ਵੀਰੋ, ਜਿਵੇਂ ਅੱਜ ਖਾਲਸਾ ਅੱਜ ਜਿਵੇਂ ਅੱਜ ਇਕੱਠ ਹੈ ਖਾਲਸੇ ਦਾ, ਜਿਵੇਂ ਅੱਜ ਇਕੱਠ ਹੈ ਖਾਲਸੇ ਦਾ ਬਣਿਆ ਇੱਦਾਂ ਹੀ ਰਹੇ ਪਿਆਰ ਵੀਰੋ, ਇਹ ਬਣਿਆ ਇੱਦਾਂ ਹੀ ਰਹੇ ਪਿਆਰ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਆ, ਇਹ ਇੱਕ ਇਤਿਹਾਸਕ ਸਮਾਗਮ ਹੋ ਨਿਬੜਿਆ। ਸਿੰਘ ਸਾਹਿਬ ਆਏ, ਵਿਦਵਾਨ ਆਏ, ਸੰਗਤਾਂ ਆਈਆਂ, ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਆ ਸਤਿਗੁਰਾਂ ਦੇ ਚਰਨਾਂ 'ਚ ਕਿ ਜਿਹੜੀ ਇਹ ਖਾਲਸਾ ਯੂਨੀਵਰਸਿਟੀ ਬੈਲਿੰਗਹੈਮ ਬਾਟਕਮ ਕਾਉਂਟੀ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਆ, ਉਹਦੇ ਲਈ ਵਾਹਿਗੁਰੂ ਦੀਆਂ ਪਹਿਲਾਂ ਹੀ ਬਹੁਤ ਬਖਸ਼ਿਸ਼ਾਂ ਮਿਹਰਾਂ ਨੇ। ਵਾਹਿਗੁਰੂ ਹੋਰ ਬਖਸ਼ਿਸ਼ਾਂ ਕਰਨ, ਇੱਥੋਂ ਜਿਹੜੀ ਯੂਨੀਵਰਸਿਟੀ ਆ ਉਹ ਮੁਕੰਮਲ ਰੂਪ ਦੇ ਵਿੱਚ ਆਵੇ, ਪੂਰਨ ਤੌਰ 'ਤੇ ਆਵੇ। ਇੱਥੇ ਗੁਰਬਾਣੀ ਦਾ, ਗੁਰੂ ਇਤਿਹਾਸ ਦਾ, ਔਰ ਗੁਰਮਤਿ ਸੰਗੀਤ, ਗੁਰਮਤਿ ਵਿੱਦਿਆ ਉਹਦਾ ਪ੍ਰਚਾਰ ਹੋਵੇ। ਕੀਰਤਨ ਦਰਬਾਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਰਾਗਾਂ ਦੇ ਵਿੱਚ ਵਿੱਦਿਆ ਹੋਵੇ, ਔਰ ਜਿਹੜੀ ਸੰਸਾਰਕ ਵਿੱਦਿਆ ਉਹ ਵੀ ਹੋਵੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਕੋਲ, ਸਿਟੀ ਵੀ ਆ ਗਈ, ਕਾਉਂਟੀ ਵੀ ਆ ਗਈ, ਸਭ ਤੋਂ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਉਹਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਅਗਵਾਈ ਦੇ ਵਿੱਚ ਪੰਜ ਪਿਆਰਿਆਂ ਨੇ ਅਰਦਾਸ ਕੀਤੀ ਆ, ਸਿੰਘ ਸਾਹਿਬ ਆਏ ਨੇ, ਵਿਦਵਾਨ ਆਏ ਨੇ, ਔਰ ਆਪਾਂ ਸੰਗਤਾਂ ਨੇ ਮਿਲ ਕੇ ਸੇਵਾ ਕੀਤੀ ਆ। ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ, ਖਾਸ ਤੌਰ 'ਤੇ ਗੁਰਦੁਆਰਾ ਸਾਹਿਬ ਲਿੰਡਨ ਪੁਲ ਰੋਡ, ਸਾਰੇ ਪ੍ਰਬੰਧਕ ਵੀਰਾਂ ਨੇ ਲੰਗਰ ਉੱਥੋਂ ਤਿਆਰ ਹੋ ਕੇ ਆਏ, ਇੱਥੇ ਵੀਰਾਂ ਨੇ ਕੀਤੇ, ਬੀਬੀਆਂ ਨੇ ਬਹੁਤ ਤਨ ਮਨ ਨਾਲ ਸੇਵਾ ਕੀਤੀ ਆ। ਧੰਨ ਨਾ ਸਾਰੇ ਡਾਕਟਰ ਸਾਹਿਬ, ਸਪੈਸ਼ਲੀ ਡਾਕਟਰ ਗੁਰਨਾਮ ਸਿੰਘ ਜੀ, ਡਾਕਟਰ ਰੂਪ ਸਿੰਘ ਜੀ, ਡਾਕਟਰ ਖੁਰਾਣਾ ਜੀ, ਡਾਕਟਰ ਮਨਜੀਤ ਸਿੰਘ ਜੀ ਨਿੱਜਰ ਪਟਿਆਲੇ ਵਾਲੇ, ਔਰ ਜੇ ਮੈਂ ਸ਼ਾਇਦ ਕਿਸੇ ਦਾ ਨਾਂ ਭੁੱਲ ਜਾਂ ਖਿਮਾ ਦਾ ਜਾਚਕਾਂ। ਸੋ ਸਾਰੇ ਆਏ ਨੇ, ਸਾਰਿਆਂ ਦਾ ਬਹੁਤ ਧੰਨਵਾਦ ਆ। ਯੂਥ ਦਾ ਬੱਚੇ ਨਾਲ ਖੜ੍ਹੇ ਆ,
ਇਹ ਸਾਡਾ ਪਹਿਲਾ ਸਟੂਡੈਂਟ ਆ ਖਾਲਸਾ ਯੂਨੀਵਰਸਿਟੀ ਦਾ, ਇਹਦਾ ਨਾਮ ਪ੍ਰਿੰਸਿਸ ਆ ਹਰਲੀਨ ਕੌਰ ਪ੍ਰਿੰਸਿਸ। ਸੋ ਇਹ ਪਹਿਲਾ ਸਟੂਡੈਂਟ ਸੀ ਜਿੱਦਣ 1 ਜਨਵਰੀ 2017 ਨੂੰ ਇਹ ਆਪਾਂ ਇਮਾਰਤਾਂ ਜਿਹੜੀਆਂ ਰੈਨੋਵੇਟ ਕੀਤੀਆਂ 1 ਮਹੀਨੇ 'ਚ ਹੀ। ਸੋ ਕਰਕੇ ਜਿੱਦਣ ਪਹਿਲੇ ਦਿਨ ਕੋਈ ਦੇਖਦੇ ਸੀ ਵੀ ਕਿਹੜਾ ਬੱਚਾ ਪਹਿਲਾਂ ਐਂਟਰ ਹੁੰਦਾ, ਅਤੇ 3 ਸਾਲ ਦੀ ਸੀ ਇਹ ਬੱਚੀ, ਇਹ ਆਈ ਆ ਅਤੇ ਹੁਣ ਇਹ ਕੀਰਤਨ ਕਰਦੀ ਆ ਬੈਠ ਕੇ ਬੜੇ ਬੜੀ ਆ, ਸਵੇਰੇ ਇਹ ਸ਼ੁਰੂ ਕਰਦੀ ਆ ਸਵੇਰੇ ਹਰ ਸੰਡੇ ਨੂੰ। ਸੋ ਵਾਹਿਗੁਰੂ ਦੀਆਂ ਬਖਸ਼ਾਂ, ਹੁਣ ਇਹਨਾਂ ਬੱਚਿਆਂ ਨੇ ਵੱਡੇ ਹੋਣਾ, ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਨੇ, ਔਰ ਇਹਨਾਂ ਬੱਚਿਆਂ ਨੇ ਜਦੋਂ ਵੱਡੇ ਹੋਣਾ 600 ਹੋਣਾ, ਖਬਰਾਂ ਵਾਹਿਗੁਰੂ ਨੇ ਕਿਹੜੇ ਰੂਪ 'ਚ ਲੈ ਜਾਣਾ ਯੂਨੀਵਰਸਿਟੀ ਨੂੰ। ਸੋ ਵਾਹਿਗੁਰੂ ਇਹਨਾਂ ਨੂੰ ਬੱਚਿਆਂ ਨੂੰ ਆਪਾਂ ਨੂੰ ਸਮੱਤ ਬਖਸ਼ਣ, ਤੰਦਰੁਸਤੀਆਂ ਬਖਸ਼ਣ, ਔਰ ਸਾਨੂੰ ਸਮੱਤ ਬਖਸ਼ਣ ਕਿ ਅਸੀਂ ਇਹਨਾਂ ਕਾਰਜਾਂ ਵਿੱਚ ਲੱਗੇ ਰਹੀਏ। ਸੋ ਬੜਾ ਸੁਭਾਗਾ ਸਮਾਂ ਹੋਇਆ, ਸਾਰੇ ਹੀ ਸਰੀ ਵੈਨਕੂਵਰ ਐਪਸਪੋਰਟ ਦੇ ਗੁਰਦੁਆਰਾ ਸਾਹਿਬ, ਸਿਆਟਲ ਦੇ, ਸੇਲਮ ਤੱਕ ਤੋਂ ਗੁਰਦੁਆਰਾ ਸਾਹਿਬ ਆਏ ਨੇ ਆਪਣੇ ਕੋਲ, ਔਰ ਜਿਹੜੇ ਵਿਦਵਾਨ ਨੇ ਕੈਲੀਫੋਰਨੀਆ ਤੋਂ, ਟੈਕਸਿਸ ਤੋਂ, ਨਿਊਯਾਰਕ ਤੋਂ, ਨਿਊਯਾਰਕ ਤੋਂ, ਸਾਰੇ ਥਾਵਾਂ ਤੋਂ ਆਏ ਨੇ, ਇੰਡੀਆ ਤੋਂ ਆਏ ਨੇ ਪ੍ਰੋਫੈਸਰ ਸਾਹਿਬਾਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਿੱਗੀ ਜੀ ਆਇਆ, ਸਾਸੀ ਪਹਿਲੀ ਵਾਰੀ ਸਮਾਗਮ ਕੀਤਾ ਔਰ ਬੜਾ ਵੱਡਾ ਸਮਾਗਮ ਹੋਇਆ, ਇਤਿਹਾਸਿਕ ਸਮਾਗਮ ਹੋਇਆ, ਸਭ ਤੋਂ ਬੜੀਆਂ ਊਣਤਾਈਆਂ ਰਹਿ ਗਈਆਂ ਹੋਣਗੀਆਂ। ਅਸੀਂ ਪਲੈਨ ਕੀਤਾ ਸੀ ਕਿਉਂਕਿ ਜਦੋਂ ਡਾਕਟਰ ਸਾਹਿਬ ਆਏ ਸੀ ਜਨਵਰੀ 'ਚ, ਫਿਰ ਮਾਰਚ ਅਪ੍ਰੈਲ ਵਿੱਚ ਦਾਸ ਉਹਨਾਂ ਨੂੰ ਜਾ ਕੇ ਮਿਲੇ ਹਾਂ ਅਸੀਂ, ਸੋ ਉਦੋਂ ਪਲੈਨ ਕਰ ਲਿਆ ਸੀ 31 ਅਗਸਤ। ਅਸੀਂ ਸੋਚਿਆ ਸੀ ਵੀ ਜਿਹੜੇ ਸਾਡੇ ਇੱਥੋਂ ਦੇ ਜਿੰਨੇ ਵੀ ਸਿੱਖ ਵੀਰ ਨੇ ਜਾਂ ਪੰਜਾਬੀ ਵੀਰ ਨੇ, ਉਹਨਾਂ ਦੇ ਘਰ ਜਾ ਕੇ ਕਾਰਡ ਦੇਣੇ ਆ, ਉਹ ਸਾਤੋਂ ਨਹੀਂ ਦੇ ਹੋਏ। ਜਿੱਥੋਂ ਦੀ ਲੋਕਲ ਸੰਗਤਾਂ ਸੁਣਦੀਆਂ ਸੀ, ਉਹਨਾਂ ਤੋਂ ਖੇਮਾਂ ਦੇ ਜਾ ਚੁੱਕਾਂ ਕਿ ਸਾਤੋਂ ਇਕੱਲੇ ਇਕੱਲੇ ਘਰ ਨਹੀਂ ਜਾ, ਸਾਡੀ ਪਲੈਨ ਸੀ, ਸਾਡੇ ਮਨ ਦੀ ਭਾਵਨਾ ਸੀ ਇਹ ਕਿ ਅਸੀਂ ਇਕੱਲੇ ਇਕੱਲੇ ਘਰ ਜਾ ਕੇ ਕਾਰਡ ਦਈਏ। ਬਹੁਤ ਦੇਰ 'ਤੇ ਅਸੀਂ 500 ਦੇ ਕਰੀਬ ਕਾਰਡ ਵੰਡਤੇ, ਪਰ ਸੰਗਤਾਂ ਦੀ ਸ਼ਮੂਲੀਅਤ ਦੱਸਦੀ ਆ ਕਿ ਸਾਰੇ ਆਏ ਆ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਬੋਲਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ ਇੱਕ ਵਾਰੀ ਫੇਰ ਆਪ ਸੰਗਤਾਂ ਦਾ, ਸਿੰਘ ਸਾਹਿਬਾਨ ਦਾ, ਡਾਕਟਰ ਰੂਪ ਸਿੰਘ ਜੀ, ਡਾਕਟਰ ਗੁਰਨਾਮ ਸਿੰਘ ਜੀ, ਭੈਣ ਜੀ ਡਾਕਟਰ ਅਮਰਜੀਤ ਕੌਰ ਜੀ, ਸਾਰਿਆਂ ਦਾ ਹੀ ਬਹੁਤ ਧੰਨਵਾਦ। ਸਾਡੇ ਜਿਹੜੇ ਯੂਥ ਆ, ਨਵਜੋਤ ਸਿੰਘ, ਸਾਡੇ ਇੱਕ ਬੱਚੇ ਆ ਯੂਥ ਸੁਖਦੀਪ ਸਿੰਘ, ਉਹਨਾਂ ਨੂੰ ਅਸੀਂ ਮਿਸ ਕੀਤਾ ਅੱਜ, ਉਹ ਸਾਡੇ ਟੀਚਰ ਸੀ, ਔਰ ਸਾਡੀ ਬੇਟੀ ਗੁਰਜੋਤ ਕੌਰ, ਹਾਂਜੀ ਉਹ ਗ੍ਰੀਸ ਗਏ ਹੋਏ ਨੇ, ਸੋ ਉਹਨਾਂ ਨੂੰ ਅਸੀਂ ਮਿਸ ਕੀਤਾ। ਉਹਨਾਂ ਦੀ ਬੜੀ ਕੰਟਰੀਬਿਊਸ਼ਨ ਆ ਕਿਉਂਕਿ ਬੱਚਿਆਂ ਨੂੰ ਪੜ੍ਹਾਉਂਦੇ ਆ ਉਹ। ਸੋ ਬੀਬੀਆਂ ਸਾਡੀਆਂ, ਭੈਣ ਜੀ ਕਿਰਨ ਕੌਰ, ਦਾਸ ਦੇ ਵਾਈਫ ਜਸਵੀਰ ਕੌਰ, ਔਰ ਵੀਰ ਜੀ ਕਰਨੈਲ ਸਿੰਘ, ਨਵਜੋਤ ਸਿੰਘ, ਬਲਰਾਜ ਸਿੰਘ, ਸਾਡੀ ਬੇਟੀ ਪਵਨ, ਇਹ ਸਾਰੇ ਟੀਚਰ ਨੇ। ਮੈਂ ਦਾਸ ਨਹੀਂ ਟੀਚਰ ਹੈ, ਅਸੀਂ ਤਾਂ ਸੇਵਾਦਾਰ ਹਾਂ, ਮੈਂ ਅਤੇ ਵੀਰ ਜੀ ਰਜਿੰਦਰ ਸਿੰਘ, ਅਸੀਂ ਵੀਰ ਜੀ ਕਰਨੈਲ ਸਿੰਘ, ਅਸੀਂ ਤਾਂ ਸੇਵਾਦਾਰ ਹਾਂ। ਸੋ ਸਭ ਤੋਂ ਬੜੀਆਂ ਊਣਤਾਈਆਂ ਕਮੀਆਂ ਰਹਿ ਗਈਆਂ ਹੋਣਗੀਆਂ, ਸੋ ਸਾਰਿਆਂ ਤੋਂ ਖਿਮਾ ਦੇ ਜਾਚਕਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਨ, ਇਹ ਜਿਹੜੀ ਯੂਨੀਵਰਸਿਟੀ ਆ ਖਾਲਸਾ ਯੂਨੀਵਰਸਿਟੀ, ਇਹ ਸਾਰੇ ਸੰਸਾਰ ਲਈ ਜੋ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਆ ਸਰਬ ਸਾਂਝੀ ਵਾਲਤਾ, ਇਹ ਸਾਰਿਆਂ ਲਈ ਸਾਂਝੀ ਬਾਣੀ ਆ, ਸਾਰਿਆਂ ਲਈ ਸਾਂਝਾ ਸੰਕਲਪ ਆ। ਗੁਰੂ ਸਾਹਿਬ ਨੇ ਜਿਹੜਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਸ 'ਤੇ ਅਸੀਂ ਆਪਾਂ ਚੱਲ ਰਹੇ ਹਾਂ, ਉਹਦੇ 'ਤੇ ਹੀ ਚੱਲਣਾ। ਔਰ ਜਿਨ੍ਹਾਂ ਵੀਰਾਂ ਨੇ ਪਹਿਲਾਂ ਨਹੀਂ ਸੁਣੀ ਸਪੀਚ, ਇਹ ਸਾਰੀ ਜਿਹੜੀ ਖਾਲਸਾ ਯੂਨੀਵਰਸਿਟੀ ਦੀਆਂ ਪ੍ਰੋਪਰਟੀਜ਼ ਨੇ, ਐਸੈਟਸ ਨੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਮਾਲਕ ਨੇ, ਔਰ ਕੋਈ ਵਿਅਕਤੀ ਨਹੀਂ ਮਾਲਕ ਇਹਦਾ, ਔਰ ਹਾਂਜੀ ਕੋਈ ਵਿਅਕਤੀ ਮਾਲਕ ਨਹੀਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਦੇ ਮਾਲਕ ਨੇ ਸਦਾ ਲਈ, ਉਹਦੀ ਪਰਪੈਚੁਅਲ ਡੇਟ ਆ, ਕੋਈ ਉਹਦਾ ਐਂਡ ਡੇਟ ਨਹੀਂ ਹੈ। ਸੋ ਉਹ ਸਾਡੇ ਜਿਹੜਾ ਕੋਨਸਟੀਟਿਊਸ਼ਨ ਆ ਉਹਦੇ ਵਿੱਚ ਲਿਖਿਆ ਹੋਇਆ। ਸੋ ਇੰਨੀ ਕੁ ਜਿੰਨੀ ਕੁ ਗੁਰੂ ਨੇ ਸਮੱਤ ਬਖਸ਼ੀ ਆ ਉਹ ਆਪਾਂ ਕੀਤਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।